ਬਬ ਨਿਦ ਤਰਨ ਤਾਰਨ ਚਿੰਤਾ ਮਨੋਂ ਇੱਕ ਨਿਮਖ ਨ ਇਹ ਮਨ ਲਾਇਆ ਗੋਬਿੰਦ ਹਮ ਐਸੇ ਅਪਰਾਧੀ ਜਿਨ ਪ੍ਰਭ ਜਿਉ ਪਿੰਡ ਥਾ ਦਿਆ ਤਿਸ ਕੀ ਭਾਉ ਭਗਤ ਨਹੀਂ ਸਾਦੀ ਗੋਬਿੰਦ ਹਮ ਐਸੇ ਅਪਰਾਧੀ ਜਿਨ ਪ੍ਰਭ ਜਿਉ ਪਿੰਡ ਥਾ ਦਿਆ ਤਿਸ ਕੀ ਭਾਉ ਭਗਤ ਨਹੀਂ ਸਾਦੀ ਪੂਲੇ ਮਾਰਗ ਜਿਨੇ ਬਤਾਇਆ ਐਸਾ ਗੁਰਵੱਡ ਭਾਗੀ ਪਾਇਆ ਸਿਮਰਮਨਾ RAM ਨਾਮ ਚਿਤਾਰੇ ਬਸ ਰਹਿ ਹਿਰਦੈ ਗੁਰ ਚਰਨ ਪਿਆਰੇ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਿਸ ਜਲਨਿਤ ਕਾਰਨ ਤੁਮ ਜਾਗ ਆਈ ਸੁਅੰਮ੍ਰਿਤ ਗੁਰ ਪਾਹੀ ਜਿਉ ਛੋਡੋ ਵੇਸ਼ ਭੇਖ ਚਤੁਰਾਈ ਦੁਬਦਾਏ ਫਲ ਨਾਹੀ ਜੀਓ ਮਨ ਰੇ ਥਿਰ ਰਹੋ ਮਤ ਕਤ ਜਾਹੀ ਜੀਓ ਬਾਹਰ ਢੁੰਡਤ ਬਹੁਤ ਦੁੱਖ ਪਾਵੈ ਘਰ ਅੰਮ੍ਰਿਤ ਘਾਟ ਮਾਹੀ ਜੀਓ ਬਾਹਰ ਢੁੰਡਤ ਬਹੁਤ ਦੁੱਖ ਪਾਵੈ ਕਾਰਯ ਅੰਮ੍ਰਿਤ ਕਾਟ ਮਾਹੀ ਜੀ ਪਰਮ ਸ੍ਰਿਮਾਨ ਯੋਗ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੋਦ ਵਿੱਚ ਜੁੜ ਬੈਠੀ ਗੁਰਪਿਆਰੀ ਸਾਧ ਸੰਗਤ ਜੀਓ ਸਹਬੇ ਕਮਾਲ ਤਨ ਤਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਮਨਾਉਂਦਿਆਂ ਹੋਇਆਂ ਸਤਗੁਰੂ ਦੀ ਪਾਵਨ ਗੋਦ ਵਿੱਚ ਬਹੁਤ ਪਿਆਰ ਨਾਲ ਆਪਾਂ ਸਾਰੇ ਜੁੜ ਕੇ ਬੈਠੇ ਆਂ ਆਪ ਜੀ ਨੇ ਸੋਧਰ ਰਹਿਰਾਸ ਪਾਵਨ ਬਾਣੀ ਦੇ ਪਾਠ ਤੋਂ ਪਰੰਤ ਸਤਿਕਾਰਯੋਗ ਭਾਈ ਸਾਹਿਬ ਹੁਣਾਂ ਦੇ ਜਥੇ ਪਾਸੋਂ ਗੁਰਬਾਣੀ ਦਾ ਕੀਰਤਨ ਬਹੁਤ ਪਿਆਰ ਨਾਲ ਟਿਕਾ ਵਿੱਚ ਬੈਠ ਕੇ ਸਰਵਣ ਕੀਤਾ ਹੈ ਸਤਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਦਾ ਨਾਮ ਲੈਣ ਲੱਗੇ ਮਨੁੱਖ ਇੱਕ ਵਾਰੀ ਵਖਰੇ ਸਰੂਰ ਵਿੱਚ ਇੱਕ ਵਖਰੇ ਅੰਦਾਜ਼ ਵਿੱਚ ਆਪਣਾ ਜੀਵਨ ਜੂਣਾ ਸ਼ੁਰੂ ਕਰ ਦਿੰਦਾ ਹੈ ਜਿਹੜਾ ਮਨੁੱਖ ਪਾਤਸ਼ਾਹ ਜੀ ਦੀਆਂ ਸਿੱਖਿਆਵਾਂ ਉਹਨਾਂ ਦੇ ਪਵਨ ਉਪਦੇਸ਼ ਜਾਂ ਉਹਨਾਂ ਦੇ ਜੀਵਨ ਨੂੰ ਜਿਨ੍ਹਾਂ ਨੇ ਖੁਦ ਪੜ੍ਹ ਕੇ ਮਹਿਸੂਸ ਕੀਤਾ ਹੈ ਪਾਤਸ਼ਾਹ ਦਾ ਜੀਵਨ ਬਹੁਤ ਰਾਈਟਰਾਂ ਨੇ ਲਿਖਿਆ ਹੈ ਗਿਆਨੀ ਸੋਨ ਸਿੰਘ ਜੀ ਸੀਤਲ ਢਾਡੀਆਂ ਦੇ ਬੋੜ ਹੋਏ ਨੇ ਮਨੁੱਖਤਾ ਦੇ ਗੁਰੂ ਉਹਨਾਂ ਦੀ ਕਿਤਾਬ ਹੈ ਜੋ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜੀ ਦੇ ਪਰਥਾਈ ਲਿਖੀ ਹੈ। ਇਹ ਤਾਂ ਉਹ ਖੁਦ ਢਾਡੀ ਸਨ ਦੂਜਾ ਉਹਨਾਂ ਦੇ ਲਿਖਣ ਦੀ ਸ਼ੈਲੀ ਐਡੀ ਕਮਾਲ ਦੀ ਹੈ ਤੁਸੀਂ ਉਸ ਕਿਤਾਬ ਨੂੰ ਪੜੋਗੇ ਇੰਜ ਲੱਗੇਗਾ ਜਿਵੇਂ ਉਹ ਸਟੇਜ ਉੱਪਰ ਹੀ ਬੋਲ ਰਿਹਾ ਹੋਣ। ਤੋਂ ਬਹੁਤ ਸੋਹਣੇ ਤਰੀਕੇ ਨਾਲ ਪ੍ਰਿੰਸੀਪਲ ਸੁਦੇਵੀਰ ਸਿੰਘ ਗਿਆਨੀ ਸੋਹਣ ਸਿੰਘ ਜੀ ਸੀਤਲ ਪ੍ਰੋਫੈਸਰ ਸਹਿਬ ਸਿੰਘ ਇਦਾਂ ਬਹੁਤ ਰਾਈਟਰ ਨੇ ਜਿਨ੍ਹਾਂ ਨੇ ਪਾਤਸ਼ਾਹ ਦੇ ਜੀਵਨ ਨੂੰ ਵੱਖ-ਵੱਖ ਐਗਲਾਂ ਤੋਂ ਸਮਾਜ ਦੇ ਸਾਹਮਣੇ ਰੱਖਣ ਦਾ ਯਤਨ ਕੀਤਾ ਹੈ। ਤੋ ਆਓ ਸਾਧ ਸੰਗਤ ਪਾਤਸ਼ਾਹ ਜੀ ਦਾ ਜੀਵਨ ਉਹਨਾਂ ਦੀਆਂ ਸਿੱਖਿਆਵਾਂ ਗੁਰੂ ਦੀ ਗੋਦ ਵਿੱਚ ਬੈਠ ਕੇ ਕੁਝ ਸਮਾਂ ਵਿਚਾਰ ਗੋਸ਼ਟੀ ਕਰਨ ਦਾ ਯਤਨ ਕਰੀਏ। ਬੜੇ ਅਦਬ ਨਾਲ ਸਾਰੀ ਸੰਗਤ ਫਤਿਹ ਪ੍ਰਵਾਨ ਕਰੋ। ਬੁਲੰਦ ਆਵਾਜ਼ ਵਿੱਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ 1666 ਪਟਨਾ ਸਾਹਿਬ ਦੀ ਧਰਤੀ ਤੇ 파르샤 ਦਾ ਪ੍ਰਕਾਸ਼ ਹੁੰਦਾ ਹੈ 1708 ਵਿੱਚ 파르샤 ਜੀ ਜੋਤੀ ਜੋ ਸਮਾ ਜਾਂਦੇ ਨੇ ਜੇ ਆਪਾਂ ਪੂਰੇ ਮਹੀਨੇ ਦਿਨਾਂ ਦਾ ਹਿਸਾਬ ਲਾਈਏ ਤੇ ਰਾਈਟਰਾਂ ਨੇ ਇਹ ਗਿਣਤੀ ਕੀਤੀ ਹੈ ਵੀ 42 ਸਾਲ ਵੀ ਪੂਰੀ 파르샤 ਦੀ ਏਜ ਨਹੀਂ ਬਣਦੀ 42 ਸਾਲ ਵੀ ਪੂਰੀ 파르샤 ਦੀ ਉਮਰ ਨਹੀਂ ਬਣਦੀ ਪਰ ਇੰਨੀ ਉਮਰ ਦੇ ਵਿੱਚ 파르샤 ਦੇ ਕੰਮ ਵੇਖੀਏ ਤੇ ਸਿਰ ਝੁਕ ਜਾਂਦਾ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਵੀ 42 ਸਾਲ ਦੀ ਉਮਰ ਵੀ ਪੂਰੀ ਨਹੀਂ ਬਣਦੀ ਪਾਤਸ਼ਾਹ ਜੀ ਦੀ ਕੁਝ ਮਹੀਨੇ ਘਟ ਨੇ ਪਰ ਜੋ ਉਹਨਾਂ ਨੇ ਮਨੁੱਖਤਾ ਦੇ ਉੱਪਰ ਪਰਉਪਕਾਰ ਕੀਤਾ ਹੈ ਅਸੀਂ ਦੇਣ ਨਹੀਂ ਦੇ ਸਕਦੇ ਕਿਉਂਕਿ ਜਿਸ ਦਲਦਲ ਦੇ ਵਿੱਚ ਸਮਾਜ ਤਸਿਆ ਪਿਆ ਸੀ ਇੰਨੇ ਸਾਲ ਬੀਤਣ ਤੋਂ ਬਾਅਦ ਵੀ ਅੱਜ ਵੀ ਤੁਸੀਂ ਵੇਖੋ ਜੁਗਿਰਦੇ ਧਿਆਨ ਮਾਰ ਕੇ ਵੇਖੋਗੇ ਜਿਸ ਦਲਦਲ ਦੇ ਵਿੱਚੋਂ ਸਮਾਜ ਨੂੰ ਕੱਢਣ ਲਈ ਪਾਤਸ਼ਾਹ ਜੀ ਨੇ 10 ਜਾਮੇ ਹਰ ਇੱਕ ਰੂਪ ਪਾਤਸ਼ਾਹ ਜੀ ਨੇ ਸਮਾਜ ਦੇ ਸਾਹਮਣੇ ਲੈ ਕੇ ਆਂਦਾ ਵੀ ਕਿੱਦਾਂ ਦੇ ਲੋਕ ਜ਼ਿੰਦਗੀ ਜੂਰੇ ਨੇ ਇਤਿਹਾਸ ਵੀ ਰਚਿਆ ਬਾਣੀ ਵਿੱਚ ਵੀ ਪਾਤਸ਼ਾਹ ਜੀ ਨੇ ਪਖ ਰੱਖ ਕੇ ਸਾਡੇ ਸਾਹਮਣੇ ਉਹ ਵਿਚਾਰ ਬਖਸ਼ਿਸ਼ ਕੀਤੀ ਸਾਨੂੰ ਕੇਵਰੀ ਹੈਰਾਨ ਹੋ ਜਾਈਦਾ ਪਾਤਸ਼ਾਹ ਜੀ ਦੀਆਂ ਸਿੱਖਿਆਵਾਂ ਵੱਲ ਵੇਖ ਕੇ ਕਿ ਉਹ ਕਿਹੜਾ ਸਮਾਂ ਸੀ ਜਿਨ੍ਹਾਂ ਸਮਿਆਂ ਦੇ ਵਿੱਚ ਪਾਤਸ਼ਾਹ ਜੀ ਨੇ ਆਪਣੇ ਜੀਵਨ ਨੂੰ ਸਮਰਪਿਤ ਕੀਤਾ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੇ ਸਭ ਜਾਦੇ ਦੇ ਪ੍ਰਕਾਸ਼ ਨੂੰ ਜਦੋਂ ਆਣ ਕੇ ਵਾਪਸ ਵੇਖਦੇ ਨੇ ਇੱਕ ਚੀਜ਼ ਹੋਰ ਨੋਟ ਕਰਿਓ ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਅਸਾਮ ਦੇ ਇਲਾਕੇ ਵਿੱਚ ਗਏ ਨੇ ਰਾਜਾ ਰਾਮ ਰਾਏ ਜੀ ਉਹਨਾਂ ਦਾ ਬੇਟਾ ਹੀ ਅੱਗੇ ਰਤਨ ਹੋਇਆ ਹੈ ਜਿਹੜਾ ਬਾਅਦ ਵਿੱਚ ਪ੍ਰਸ਼ਾਦੀ ਹਾਥੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਅਗੇ ਭੇਟਾ ਕਰਦਾ ਆਣ ਕੇ ਹੁਣ ਜਦੋਂ ਅਸੀਂ ਪਾਤਸ਼ਾਹ ਜੀ ਦੇ ਜੀਵਨ ਨੂੰ ਧਿਆਨ ਨਾਲ ਵੇਖਦੇ ਆਂ ਤੇ ਪਾਤਸ਼ਾਹ ਜੀ ਨੇ ਸਾਡੇ ਕੋਲੋਂ ਕਈ ਵਾਰੀ ਆਪਣੇ ਘਰਾਂ ਦੇ ਕਲੇਸ਼ ਨਹੀਂ ਮੁਕਦੇ ਘਰਾਂ ਦੀਆਂ ਨਿੱਕੀਆਂ-ਨਿੱਕੀਆਂ ਲੜਾਈਆਂ ਨਹੀਂ ਮੁਕਦੀਆਂ ਪਰ ਪਾਤਸ਼ਾਹ ਜੀ ਨੇ ਉਹਨਾਂ ਦੀਆਂ ਲੜਾਈਆਂ ਮੁਕਾਈਆਂ ਜਿਹੜੇ ਰਜਵਾੜੇ ਸਨ ਜਦੋਂ ਰਜਵਾੜੇ ਇੱਕ ਦੂਜੇ ਨਾਲ ਲੜਦੇ ਨੇ ਤੇ ਖੂਨ ਆਮ ਲੋਕਾਂ ਦਾ ਵਹਿੰਦਾ ਨੁਕਸਾਨ ਆਮ ਲੋਕਾਂ ਦਾ ਹੁੰਦਾ ਹੈ ਤਗੜਿਆਂ ਦੀ ਲੜਾਈ ਵਿੱਚ ਤਗੜਿਆਂ ਦਾ ਨੁਕਸਾਨ ਨਹੀਂ ਹੁੰਦਾ ਨੁਕਸਾਨ ਆਮ ਲੋਕਾਂ ਦਾ ਹੁੰਦਾ ਜਿਹੜੇ ਉਹਨਾਂ ਬਦਲੇ ਅੱਗੇ ਹੋ ਕੇ ਲੜਦੇ ਨੇ ਅੱਜ ਵੀ ਤੁਸੀਂ ਵੇਖੋ ਜਦੋਂ ਲੜਾਈ ਤੇ ਹੁੰਦੀ ਹੈ ਲੀਡਰਾਂ ਦੀ ਬਿਆਨ ਲੀਡਰ ਦਿੰਦੇ ਨੇ ਪਰ ਤਰੰਗੇ ਚਲਪੇਟ ਕੇ Laash ਕਿਸੇ ਆਮ ਮਜ਼ਦੂਰ ਦੇ ਬੱਤੇ ਦੀ ਕਿਸੇ ਕਿਸਾਨ ਦੇ ਬੱਚੇ ਦੀ ਆਉਂਦੀ ਹੈ ਬੜੀ ਬਰੀਕੀ ਨਾਲ ਵੇਖੋਗੇ ਧੰਗੁਰੂ ਤੇਗ ਬਹਾਦਰ ਮਹਾਰਾਜ ਦੇ ਜੀਵਨ ਨੂੰ ਉਸ ਵਕਤ ਤੋਂ ਆਸਾਨ ਦੇ ਲਾਗੇ ਚ ਪ੍ਰਚਾਰ ਦੌਰਿਆਂ ਤੇ ਗਏ ਨੇ ਜਦੋਂ ਗੋਬਿੰਦ ਰਾਜ ਜੀ ਦਾ ਪ੍ਰਕਾਸ਼ ਹੁੰਦਾ ਹੈ ਇਤਿਹਾਸ ਦੇ ਮੁਤਾਬਕ 4-5 ਸਾਲ ਬਾਅਦ ਆਣ ਕੇ ਉਹ ਆਪਣੇ ਸਭ ਜੱਦੀ ਨੂੰ ਵੇਖਦੇ ਨੇ ਫਿਰ ਪੰਜਾਬ ਵੱਲੋਂ ਆਉਂਦੇ ਨੇ ਮਖਵਾਲ ਦੀ ਜ਼ਮੀਨ ਖਰੀਦ ਕੇ ਇੱਥੇ ਹੀ ਚੱਕ ਨਨਕੀ ਵਸਾਇਆ ਜਾਂਦਾ ਹੈ ਬਾਅਦ ਵਿੱਚ ਜਿਸ ਨੂੰ ਅਸੀਂ ਅਨੰਦਪੁਰ ਸਾਹਿਬ ਕਹਿੰਦੇ ਆ ਗੁਰੂ ਤੇਗ ਬਹਾਦਰ ਮਹਾਰਾਜੀ ਦੀਆਂ ਦੋ ਗ੍ਰਿਫਤਾਰੀਆਂ ਪਹਿਲਾਂ ਹੁੰਦੀਆਂ ਨੇ ਤੀਜੀ ਗ੍ਰਿਫਤਾਰੀ ਜਿਹੜੀ ਆਖਰੀ ਹੁੰਦੀ ਹੈ 11 ਨਵੰਬਰ 1675 ਈਸਵੀ ਨੂੰ ਪਾਸ਼ਾ ਜੀ ਦਿੱਲੀ ਦੀ ਧਰਤੀ ਤੇ ਸ਼ਹਾਦਤ ਦਾ ਜਾਮ ਪਿੰਦੇ ਨੇ ਉਸ ਵਕਤ ਗੋਬਿੰਦ ਰਾਏ ਜੀ ਨੂੰ ਗੁਰਤਾ ਗੱਦੀ ਦੇ ਕੇ ਸਾਰੀ ਜ਼ਿੰਮੇਵਾਰੀ ਬਖਸ਼ਿਸ਼ ਕਰਦੇ ਨੇ ਕਿੱਡੀ ਹੈਰਾਨੀ ਦੀ ਗੱਲ ਹੈ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਇੰਨੇ ਛੋਟੇ ਜੀਵਨ ਕਾਲ ਦੇ ਵਿੱਚ ਪੰਜਾਂ ਕਿਲਿਆਂ ਦੀ ਉਹ ਸਾਰੀ ਕਰਦੇ ਨੇ ਪਾਤਸ਼ਾਹ ਚਾਰ ਸਭ ਜਦਿਆਂ ਦਾ ਜਨਮ ਹੁੰਦਾ ਹੈ ਤੇ ਆਪਣੇ ਇਹਨੇ ਜੀਵਨ ਕਾਲ ਦੇ ਵਿੱਚ ਪਾਤਸ਼ਾਹ ਨੂੰ 14 ਜੰਗਾਂ ਲੜਨੀਆਂ ਪਈਆਂ ਨੇ ਆ ਧਿਆਨ ਨਾਲ ਸੁਣਿਓ ਤਾਂ ਗੱਲ ਸਮਝ ਪੈ ਜਾਏ ਪਾਤਸ਼ਾਹ ਜੀ ਨੇ ਜੰਗ ਉਹ ਹੁੰਦੀ ਜਿਹੜੀ ਕਿਸੇ ਦੇ ਘਰ ਜਾ ਕੇ ਲੜਨੀ ਹੈ ਆਪਾਂ ਕਈ ਵਾਰੀ ਸ਼ਬਦ ਆਮ ਬੋਲਦੇ ਆ ਪਾਤਸ਼ਾਹ ਨੇ 14 ਜੰਗਾਂ ਲੜੀਆਂ ਨੇ ਇੱਕ ਹੁੰਦਾ ਕਿਸੇ ਨਾਲ ਲੜਨਾ ਹੈ ਇੱਕ ਹੁੰਦਾ ਆਪਣੇ ਡਿਫੈਂਸ ਵਾਸਤੇ ਆਪਣੀ ਓਨੀਕ ਤਿਆਰੀ ਰੱਖਣੀ ਕਿ ਜੇ ਕੋ ਤੁਹਾਡੇ ਗਲ ਪਵੇ ਤੁਸੀਂ ਆਪਣਾ ਬਚਾਅ ਕਰ ਸਕੋ ਪਾਸ਼ਾ ਜੀ ਕਿਸੇ ਦਾ ਨੁਕਸਾਨ ਨਹੀਂ ਕਰਨਾ ਚਾਹੁੰਦੇ ਲੜਾਈ ਤੋਂ ਉਹ ਟਾਲਦੇ ਨੇ ਸਾਡੇ ਸਾਹਮਣੇ ਆਨੰਦਪੁਰ ਸਾਹਿਬ ਦਾ ਬਹੁਤ ਵੱਡਾ ਇਤਿਹਾਸ ਹੈ ਜੇ ਪਾਸ਼ਾ ਲਾਨਾ ਚਾਹੁੰਦੇ ਤੇ ਆਨੰਦਪੁਰ ਸਾਹਿਬ ਕਦੀ ਛੱਡਦੇ ਨਾ ਉਹਨਾਂ ਆਨੰਦਪੁਰ ਸਾਹਿਬ ਛੱਡ ਦਿੱਤਾ ਸਰਸਨ ਜੀ ਦੇ ਕੰਡੇ ਤੇ ਆਣ ਕੇ ਬਾਕੀ ਪਰਿਵਾਰ ਦੇ ਤਿੰਨ ਹਿੱਸੇ ਹੋ ਜਾਂਦੇ ਨੇ ਪਾਸ਼ਾ ਜੀ ਲੜਾਈ ਤੋਂ ਟਾਲਾ ਵਟਦੇ ਨੇ ਉਹਨਾਂ ਨੂੰ ਪਤਾ ਹੈ ਜਿਨਾਂ ਜੰਗਾ ਹੋਣੀਆਂ ਨੇ ਅਗਲਿਆਂ ਦਾ ਵੀ ਨੁਕਸਾਨ ਹੋਣਾ ਤੇ ਸਾਡਾ ਵੀ ਨੁਕਸਾਨ ਹੋਣਾ ਹੈ ਪਰ ਜਿਨੋਂ ਅਗਲੇ ਆਪਣੀਆਂ ਕਸਮਾਂ ਤੇ ਖਰੇ ਉਤਰੇ ਨਹੀਂ ਝੂਠੀਆਂ ਕਸਮਾਂ ਖਾ ਕੇ ਆਏ ਫਿਰ ਪਾਦਸ਼ਾਹ ਜੀ ਨੇ ਆਪਣੇ ਸਿੱਖਾਂ ਦੀ ਆਪਣੇ ਸਭ ਜਾਂਦਿਆਂ ਦੀ ਇੰਨੀ ਕਿ ਤਿਆਰੀ ਕਰਾਈ ਹੈ ਕਿ ਉਹਨਾਂ ਦਾ ਡਟ ਕੇ ਮੁਕਾਬਲਾ ਕਰ ਸਕਣ ਹੁਣ ਸਭ ਤੋਂ ਵੱਡੀ ਗੱਲ ਇਹ ਹੈ ਕਿ ਅੱਜ ਮੈਂ ਦਿਨ ਦੇ ਦੀਵਾਨ 'ਚ ਵੀ ਗੱਲ ਕੀਤੀ ਸੀ ਤੁਹਾਡੇ ਵਿੱਚੋਂ ਕਈ ਸਰੋਤੇ ਉੱਥੇ ਵੀ ਬੈਠੇ ਹੋਣੇ ਆ ਕਿ ਪਾਦਸ਼ਾਹ ਤੋਂ ਪਹਾੜੀ ਰਾਜਿਆਂ ਨੂੰ ਕੋਈ ਪ੍ਰੋਬਲਮ ਨਹੀਂ ਹੈ ਉਹਨਾਂ ਨੂੰ ਪ੍ਰੋਬਲਮ ਇਹ ਹੈ ਕਿ ਜਿਹੜੇ ਪਾਦਸ਼ਾਹ ਜੀ ਆਮ ਲੋਕਾਂ ਦੇ ਹੱਕ ਵਿੱਚ ਖਲੋਤੇ ਨੇ। ਨਾ ਉਹਨਾਂ ਨੂੰ ਪਾਦਸ਼ਾਹ ਦੇ ਘੋੜ ਸਵਾਰੀ ਤੋਂ ਪ੍ਰੋਬਲਮ ਹੈ, ਨਾ ਉਹਨਾਂ ਨੂੰ ਨਗਾਰਿਆਂ ਤੋਂ ਪ੍ਰੋਬਲਮ ਹੈ। ਉਹਨਾਂ ਨੂੰ ਇਹ ਹੈ ਕਿ ਤੁਸੀਂ ਆਮ ਲੋਕਾਂ ਨੂੰ ਪੰਗਤ ਵਿੱਚ ਬਿਠਾਤਾ ਲਿਆ ਕੇ ਆਮ ਲੋਕਾਂ ਨੂੰ ਤੁਸੀਂ ਇੱਕ ਬਾਟੇ 'ਚ ਖੰਡੇ ਦੀ ਪੌਲ ਛਕਾਤੀ, ਆਮ ਲੋਕਾਂ ਨੂੰ ਤੁਸੀਂ ਬਰਾਬਰ ਕਿਵੇਂ ਲਿਆ ਕੇ ਸਾਡੇ ਬਿਠਾ ਦਿੱਤਾ ਹੈ ਤੇ ਹਮੇਸ਼ਾ ਹੀ ਜਿਹੜੇ ਉੱਚ ਜਾਤੀਏ ਲੋਕ ਹੁੰਦੇ ਉਹ ਕਦੀ ਪ੍ਰਵਾਨ ਨਹੀਂ ਕਰਦੇ ਕਿ ਆਮ ਲੋਕ ਸਾਡੇ ਬਰਾਬਰ ਬਹਿਣ। ਅੱਜ ਹੁਣ ਆਪਾਂ ਪੰਗਤ ਸੰਗਤ ਵਿੱਚ ਬੈਠੇ ਆ ਸਾਡੇ ਲਾਗੇ ਕਿਹੜਾ ਬੈਠਾ ਹੈ ਕਿਹੜੇ ਮਜਬਦਾ ਬੈਠਾ ਆ ਪੁੱਛ ਨਹੀਂ ਸਕਦੇ ਇਹ ਗੁਰਦਵਾਰ ਸਾਹਿਬ ਦਾ ਘਰ ਹੈ ਜਿੱਥੇ ਹਰ ਮਜਬਦਾ ਵਿਅਕਤੀ ਜਿਹੜਾ ਆਣ ਕੇ ਇੱਥੇ ਬੈਠ ਕੇ ਸਜਦਾ ਕਰ ਸਕਦਾ ਹੈ ਜਾਤੀ ਦੇ ਕੇ ਹੱਥ ਸੱਚ ਪਰਖੀਏ ਇਦਾਂ ਦੇ ਸ਼ਬਦਾਂ ਦਾ ਉਚਾਰਨ ਇਸ ਗੱਲ ਦਾ ਸਬੂਤ ਹੈ ਪਾਸ਼ਾ ਕਹਿੰਦੇ ਜਾਤੀ ਦੀ ਕੀ ਹੱਥ ਵਾ ਪਰਖ ਤੇ ਸੱਚ ਦੀ ਹੋਣੀ ਹੈ ਮੋਹਰਾ ਹੋਵੇ ਹੱਥ ਮਰੀਏ ਚਖੀਏ ਜਿਆਦਾ ਹੰਕਾਰ ਕਰਨਾ ਸੇਮ ਇਦਾਂ ਹੀ ਆ ਜਿਵੇਂ ਕਿਸੇ ਬੰਦੇ ਦੀ ਹੱਥ ਦੀ ਤਲੀ ਉੱਤੇ ਤੁਸੀਂ ਜ਼ਹਿਰ ਰੱਖਦੇ ਹੋ ਤੇ ਉਹਨੂੰ ਦੱਸ ਦਿਓ ਵੀ ਇਹ ਜ਼ਹਿਰ ਹੈ। ਤੇ ਜੇ ਬੰਦਾ ਫਿਰ ਵੀ ਉਸ ਜ਼ਹਿਰ ਦਾ ਫੱਕਾ ਮਾਰ ਕੇ ਮਰ ਜਾਏ। ਕਹਿੰਦੇ ਫਿਰ ਉੱਤੇ ਅਫਸੋਸ ਥੋੜਾ ਕਰੋਗੇ। ਜਿਹੜੇ ਲੋਕ ਅਫਸੋਸ ਕਰਨਗੇ ਤੁਸੀਂ ਉਹਨਾਂ ਨੂੰ ਕਹੋਗੇ ਭਾਈ ਇਹਨੂੰ ਅਸੀਂ ਦੱਸ ਦਿੱਤਾ ਸੀ ਪਹਿਲਾਂ ਵੀ ਇਹ ਜ਼ਹਿਰ ਹੈ। ਇਹ ਜਾਣ ਬੁੱਝ ਕੇ ਇਸ ਜ਼ਹਿਰ ਨੂੰ ਆਪਣੇ ਮੂੰਹ ਚ ਪਾ ਗਿਆ। ਬਾਸ਼ਕਲ ਦੇ ਜ਼ਿਆਦਾ ਹੰਕਾਰ ਕਰਨਾ ਸੇਮ ਇਦਾਂ ਹੀ ਆ ਜਿਵੇਂ ਕਿਸੇ ਦੀ ਹੱਥ ਦੀ ਤਲੀ ਉਤੇ ਜ਼ਹਿਰ ਪਿਆ ਹੋਵੇ ਤੇ ਤੁਸੀਂ ਬੰਦੇ ਨੂੰ ਪਹਿਲਾਂ ਦੱਸ ਦਿਓ ਵੀ ਆ ਜਿਹੜਾ ਹੱਥ ਦੀ ਤਲੀ ਤੇ ਪਿਆ ਹੀ ਜ਼ਹਿਰ ਹੈ ਜਾਤੀ ਦੇ ਕੇ ਹੱਥ ਸੱਚ ਸਾਰੇ ਬੋਲੋ ਜੀ ਜਾਤੀ ਦੇ ਕੇ ਹੱਥ ਸੱਚ ਪਰਖੀਏ ਮੌਰਾ ਹੋਵੇ ਹੱਥ ਮਰੀਏ ਚਖੀਏ ਮੌਰਾ ਕਹਿੰਦੇ ਜ਼ਹਿਰ ਨੂੰ ਜ਼ਹਿਰ ਹੋਵੇ ਬੰਦੇ ਦੀ ਹੱਥ ਦੀ ਤਲੀ ਤੇ ਤੇ ਖਾ ਕੇ ਮਰ ਜਾਏ ਕਹਿੰਦੇ ਕਾਦਾ ਮਹਿਸੂਸ ਫਿਰ ਉਹਦੇ ਉਤੇ ਪਾਸ਼ਾ ਜੀ ਉਸ ਵਰਗ ਦੇ ਵਿੱਚੋਂ ਤੁਸੀਂ ਵੇਖੋ ਜਦੋਂ ਪੰਜ ਪਿਆਰੇ ਚੁਣਦੇ ਨੇ ਉਦੋਂ ਵੀ ਇਹ ਦੀ ਵੇਖਦੇ ਵੀ ਇਹ ਕਿਹੜੇ ਮਜ਼ਬ ਵਿੱਚੋਂ ਆਏ ਕਿਹੜੇ ਇਲਾਕੇ ਚੋਂ ਆਏ ਆ ਇਹ ਪਾਸ਼ਾ ਦਾ ਸੜਾ ਬੜਾ ਬੜਾ ਵਡੱਪਣ ਸੀ ਫਿਰ ਜਿਹੜੇ ਹਿੰਦੂ ਪਹਾੜੀ ਰਾਜੇ ਸੀ ਉਹਨਾਂ ਨੂੰ ਸਭ ਤੋਂ ਵੱਡੀ ਤਕਲੀਫ ਇਹ ਸੀ ਵੀ ਇਹ ਪਾਸ਼ਾ ਸਾਰਿਆਂ ਨੂੰ ਬਰਾਬਰ ਕਿਉਂ ਕਿ ਗੁਰੂ ਨਾਨਕ ਸਾਹਿਬ ਦੀ ਫਿਲਾਸਫੀ ਆ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਭਾਈ ਲਾਲੋ ਦੇ ਘਰ ਜਾਂਦੇ ਆ ਆ ਸਭ ਤੋਂ ਵੱਡਾ ਪੁਆਇੰਟ ਅੱਜ ਤੁਸੀਂ ਵੇਖੋ ਜਿਹੜੀ ਲੀਡਰਸ਼ਿਪ ਹੈ ਨਾ ਜਦੋਂ ਇਲੈਕਸ਼ਨ ਦਾ ਦਿਨ ਹੋਏਗਾ ਵੋਟਾਂ ਦੇ ਦਿਨ ਹੋਣਗੇ ਉਹ ਆਮ ਬੰਦਿਆਂ ਦੇ ਘਰ ਜਾ ਕੇ ਵੀ ਰੋਟੀ ਖਾਉਂਦੇ ਆ। ਸਧਾਰਨ ਬੰਦੇ ਦੇ ਘਰ ਜਾ ਕੇ ਰੋਟੀ ਖਾਣਗੇ ਉਹਦੇ ਸੋਫੇ ਤੇ ਬਹਿ ਜਾਣਗੇ। ਉਹਦੇ ਬੱਚਿਆਂ ਨੂੰ ਪਿਆਰ ਦੇਣਗੇ ਤੇ ਆਮ ਲੋਕ ਪ੍ਰਭਾਵਿਤ ਹੋ ਜਾਂਦੇ ਵੇਖੋ ਜੀ ਕਿੰਨਾ ਡਾਊਨ ਟੂ ਅਰਥ ਲੀਡਰ ਹੈ। ਕਿੰਨਾ ਜ਼ਮੀਨਾਂ ਜੁੜਿਆ ਹੋਇਆ ਵਿਅਕਤੀ ਆ। ਪਰ ਆਪਾਂ ਇਹ ਕਿੰਨੇ ਭੁੱਲਿਆ ਜਾਂ ਅਸੀਂ ਸਮਝ ਨਹੀਂ ਪਾਉਂਦੇ ਵੀ ਇਹ ਵਿਅਕਤੀ ਸਿਰਫ ਤਾਂ ਆਇਆ ਵੀ ਇਹਨੂੰ ਪਤਾ ਵੀ ਇਹਨਾਂ ਲੋਕਾਂ ਦੀਆਂ ਵੋਟਾਂ ਹੈਗੀਆਂ। ਅਛਾ ਦੁਨਿਆਵੀ ਲੀਡਰ ਸਿਰਫ ਵੋਟਾਂ ਕਰਕੇ ਆਮ ਲੋਕਾਂ ਦੇ ਘਰ ਪਵੇਗਾ ਪਰ ਗੁਰੂ ਨਾਨਕ ਸਾਹਿਬ ਭਾਈ ਲਾਲੋ ਦੇ ਘਰ ਇਸ ਕਰਕੇ ਨਹੀਂ ਗਏ ਕਿ ਮੈਨੂੰ ਉਹਨਾਂ ਨੇ ਵੋਟਾਂ ਪਾਉਣੀਆਂ ਨੇ ਪਰਸ਼ਾ ਦਾ ਬੜਪਣ ਹੈ ਉਹਨਾਂ ਦੇ ਅੰਦਰ ਉਹ ਬਿਰਧਵਾ ਉਹਨਾਂ ਦਾ ਪਰਸ਼ਾ ਦਾ ਆਮ ਲੋਕਾਂ ਦੇ ਨਾਲ ਖਲੋਣਾ ਉਹਨਾਂ ਨਾਲ ਗੱਲਾਂ ਬਾਤਾਂ ਕਰਨੇ ਨੀਚਾ ਅੰਦਰ ਨੀਚ ਜਾਤ ਨੀਚੀ ਹੂ ਆਤ ਨੀਚ ਨਾਨਕ ਤਿਲਕੈ ਸੰਗ ਸਾਥ ਵੱਡਿਆਂ ਸਿਓ ਕਿਆ ਰੀਸ ਪਾਸ਼ਾ ਜੀ ਆਮ ਵਰਗ ਨੂੰ ਜਿਸ ਵਰਗ ਦੇ ਅੱਛਾ ਵੇਖੋ ਜਿੰਨੇ ਵੀ ਲੋਕ ਪਹਿਲਾਂ ਹੋਏ ਨੇ ਲੋਕ ਰਜਵਾੜਿਆਂ ਦੇ ਆਖੇ ਲਾ ਕੇ ਲੜਦੇ ਰਹੇ ਉਹਨਾਂ ਬਦਲੇ ਲੜਦੇ ਰਹੇ ਇਹ ਪਹਿਲਾ ਕੰਮ ਹੋਏਗਾ ਵੀ ਗੁਰੂ ਪਾਸ਼ਾ ਉਹਨਾਂ ਲੋਕਾਂ ਦੀ ਲੜੇ ਜਿਹੜੇ ਝੁੱਗੀਆਂ 'ਚ ਰਹਿੰਦੇ ਸੀ ਝੌਂਪੜੀਆਂ 'ਚ ਰਹਿੰਦੇ ਸੀ ਕੱਚਿਆਂ ਘਰਾਂ 'ਚ ਰਹਿੰਦੇ ਸੀ ਜਿਨ੍ਹਾਂ ਨੂੰ ਉਹਨਾਂ ਦੇ ਬਣਦੇ ਹੱਕ ਨਹੀਂ ਸੀ ਮਿਲਦੇ ਪਾਸ਼ਾ ਉਹਨਾਂ ਦੀ ਹਿੱਕਾਂ ਢਾਹ ਕੇ ਅੱਗੇ ਹੋ ਕੇ ਲੜੇ ਵੀ ਆਓ ਭਾਈ ਮੈਂ ਤੁਹਾਡੇ ਨਾਲ ਆ ਤਗੜੇ ਹੋ ਤੁਸੀਂ ਮੈਂ ਤੁਹਾਡੀ ਇਸ ਮੁਸੀਬਤ ਵਿੱਚ ਇਹੋ ਵਜ੍ਹਾ ਸੀ ਕਿ 파르샤 ਜੀ ਦੇ ਹਰ ਇੱਕ ਇਸ਼ਾਰੇ ਤੇ ਉਹ ਜਾਨਵਾਰ ਨੂੰ ਤਿਆਰ ਹੋ ਜਾਂਦੇ ਸੀ ਪਰ ਅੱਜ ਅਸੀਂ ਇਨੇ ਸਾਲ ਬੀਤਣ ਤੋਂ ਬਾਅਦ ਵੀ ਤੁਸੀਂ ਸਿੱਖ ਨੂੰ ਪੁੱਛ ਕੇ ਵੇਖੋ ਉਹ 파르샤 ਜੀ ਇਸ ਫਲਸਫੀ ਤੋਂ ਕਿਹਾ ਦੂਰ ਜਾ ਕੇ ਬੈਠਾ ਹੋਇਆ 파르샤 ਜੀ ਦਾ ਸਭ ਤੋਂ ਵੱਡਾ ਸਾਡੇ ਤੇ ਕੀਤਾ ਹੋਇਆ ਪਰਪਕਾਰ ਕਿ ਸਾਨੂੰ ਮਹਾਨ ਗੁਰੂ ਗ੍ਰੰਥ ਸਾਹਿਬ ਦੇ ਲੜ ਲਾ ਕੇ ਕਹਿਣਾ ਕਿ ਆ ਗਿਆ ਪਈਆ ਕਾਲ ਕੀ ਤਬਾ ਚਲਾਈ ਉਹ ਪੰਥ ਸਭ ਸਿੱਖ ਨੂੰ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਸਾਨੂੰ ਐਡੀ ਵੱਡੀ ਮਹਾਨ ਪਵਿੱਤਰ ਬਾਣੀ ਦੇ ਕੇ ਉਹ ਤੇ ਗਾੜੀ ਸਜਦਾ ਕਰਕੇ ਸਾਨੂੰ ਕਹਿ ਕੇ ਗਏ ਕਿ ਭਾਈ ਤੁਹਾਡਾ ਗੁਰੂ ਇੱਕ ਹੈ ਅੱਜ ਤੁਸੀਂ ਸਾਰੇ ਵੱਡੀ ਉਮਰ ਦੇ ਬਜ਼ੁਰਗ ਬੈਠੇ ਨੇ ਚਲੋ ਅਹੀਂ ਤੇ ਜੇ ਬਹੁਤ ਤੁਹਾਡੇ ਹਿਸਾਬ ਨਾਲ ਛੋਟੇ ਆ ਪਰ ਤੁਹਾਡੇ ਜੀ ਕੋ 70 ਸਾਲ ਦਾ ਕੋ 80 ਸਾਲ ਦਾ ਕੋ 90 ਸਾਲ ਦਾ ਤੁਸੀਂ ਆਪਣੇ ਗੁਰਦੁਆਰਿਆਂ ਵਿੱਚ ਅੱਜ ਤੱਕ ਸਿਰਫ ਇੱਕੋ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਵੇਖਿਆ ਤੁਸੀਂ ਆਪਣੇ ਜੀਵਨ ਕਾਲ ਦੇ ਵਿੱਚ ਦੋ ਪ੍ਰਕਾਸ਼ ਨਹੀਂ ਵੇਖੇ ਹੁਣੇ ਪਰ ਅੱਜ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਤੁਸੀਂ ਵੇਖੋ ਬਹੁਤ ਕੁਝ ਖੜਾ ਕੀਤਾ ਜਾ ਰਿਹਾ ਦੇਆਂ ਦੀ ਵੀ ਪੂਜਾ ਹੋ ਰਹੀ ਹੈ तरह-तरह ਦੇ ਵੱਖ-ਵੱਖ ਗ੍ਰੰਥ ਰੱਖ ਕੇ ਉਹਨਾਂ ਦੀ ਵੀ ਪੂਜਾ ਕੀਤੀ ਜਾ ਰਹੀ ਹੈ ਸਿੱਖ ਖاموش ਹੈ ਆਉਣ ਵਾਲੀਆਂ ਤੁਹਾਡੀਆਂ نسلਾਂ ਤੁਹਾਡੀਆਂ ਪੀੜੀਆਂ ਪੁੱਛਣਗੀਆਂ ਕਿ ਭਾਈ ਤੁਹਾਡਾ ਗੁਰੂ ਤੇ ਇੱਕ ਸੀ ਤੁਹਾਨੂੰ ਇੱਕ ਗੁਰੂ ਤੇ ਲੜ ਲਾਇਆ ਸੀ ਕਿਤੇ ਐਸਾ ਤਾਂ ਨਹੀਂ ਕਿ ਤੁਸੀਂ ਅਗਲਿਆਂ ਦੀ ਚਾਲ ਦੇ ਵਿੱਚ ਫਸਦੇ ਜਾ ਰਹੇ ਜੇतरह-तरह ਦੇ तमाम ਗ੍ਰੰਥ ਵੱਖਰੇ-ਵੱਖਰੇ ਲਿਆ ਲਿਆ ਕੇ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਪ੍ਰਕਾਸ਼ ਕਰਕੇ ਪਿਛਲੇ ਦਿਨੀ ਆਪ ਜੀ ਨੇ ਦੇਖਿਆ ਹੋਣਾ ਭਾਈ ਮਨਿੰਦਰ ਸਿੰਘ ਜੀ ਸ਼੍ਰੀ ਨਗਰ ਵਾਲਿਆਂ ਨੇ ਇੱਕ ਵੀਡੀਓ ਪਾਈ ਸੀ ਇੰਟਰਨੈਟ ਦੇ ਉੱਤੇ ਅਜੇ ਵੀ ਪਈ ਹੋਈ ਹੈ ਉਹ ਕਿਸੇ ਸਮਾਗਮ ਤੇ ਕੀਰਤਨ ਕਰਨ ਜਾਂਦੇ ਆ ਉੱਥੇ ਕੀ ਹੁੰਦਾ ਵਾ ਕਿ ਜਾਂਦਿਆਂ ਨੂੰ ਕੋਈ ਕੀਰਤਨ ਸਿੰਘ ਕਰ ਰਿਹਾ ਹੁੰਦਾ ਇਹ ਵੀ ਜਾ ਕੇ ਆਪਣੇ ਸਾਜ਼ ਖੋਲ ਕੇ ਕੀਰਤਨ ਸ਼ੁਰੂ ਕਰ ਦਿੰਦੇ ਆ ਜਦੋਂ ਇਹ ਕੀਰਤਨ ਕਰਕੇ ਉਥੋਂ ਅਰਦਾਸ ਹੁੰਦੀ ਹੈ ਜਦੋਂ ਮੁਖਵਾਕ ਲਿਆ ਜਾਂਦਾ ਤੇ ਉਹ ਗੁਰੂ ਗ੍ਰੰਥ ਸਾਹਿਬ ਹੁੰਦਾ ਹੀ ਨਹੀਂ ਜਦ ਹੀ ਹਜੂਰੀ ਦੇ ਵਿੱਚ ਕੀਰਤਨ ਕੀਤਾ ਹੁੰਦਾ ਚੰਦੋਆ ਵੀ ਲੱਗਾ ਸਾਰਾ ਕੁਝ ਉੱਤੇ ਚੌਰ ਵੀ ਹੋਇਆ ਹੈ ਗਰੰਥੀ ਸਿੰਘ ਤਾਬਿਆ ਵੀ ਬੈਠਾ ਹੈ ਭਾਈ ਮਨਿੰਦਰ ਸਿੰਘ ਸ਼੍ਰੀਨਗਰ ਵਾਲਿਆਂ ਨੇ ਆਣ ਕੇ ਫਿਰ ਘਰ ਵੀਡੀਓ ਬਣਾ ਕੇ ਪਾਈ ਕਿ ਕੱਲ ਨੂੰ ਕੋਈ ਮੇਰੇ ਬਾਰੇ ਦੱਸੇ ਮੈਂ ਖੁਦ ਦੱਸ ਦਿੰਦਾ ਕਿ ਮੈਂ ਆਪਣੀ ਗਲਤੀ ਮੰਨਦਾ ਮੇਰਾ ਫਰਜ ਬੰਦਾ ਸੀ ਪਹਿਲਾਂ ਵੇਖ ਲੈਂਦਾ ਪਰ ਹੁਣ ਮੰਨ ਲਓ ਕੋਈ ਇਦਾਂ ਦਾ ਹੀ ਇਹਦਾ ਪੀੜਾ ਸਾਹਿਬ ਲੈ ਕੇ ਉਹਦੇ ਵਿੱਚ ਪ੍ਰਕਾਸ਼ ਕਰਕੇ ਚੰਦੂਆ ਲਾ ਦੇ ਪਾਲਕੀ ਦੇ ਵਿੱਚ ਰੱਖ ਦੇਵੇ ਸਭ ਕੁਝ ਕਰ ਦੇਵੇ ਦੀਵਾਨ ਸਜਾ ਦੇ ਇਹ ਤਾਂ ਭਾਈ ਮਨਿੰਦਰ ਸਿੰਘ ਨੇ ਆਪਣੀ ਇਮਾਨਦਾਰੀ ਨਾਲ ਵੀਡੀਓ ਬਣਾ ਕੇ ਪਾਤੀ ਕਿਉਂ ਗੁਰੂ ਗ੍ਰੰਥ ਸਾਹਿਬ ਨਹੀਂ ਸੀ ਕਿਉਂਕਿ ਉਹਨਾਂ ਨੇ ਪੜਿਆ ਉਹ ਕੀਰਤਨ ਕਰਦੇ ਆ ਪਰ ਮਾਰਿਓ ਧਿਆਨ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਪੜਿਆ ਹੀ ਨਾ ਹੋਵੇ ਉਹਨਾਂ ਨੂੰ ਕੀ ਪਤਾ ਹੋਵੇਗਾ ਵੀ ਇਹ ਸਾਡਾ ਗੁਰੂ ਹੈਗਾ ਕਿ ਨਹੀਂ ਹੈਗਾ ਧਿਆਨ ਨਾਲ ਸੋਚ ਕੇ ਵੇਖੋ ਜੇ ਮਾਲੋ ਅਜੇ ਤੱਕ ਜਿਸ ਸਿੱਖ ਨੇ ਅਜੇ ਤੱਕ ਕਦੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਰਸ਼ਨ ਹੀ ਨਹੀਂ ਕੀਤੇ ਅਜੇ ਤੱਕ ਸਿਰਫ ਆਇਆ ਗੋਲਕ ਵਿੱਚ 10 20 150 ਰੁਪਏ ਪਾਏ ਪ੍ਰਕਰਮਾ ਕੀਤੀਆਂ ਤੇ ਚਲਾ ਗਿਆ ਜੇ ਸਿੱਖ ਨੂੰ ਇਹ ਨਹੀਂ ਪਤਾ ਵੀ ਗੁਰੂ ਗ੍ਰੰਥ ਸਾਹਿਬ ਦੀ ਪਹਿਲੀ ਬਾਣੀ ਕਿਹੜੀ ਹੈ ਦੂਜੀ ਬਾਣੀ ਕਿਹੜੀ ਹੈ ਤੀਜੀ ਬਾਣੀ ਕਿਹੜੀ ਹੈ ਪਹਿਲਾ ਰਾਗ ਕਿਹੜਾ ਦੂਜਾ ਰਾਗ ਕਿਹੜਾ ਤੀਜਾ ਰਾਗ ਕਿਹੜਾ ਸਾਹਿਬ ਜੀ ਧਿਆਨ ਨਾਲ ਸੁਣਿਓ ਜੇ ਸਾਨੂੰ ਆਪਣੀਆਂ ਨਿੱਜੀ ਜਾਇਦਾਦਾਂ ਬਾਰੇ ਇਹ ਨਾ ਪਤਾ ਹੁੰਦਾ ਵੀ ਮੇਰੇ ਸ਼ਹਿਰ ਚ ਪਲਾਟ ਕਿੰਨੇ ਨੇ ਮੇਰੀਆਂ ਕੋਠੀਆਂ ਕਿੰਨੀਆਂ ਨੇ ਮੇਰੀਆਂ ਦੁਕਾਨਾਂ ਕਿੰਨੀਆਂ ਨੇ ਜੇ ਜ਼ਿੰਮੇਦਾਰ ਹੈ ਤੇ ਬੰਦਾ ਆਪਣੀ ਜੀ ਇੱਕ ਕਿੱਲਾ ਜ਼ਮੀਨ ਵੀ ਮੁੱਲ ਖਰੀਦਾ ਤੇ ਆਪਣੇ ਬੱਚਿਆਂ ਨੂੰ ਵਿਖਾ ਕੇ ਲਿਆਉਂਦਾ ਪੁੱਤ ਆ ਜ਼ਮੀਨ ਹੈ ਤੁਹਾਡੀ ਜੇ ਅਸੀਂ ਦੁਨਿਆਵੀ ਜਾਇਦਾਦ ਆਪਣੇ ਬੱਚਿਆਂ ਨੂੰ ਵਿਖਾਉਣੇ ਆ ਵੀ ਇਹ ਨਾ ਹੋਵੇ ਸਾਡੇ ਅੱਖਾਂ ਮੀਟਣ ਤੋਂ ਬਾਅਦ ਤੁਹਾਨੂੰ ਕੋਈ ਲੁੱਟ ਲਵੇ ਧੋਖਾ ਕਰੇ ਤੁਹਾਡੇ ਨਾਲ ਤੇ ਸਾਡਾ ਇਹ ਵੀ ਤੇ ਸਾਡੀ ਜਾਇਦਾਦ ਸੀ ਪਿਉ ਦਾਦੇ ਕਾ ਖੋਲ ਡਿਠਾ ਬੋਲੋ ਜੀ ਪਿਉ ਦਾਦੇ ਕਾ ਹੁਣ ਖੋਲਿਆ ਕਿੰਨਿਆਂ ਕਿਨੇ ਆਪਾਂ ਪਰਸ਼ਾ ਦਾ ਪ੍ਰਕਾਸ਼ ਪੁਰ ਮਨਾ ਰਹੇ ਆ ਕਿੰਨਿਆਂ ਨੇ ਖੋਲ ਕੇ ਵੇਖਿਆ ਕਿੰਨਿਆਂ ਨੇ ਸਮਝਣ ਦੀ ਕੋਸ਼ਿਸ਼ ਕੀਤੀ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਮਾਰੇ ਸਾਨੂੰ ਲਿਖ ਕੇ ਕੀ ਦੇ ਕੇ ਗਏ ਨੇ ਅੱਜ ਖਲਾਕ ਇੱਥੋਂ ਪੈਦਾ ਹੋ ਰਿਹਾ ਹੈ ਪਾਸ਼ਾ ਜੀ ਨੇ ਜੋ ਸਾਨੂੰ ਵਿਚਾਰ ਤਾਰਾ ਬਖਸ਼ਿਸ਼ ਕੀਤੀ ਹੈ ਸਮੱਸਿਆ ਇੱਥੇ ਹੈ ਮੈਂ ਕਈ ਵਾਰੀ ਸੋਚਦਾ ਜਦੋਂ ਗੁਰੂ ਅਰਜਨ ਸਾਹਿਬ ਮਹਾਰਾਜ ਨਾ ਬਾਣੀ ਦੀ ਸੰਪਾਦਨਾ ਕਰਾ ਰਹੇ ਸੀ ਤੇ ਚਾਰ ਕਵੀ ਇਕੱਠੇ ਹੋ ਕੇ ਆ ਗਏ ਉਹ ਕਹਿੰਦੇ ਸਾਡੀਆਂ ਵੀ ਰਚਨਾਵਾਂ ਵਿੱਚ ਦਰਜ ਕਰੋ ਆਣ ਕੇ ਮਾਰੇ ਕਹਿੰਦੇ ਲਿਆਓ ਸੁਣਾਓ ਪਹਿਲਾਂ ਆਪਣੀ ਉਜਲੇ ਚਾਰੇ ਕਵੀ ਆਏ ਨਾ ਉਹਨਾਂ ਦੀਆਂ ਰਚਨਾਵਾਂ ਮਹਾਰਾਜ ਨੇ ਸੁਣੀਆਂ ਕੋਈ ਆਂਦਾ ਮੈਂ ਉਹੀ ਰੇ ਮੈਂ ਉਹੀ ਰੇ ਜਾਂ ਕੋ ਨਾਰਦ ਮੁੰਜਨ ਸੇਵੇ ਖੋਜ ਦੇਖੋ ਸਭ ਕੋਈ ਰੇ ਵੀ ਮੈਂ ਉਹੀ ਆਂ ਜਿਹਨੂੰ ਨਾਰਦ ઋષਿ ਮੁੰਨੀ ਲੱਭਦੇ ਫਿਰਦੇ ਯਾਨੀ ਕਿ ਮੈਂ ਰਬ ਹੀ ਆਂ ਬਾਦਸ਼ਾਹ ਕਹਿੰਦਾ ਤੇਰੀ ਤੇ ਭਾਈ ਜਿਹੜੀ ਰਚਨਾ ਉਹ ਤੇ ਹੰਕਾਰ ਨਾਲ ਭਰੀ ਪਈ ਐ ਦੂਜੇ ਨੇ ਪੁੱਛਿਆ ਤੂੰ ਸੁਣਾ ਕਹਿੰਦਾ ਕਾਗਦ ਸੰਧੀ ਪੂਤਰੀ ਤਉਨਾ ਤਰਿਆ ਨਿਹਾਰ ਇੱਕ ਚੰਮ ਦੀ ਬਣੀ ਔਰਤਾਂ ਦੂਰ ਦੀ ਗੱਲ ਹੈ ਪੇਪਰ ਦੇ ਉੱਤੇ ਵੀ ਕਿਸੇ ਔਰਤ ਦੀ ਫੋਟੋ ਹੋਵੇ ਉਹਦੇ ਵੱਲ ਵੀ ਨਹੀਂ ਰੱਖਣਾ ਇਹਦੇ ਨਾਲ ਇਮਾਨ ਡੋਲਦਾ ਪਾਸ਼ਾ ਕਹਿੰਦੇ ਤੇਰੀ ਰਚਨਾ ਤੇ ਭਾਈ ਬੜੀ ਘਟਿਆ ਦਰਜੇ ਦੀ ਹੈ ਸਾਡੇ ਤੇ ਆਖਿਆ ਸੋਕੋ ਮੰਦਾ ਕੀ ਹੈ ਬੋਲੋ ਸਾਰੀ ਜਿੱਤ ਜਮਾ ਸਾਡੇ ਤਾਂ ਔਰਤ ਨੂੰ ਰਿਸਪੈਕਟ ਦਿੱਤੀ ਹੋਈ ਹੈ ਸਾਡਾ ਕੋਈ ਬੁੱਧ ਧਰਮ ਵਾਂਗੂ ਇਹ ਥੋੜਾ ਵੀ ਅਸੀਂ ਔਰਤ ਦੇ ਪੈਰਾਂ ਵੱਲ ਵੇਖਣਾ ਤੁਸੀਂ ਰਾਜ ਰਾਜ ਵੇਖੋ ਪਰ ਤਿੰਨ ਰਿਸ਼ਤੇ ਕਾਇਮ ਕਰ ਲੋ ਦੇਖ ਪਰਾਈਆਂ ਚੰਗੀਆਂ ਮਾਵਾਂ ਪੈਣਾ ਧੀਆ ਜਾਣੇ ਤੀਜੇ ਨੂੰ ਕਿਆ ਤੂੰ ਸੁਣਾ ਬਈ ਉਹ ਅਗਿਓ ਉਹ ਤੇ ਜਿਹੜੀ ਉਹਦੀ ਰਚਨਾ ਸੀ ਉਹਦੀ ਵੀ ਬਹੁਤ ਹੀ ਢੈਂਦੀ ਕਲਾ ਵਾਲੀ ਕਹਿੰਦੇ ਸਾਡੇ ਨਾਲੋਂ ਸੇ ਭਲੇ ਜੇ ਜੰਮਦਿਆਂ ਹੀ ਮੂਏ ਵੀ ਸਾਡੇ ਨਾਲ ਉਹ ਚੰਗੇ ਜਿਹੜੇ ਜੰਮਦਿਆਂ ਹੀ ਪ੍ਰਾਣ ਦੇ ਗਏ ਯਾਨੀ ਕਿ ਜਿਨ੍ਹਾਂ ਦੁਨੀਆਂ ਤੇ ਆਣ ਕੇ ਪੈਰ ਰੱਖਿਆ ਹੀ ਨਹੀਂ ਸਾਡੇ ਨਾਲ ਉਹ ਹੀ ਚੰਗੇ ਵੀ ਇਹਦੇ ਨਾਲ ਮਤਲਬ ਇਹ ਹੈ ਵੀ ਅਸੀਂ ਜੰਮਦੇ ਹੀ ਖਤਮ ਹੋ ਜਾਂਦੇ ਨਾ ਦੁਨੀਆਂ ਦੇ ਚੱਕੜ ਲੱਗਦਾ ਸਾਨੂੰ ਕਹਿੰਦੇ ਭਾਈ ਤੂੰ ਤੇ ਬਹੁਤੀ ਨਿਰਾਸ਼ਾਵਾਦੀ ਵਿਚਾਰ ਚੱਕੀ ਫਿਰਦਾ ਹੈ ਚੌਥੇ ਨੂੰ ਪੁੱਛਿਆ ਤੂੰ ਸੁਣਾ ਬਈ ਕਹਿੰਦਾ ਚੁੱਪ ਵੇੜਿਆ ਚੁੱਪ ਵੇੜਿਆ ਬੋਲਣ ਦੀ ਨਹੀਂ ਜਾ ਵੇੜਿਆ ਉਹਨੇ ਹਿਸਾਬ ਲਾ ਲਿਆ ਵੀ ਤਿੰਨਾਂ ਦੀ ਪਹਿਲਾਂ ਦੀ ਨਹੀਂ ਚੱਲੀ ਤੇ ਮੇਰੀ ਰਚਨਾ ਕਿੱਥੋਂ ਪ੍ਰਵਾਨ ਹੋਣੀ ਹੈ ਜਿਹੜੇ ਪਾਦਸ਼ਾਹ ਉਹਨਾਂ ਕਵੀਆਂ ਦੀਆਂ ਰਚਨਾਵਾਂ ਨੂੰ ਪ੍ਰਵਾਨ ਨਹੀਂ ਕਰਦੇ ਰਹੇ ਸੋਚ ਕੇ ਵੇਖਿਓ ਤੁਸੀਂ ਧਿਆਨ ਲਾ ਕੇ ਅੱਜ ਸਿੱਖ ਅੱਜ ਸਿੱਖ ਨੂੰ ਸਮਝਾਉਣ ਤੇ ਜ਼ੋਰ ਲੱਗ ਰਿਹਾ ਮੈਂ ਕਈ ਵਾਰੀ ਮਹਿਸੂਸ ਕਰਦਾ ਅੱਜ ਅਗਲੇ ਕਿੱਥੋਂ ਕਿੱਥੇ ਪਹੁੰਚ ਗਏ ਕਿਉਂਕਿ ਅਸੀਂ ਬਾਣੀ ਖੁਦ ਨਹੀਂ ਪੜੀ ਵਿਚਾਰ ਗੋਸ਼ਟੀ ਉਹਦੇ ਨਾਲ ਹੁੰਦੀ ਹੈ ਜਿਹਨੇ ਥੋੜੀ ਬਹੁਤੀ ਬਾਣੀ ਪੜ੍ਹੀ ਹੋਵੇ ਜਿਹਨੂੰ ਮਾੜਾ ਮੋੜ ਗੁਰਮਤਿ ਦਾ ਬਹੁਤ ਗਿਆਨ ਹੋਵੇ ਅੱਜ ਮਾਰੇਓ ਧਿਆਨ ਮੈਂ ਤੁਹਾਡੇ ਵਿੱਚੋਂ ਕਈਆਂ ਦੇ ਤੀਪੂਤ ਵਿਦੇਸ਼ਾਂ ਚ ਹੁਣੇ ਨੇ ਗੋਰੇ ਲੋਕ ਨਾ ਜੇ 8-10 ਸਾਲ ਦਾ ਬੱਚਾ ਵੀ ਘੁੰਮਣ ਜਾਊਗਾ ਉਹਦੇ ਹੱਥ ਕਿਤਾਬ ਹੋਏਗੀ ਜੇ 40-50 ਸਾਲ ਦਾ ਵਿਅਕਤੀ ਵੀ ਬਾਹਰ ਕਿਤੇ ਘਰੋਂ ਨਿਕਲੂਗਾ ਉਹਦੇ ਕੋਲ ਵੀ ਕਿਤਾਬ ਹੋਏਗੀ ਪਲੇਨ 'ਚ ਬੈਠਾ ਤਾਂ ਕਿਤਾਬ 에ਅਰਪੋਰਟ ਤੇ ਬੈਠਾ ਤਾਂ ਕਿਤਾਬ ਅਗਲਿਆਂ ਨੇ ਪਾਰਕਾਂ ਦੇ ਵਿੱਚ ਵੀ ਲਾਇਬ੍ਰੇਰੀਆਂ ਬਣਾਤੀਆਂ ਕਿ ਜੇ ਕੋ ਬੰਦਾ ਇੱਥੇ ਆਇਆ ਵਾ ਤੇ ਇੱਥੇ ਕਿਤਾਬ ਲੈ ਕੇ ਪੜ੍ਹੇ ਤੁਸੀਂ ਆਪਣੀ ਜ਼ਿੰਦਗੀ ਚ ਵੇਖਿਆ ਹੋਣਾ ਕਈ ਵੀ ਜਿਹੜੇ ਵਿਦੇਸ਼ਾਂ ਜਾਂਦੇ ਨੇ ਵੀ ਤੁਸੀਂ ਤੁਸੀਂ 8-10 ਸਾਲ ਦੇ ਬੱਚੇ ਨੂੰ ਵੀ ਪੜ੍ਹਦੇ ਵੇਖੋਗੇ ਤੇ 60-70-80 ਸਾਲ ਦੇ ਬਜ਼ੁਰਗ ਨੂੰ ਵੀ ਗੋਰੇ ਨੂੰ ਪੜ੍ਹਦਾ ਵੇਖੋਗੇ ਤੁਸੀਂ ਕਦੀ ਐਦਾਂ ਵੇਖਿਆ ਵੀ ਕੋਈ ਪੰਜਾਬੀ ਸਰਦਾਰ ਸਿਰ ਤੇ ਪੱਗ ਬੰਦੀ ਹੋਵੇ ਰੇਲਵੇ ਸਟੇਸ਼ਨ ਤੇ ਟਰੇਨ ਡਿੱਗ ਰਿਹਾ ਹੋਵੇ ਤੇ ਹੱਥ ਚ ਕਿਤਾਬ ਹੋਵੇ ਕਿਤੇ 에어ਪੋਰਟ ਤੇ ਉਹ ਅਗਲੀ ਫਲਾਈਟ ਦਾ ਇੰਤਜ਼ਾਰ ਕਰਦਾ ਹੱਥ ਚ ਕਿਤਾਬ ਫੜੀ ਹੋਵੇ ਮੈਂ ਤਾਂ ਹਰ ਸਟੇਜ ਤੇ ਕਹਿੰਦਾ ਜਿੱਦਨ ਤੁਹਾਨੂੰ ਕੋਈ ਸਰਦਾਰ ਇਦਾਂ ਦਾ ਲੱਭ ਜੇ ਉਹਦੀ ਫੋਟੋ ਜ਼ਰੂਰ ਲਾਇਓ ਤਾਂ ਕਿ ਆਪਾਂ ਵੀ ਲੋਕਾਂ ਨੂੰ ਦੱਸ ਸਕੀਏ ਵੀ ਸਾਡੇ ਵੀ ਪੰਜਾਬੀ ਬੋਲੋ ਸਾਰੇ ਜੀ ਪੜਦੇ ਆ ਸਾਨੂੰ ਸ਼ੌਂਕ ਹੀ ਨਹੀਂ ਅੱਛਾ ਜਿਸ ਬੰਦੇ ਨੇ ਕਿਤਾਬ ਨਹੀਂ ਪੜ੍ਹੀ ਉਹ ਸਟੇਟਮੈਂਟ ਦੇ ਰਿਹਾ ਕਿਤਾਬ ਬਾਰੇ ਜਿਸ ਬੰਦੇ ਨੇ ਜੋ ਕੁਝ ਪੜ੍ਹਿਆ ਨਹੀਂ ਉਹਦੇ ਬਾਰੇ ਵਿਚਾਰ ਦੇ ਰਿਹਾ ਵੀ ਤੂੰ ਤੇ ਪੜ੍ਹਿਆ ਹੀ ਨਹੀਂ ਭਾਈ ਤੈਨੂੰ ਉਹਦੇ ਬਾਰੇ ਕੀ ਪਤਾ ਤੂੰ ਕਿਉਂ ਕਹਿ ਰਿਹਾ ਕਿਦਾਂ ਮੈਨੂੰ ਕਿਸੇ ਨੇ ਕਿਹਾ ਸੀ ਗੱਲ ਕਿਸੇ ਦੇ ਕਹਿਣ ਦੀ ਨਹੀਂ ਮੈਂ ਤਾਂ ਬੇਨਤੀ ਕਰਦਾ ਵੀ ਜੇ ਸੱਚੇ ਪਾਤਸ਼ਾਹ ਧੰਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਅਸੀਂ ਪ੍ਰਕਾਸ਼ ਪੁਰ ਮਨਾ ਰਹੇ ਆ ਨਾ ਜੇ ਸੱਚੀ ਸਾਡਾ ਅੰਦਰੂਨੀ ਪਿਆਰ ਆ ਪਾਤਸ਼ਾਹ ਨਾਲ ਤੇ ਕੰਮ ਕਰੀਏ ਇੱਕ ਤਾਂ ਆਪਣੇ ਘਰਾਂ ਚ ਸਹਿਜ ਪਾਠ ਸ਼ੁਰੂ ਕਰੋ ਜਿਨ੍ਹਾਂ ਨੇ ਅਜੇ ਤੱਕ ਸਤਗੁਰ ਦੀ ਬਾਣੀ ਦੇ ਪਾਠ ਦਰਸ਼ਨ ਨਹੀਂ ਕੀਤੇ ਵੇਖੋ ਦਰਸ਼ਨ ਦੋ ਕਿਸਮ ਦੇ ਹੁੰਦੇ ਇੱਕ ਹੁੰਦਾ ਵੀ ਆਪ ਆਏ ਮੱਥਾ ਟੇਕਿਆ ਪ੍ਰਕਰਮਾ ਕੀਤੀਆਂ ਚਲੇ ਗਏ ਏਕਾ ਪਾਠ ਦਰਸ਼ਨ ਵੀ ਗੁਰੂ ਸਾਹਿਬ ਦਾ ਰਮਾਲਾ ਚੱਕ ਕੇ ਮੈਂ ਗੁਰੂ ਗ੍ਰੰਥ ਸਾਹਿਬ ਦੇ ਸ਼ਬਦਾਂ ਨੂੰ ਸਮਝਣਾ ਵਾ ਪਾਠ ਕਰਨਾ ਵਾ ਵੇਖੋ ਅੱਜ ਗੱਲ ਸਾਰੀ ਵਿੱਚ ਆ ਅੱਜ ਲੋਕ ਮਨ ਦੀ ਸ਼ਾਂਤੀ ਵਾਸਤੇ ਫੀਸਾਂ ਦੇ ਰਿਆ ਲੈਕਚਰ ਅਟੈਂਡ ਕਰ ਰਹੇ ਆ ਗੁਰੂ ਪਾਰਸ਼ਾ ਜੀ ਦੀ ਬਾਣੀ ਨੂੰ ਧਿਆਨ ਨਾਲ ਪੜ੍ਹ ਕੇ ਵੇਖੋ ਪਾਸ਼ਾ ਜੀ ਮਨ ਦੇ ਟਿਕਾ ਵਾਸਤੇ ਕਿੰਨੇ ਨਿਗਰ ਵਿਚਾਰ ਦਿੱਤੇ ਨੇ ਪਾਸ਼ਾ ਜੀ ਨੇ ਐਸਾ ਕਰੋ ਵਿਚਾਰ ਗਿਆਨੀ ਜਾਂ ਤੇ ਪਾਈਏ ਪਾਤ ਮਿਹਰਬਾਨੀ ਆਸ-ਪਾਸ ਬਿਖੂਆ ਕੇ ਕੁੰਟਾ ਵੀ ਚੰਮਰਤ ਹੈ ਭਾਈ ਰੇ ਜੇ ਦੁਨੀਆ ਦੇ ਪਦਾਰਥਾਂ ਨਾਲ ਹੀ ਮਨੁੱਖ ਨੇ ਸੁਖੀ ਹੋਣਾ ਹੋਵੇ ਤੇ ਪਦਾਰਥਾਂ ਦੁਨੀਆ ਦੇ ਕੋਲ ਬਹੁਤ ਨੇ ਚੰਗੇ ਚੰਗੇ ਘਰ ਨੇ ਪੈਸਾ ਮਨੁੱਖ ਦੇ ਕੋਲ ਬਹੁਤ ਹੈ ਜੇ ਪਦਾਰਥਾਂ ਵਿੱਚ ਸਕੂਨ ਹੋਵੇ ਨਾ ਤੇ ਅੱਜ ਪਦਾਰਥਾਂ ਦੀ ਕੋਈ ਕਮੀ ਨਹੀਂ ਬੰਦੇ ਕੋਲ ਚੰਗਾ ਘਰ ਵੀ ਹੈਗਾ ਹੈ ਚੰਗੀਆਂ ਗੱਡੀਆਂ ਵੀ ਹੈਗੀਆਂ ਨੇ ਬੈਂਕ ਬੈਲੈਂਸ ਵੀ ਹੈ ਕੱਪੜੇ ਤਰ੍ਹਾਂ ਤਰ੍ਹਾਂ ਦੇ ਪਾਉਣ ਲਈ ਮਨੁੱਖ ਦੇ ਕੋਲ ਪਰ ਫਿਰ ਵੀ ਬੇਚੈਨੀ ਹੈ ਉਹ ਜਿਹੜਾ ਮਨ ਦਾ ਸਕੂਨ ਹੈ ਨਾ ਮਨ ਦਾ ਸਕੂਨ ਉਹ ਪਾਤਸ਼ਾਹ ਜੀ ਕਹਿੰਦੇ ਤੈਨੂੰ ਆਪਣੇ ਚੰਗੇ ਕੰਮਾਂ ਚੋਂ ਪੈਦਾ ਕਰਨਾ ਪੈਣਾ ਮੈਂ ਕਹਿੰਦਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਆਪਾਂ ਕਈ ਵਾਰੀ ਸਮਾਜ ਵਿੱਚ ਕਹਿੰਨੇ ਆ ਮੈਂ ਰੱਬ ਦਾ ਨਾਮ ਲੈਣਾ ਮੈਨੂੰ ਸ਼ਾਂਤੀ ਚਾਹੀਦੀ ਆ ਇੱਕ جنگ ਲਾਣੀ ਪਵੇ ਤੇ ਬੰਦੇ ਦੇ ਕੋਲੋਂ ਨਾ ਮੁੜ ਕੇ ਪੈਰਾਂ ਸਿਰ ਖੜਾ ਨਹੀਂ ਹੋਇਆ ਜਾਂਦਾ 14 ਜੰਗਾਂ ਪਾਤਸ਼ਾਹ ਨੇ ਆਪਣੇ ਜੀਵਨ ਦੇ ਵਿੱਚ ਲੜੀਆਂ ਹੋਣ ਤੇ ਅੰਦਰ ਇੰਨਾ ਟਿਕਿਆ ਹੋਵੇ ਪਾਤਸ਼ਾਹ ਦਾ ਸੋਚੋ ਕਿਹੜੀ ਸ਼ਾਂਤੀ ਹੋਏਗੀ ਉਹ ਲੋ ਗੁਰੂ ਕੇ ਪਿਆਰੇਓ 14 ਜੰਗਾਂ ਲੜੀਆਂ ਹੋਣ ਤੇ ਅੰਦਰ ਦਾ ਟਿਕਾਅ ਇੰਨਾ ਹੋਵੇ ਕਿ ਸਭ ਜਦਾਂ ਦੇ ਲਾਸ਼ਾਂ ਦੇ ਲਾਗੋਂ ਵੀ ਲੰਘ ਜਾਣ ਤੇ ਉਹੇ ਤੱਕ ਨਾ ਕਹਿਣ ਕਿਸੇ ਨੂੰ ਤੁਹਾਨੂੰ ਇਹੋ ਜਿਹਾ ਟਿਕਾ ਦੁਨੀਆ ਦੇ ਕਿਸੇ ਰਹਿਬਰ ਚ ਨਹੀਂ ਮਿਲੇਗਾ ਇਹੋ ਜਿਹਾ ਟਿਕਿਆ ਹੋਇਆ ਜੀਵਨ ਤੁਹਾਨੂੰ ਮਿਲ ਜਾਏਗਾ ਕਿਤੇ ਬਾਹਰ ਜੰਗਾ ਹੋ ਜਾਂ ਪਰ ਵੱਟ ਫਟ ਹੋ ਰਹੀ ਹੋਵੇ ਆਪਣੇ ਵੀ ਸਾਹ ਛੱਡ ਜਾਣ ਜਦੋਂ ਪੰਗਾਣੀ ਦਾ ਜੁੱਧ ਹੋਇਆ ਨਾ ਉਸ ਤੋਂ ਪਹਿਲਾਂ 500 ਪਠਾਨ ਸੀ ਜਿਹੜੇ ਔਰੰਗਜ਼ੇਬ ਦੇ ਕਿਸੇ ਸਮੇ ਗਦਾਰੀ ਕਰਨ ਕਰਕੇ ਉਹਨੇ ਆਪਣੀ ਫੌਜ ਚੋਂ ਬਾਹਰ ਕੱਢ ਦਿੱਤੇ ਸੀ ਹੁਣ ਨੌਕਰੀ ਸੀ ਉਹਨਾਂ ਦੀ ਨੌਕਰੀ ਦੇ ਨਾਲ ਹੀ ਘਰ 'ਚ ਚੁੱਲਿਆਂ 'ਚ ਅੱਗ ਬਲਦੀ ਸੀ ਪੀਰ ਬੁੱਧੂ ਸ਼ਾਹ ਦੇ ਕੋਲੋਂ 500 ਦਾ 500 ਪਠਾਨ ਇਕੱਠਾ ਹੋ ਕੇ ਗਿਆ ਵੀ ਪੀਰ ਜੀ ਅਸੀਂ ਤੇ ਭੁੱਖੇ ਮਰ ਚੱਲੇ ਆ ਸਾਡੀ ਬਾਹ ਫੜੋ ਤੇ ਪੀਰ ਬੁੱਧੂ ਸ਼ਾਹ ਦੇ ਪਾਦਸ਼ਾਹ ਦੇ ਨਾਲ ਰਿਲੇਸ਼ਨ ਬਹੁਤ ਪੱਕੇ ਸੀ ਚੰਗੇ ਸੀ ਪੀਰ ਬੁੱਧੂ ਸ਼ਾਹ ਸਡੋਰੇ ਦਾ ਰਹਿਣ ਵਾਲਾ ਸੀ ਪੰਘਾਣੀ ਤੋਂ 27 ਕਿਲੋਮੀਟਰ ਦੂਰ ਹੈ ਜੀ ਸਡੋਰਾ ਜਿੱਥੇ ਉਹਦਾ ਪੀਰ ਬੁੱਧੂ ਸ਼ਾਹ ਰਹਿਣ ਵਾਲਾ ਸੀ 27 ਕਿਲੋਮੀਟਰ ਸਿਰਫ ਪੀਰ ਬੁੱਧੂ ਸ਼ਾਹ ਨੂੰ ਜਦੋਂ ਪਤਾ ਲੱਗਾ ਉਹ ਪਾਦਸ਼ਾਹ ਦੇ ਕੋਲ ਗਿਆ ਕਹਿੰਦਾ ਪਾਦਸ਼ਾਹ ਮੇਰੀ ਬੇਨਤੀ ਆ ਤਾਨੂੰ ਫੌਜਾਂ ਦੀ ਲੋੜ ਪੈਂਦੀ ਆ ਆ 500 ਪਠਾਨ ਮੇਰੇ ਕਹਿਣ ਤੇ ਆਪਣੀ ਫੌਜ ਵਿੱਚ ਭਰਤੀ ਕਰ ਲੋ ਇਹ ਤੁਹਾਡੇ ਲੋੜ ਪੈਣ ਤੇ ਤੁਹਾਡਾ ਸਾਥ ਦਿਆ ਕਰਨਗੇ ਇਹਨਾਂ ਦੀ ਬੰਦੀ ਤੁਸੀਂ ਪਗਾਰ ਦਿਓ ਜਿੰਨੀ ਕੁ ਮਿਹਨਤ ਆ ਇਹਨਾਂ ਦੀ ਤਨਖਾਹ ਦੇਈ ਜਾਓ ਤਾਂ ਕਿ ਇਹਨਾਂ ਦੇ ਬੱਚੇ ਰੋਟੀ ਖਾ ਸਕਣ ਪਾਸ਼ਾ ਏਡੇ ਪਰਪਕਾਰੀ ਕਹਿੰਦੇ ਠੀਕ ਹੈ ਕੋਈ ਗੱਲ ਨਹੀਂ ਪਰ ਜਦੋਂ ਪੰਗਾਣੀ ਦਾ ਯੁੱਧ ਆਇਆ ਉਹ 500 ਦਾ 500 ਪਠਾਨ ਕੁਝ ਪਠਾਣਾ ਨੂੰ ਛੱਡ ਕੇ ਪਹਾੜੀ ਰਾਜੇ ਨਾਲ ਜਾੜਲੇ ਪਾਸ਼ਾ ਫਿਰ ਵੀ ਉਲਾਮਾ ਨਹੀਂ ਦਿੰਦੇ ਕਿਸ ਨੂੰ ਸਾਡੇ ਇਥੇ ਬੰਦੇ ਜੇ ਕਿਸੇ ਦਾ ਮੜਿਆ ਕੰਮ ਸਵਾਰਦਨ ਤੇ ਉਹ ਤੁਹਾਡੇ ਆਖੇ ਨ ਲਗੇ ਆਪਾਂ ਲਾਂਮੇ ਦੇ ਦੇ ਕੇ ਜਦੋਂ ਤੱਕ ਉਹ ਮਰ ਨਹੀਂ ਨ ਜਾਂਦਾ ਉਹਦੀ ਉਹ ਜਖਣਾ ਪੁਰਦਿਆਂ ਵੀ ਉਹ ਬੰਦਾ ਉਦਾਂ ਹੀ ਹਾਰਟ ਐਟੈਕ ਦਾ ਮਰੀਜ਼ ਕਈ ਵਾਰੀ ਦਮ ਤੋੜ ਜਾਂਦਾ ਪਰਪਕਾਰ ਕਰਨਾ ਨੇਕੀ ਕਰਨੀ ਹੈ ਪਰ ਅਸੀਂ ਕਿਸੇ ਦਾ ਬੁਰਾ ਅਸੀਂ ਸੁਣਾਉਣਾ ਨਹੀਂ ਕਿਸੇ ਨੂੰ ਤੁਸੀਂ ਕਰੀ ਜਾਓ ਜ਼ਿੰਦਗੀ ਵਿੱਚ ਆਪਣੇ ਕੰਮ ਮੈਂ ਐਸੇ-ਐਸੇ ਪਰਿਵਾਰ ਵੇਖੇ ਜਿਹੜੇ ਕਹਿੰਦੇ ਮੈਂ ਤੇ ਆਪਣੇ ਭਰਾ ਦਾ ਬੜਾ ਕੀਤਾ ਉਹਨੇ ਮੇਰਾ ਮੁੱਲ ਨਹੀਂ ਪਾਇਆ ਨਹੀਂ ਪਾਇਆ ਨਾ ਮੁੱਲ ਇਤਿਹਾਸ ਗਵਾਹ ਵਾ ਤੂੰ ਆਪਣੇ ਵੱਲੋਂ ਨੇਕੀ ਕੰਮ ਕਰੀ ਜਾ ਆੜਾ ਦੁਕਾਨਾਂ ਤੇ ਲਿਖਿਆ ਹੁੰਦਾ ਨਾ ਵੀ ਨੇਕੀ ਕਰ ਜੂਤੇ ਖਾ ਮੈਂ ਵੀ ਖਾਦੇ ਤੂੰ ਵੀ ਖਾਏ ਕਿਸੇ ਘਟਿਆ ਸੋਚ ਵਿੱਚੋਂ ਨਿਕਲੀ ਹੋਈਆਂ ਲੈਣਾ ਨੇ ਬਹੁਤ ਹੀ ਘਟਿਆ ਕਸਮ ਦੀ ਸੋਚ ਹੋਈ ਉਸ ਬੰਦੇ ਦੀ ਜਿਹਨੇ ਇਹ ਲੈਣ ਲਿਖ ਦਿੱਤੀ ਵੀ ਨੇਕੀ ਮੈਂ ਕੀਤੀ ਤੇ ਮੈਨੂੰ ਲੋਕਾਂ ਨੇ ਚੰਗਾ ਨਹੀਂ ਕਿਹਾ ਇਸ ਕਰਕੇ ਭਾਈ ਨੇਕ ਕੰਮ ਕਰਨਾ ਅੱਜ ਤੋਂ ਬੰਦ ਕਰ ਦਿਓ ਲਿਖਿਆ ਹੁੰਦਾ ਨਾ ਦੁਕਾਨਾਂ ਤੇ ਵੀ ਨੇਕੀ ਕਰ ਜੂਤੇ ਖਾ ਮੈਂ ਵੀ ਖਾਦੇ ਤੂੰ ਵੀ ਖਾ ਇਹਦਾ ਮਤਲਬ ਇਹ ਆ ਵੀ ਤੁਹਾਨੂੰ ਉਹ ਲੋਕ ਕਹਿ ਰਿਹਾ ਵੀ ਅੱਜ ਤੋਂ ਨੇਕ ਕੰਮ ਕਰਨਾ ਭਾਗਾਂ ਵਾਲਿਓ ਬਾਣੀ ਦਾ ਵਾਕ ਹੈ ਮੂਆਂ ਗੰਡ ਨੇਕੀ ਸਾਥ ਹੋਏ ਦੁਨੀਆ ਦੇ ਵਿੱਚ ਸਾਡੀ ਗੰਡ ਪਤਾ ਕਦਣਾ ਪੈਣੀ ਆ ਨਾ ਪੁੱਤਰ ਕਰਕੇ ਨਾਤੀ ਕਰਕੇ ਨਾ ਪਤਨੀ ਕਰਕੇ ਨਾ ਪਤੀ ਕਰਕੇ ਨਾ ਮਾਂ ਕਰਕੇ ਨਾ ਬਾਪ ਕਰਕੇ ਨਾ ਕੋਠੀ ਕਰਕੇ ਨਾ ਕਾਰ ਕਰਕੇ ਨਾ ਜ਼ਮੀਨ ਕਰਕੇ ਨਾ ਜਾਇਦਾਦ ਕਰਕੇ ਸਾਡੀ ਗੰਢ ਦੁਨੀਆ ਨਾਲ ਤਾਂ ਪੈਣੀ ਆ ਜੇ ਸਾਡੇ ਆਪਣੇ ਪੱਲੇ ਕੁਝ ਹੋਏਗਾ। ਮੂਆ ਗੰਢ ਸਾਰੇ ਬੋਲੋ ਮੂਆ ਗੰਢ ਨੇਕੀ ਸਾਥ ਹੋਏ। ਮਰਨ ਤੋਂ ਬਾਅਦ ਸਾਡੀ ਦੁਨੀਆ ਨਾਲ ਗੰਢ ਆ ਜੇ ਸਾਡੇ ਪੱਲੇ ਨੇਕ ਕੈਰੇਕਟਰ ਹੋਏਗਾ, ਨੇਕ ਕੰਮ ਸਾਡੇ ਕੋਲ ਹੋਣਗੇ। ਜੇ ਸਾਡੇ ਆਪਣੇ ਕੋਲ ਨੇਕ ਕੰਮ ਨਹੀਂ ਹੈਗੇ ਤੇ ਫਿਰ ਤੇ ਇਥੇ 1 ਲੱਖ ਪੁੱਤ, 2 ਲੱਖ ਨਾਤੀ। ਸਾਰੇ ਬੋਲੋ ਤੇ ਰਾਵਣ ਘਰ। ਇਥੇ ਕਈ ਵਾਰੀ ਨਾ ਬੰਦੇ ਕਹਿੰਦੇ ਕਿ ਤੇ ਰੱਬ ਪੁੱਤ ਦੇ ਦੇ ਨਾ ਕਿਤੇ। ਮੇਰੀ ਜੜ ਲੱਗ ਜਾਏ ਇੱਕ ਬੇਨਤੀ ਕਰਾਂ ਇਹ ਜਿਹੜੀ ਫਲਸਫੀ ਆ ਨਾ ਵੀ ਪੁੱਤਰ ਹੋਏਗਾ ਤੇ ਜੜ ਲੱਗਣੀ ਆ ਇਹਦੇ ਪਿੱਛੇ ਵੀ ਇੱਕ ਬਹੁਤ ਵੱਡਾ ਵਿਪਰਵਾਦ ਕੰਮ ਕਰਦਾ 86 ਕਿਸਮ ਦੇ ਨਰਕ ਵਾ ਤੁਸੀਂ ਕਿਸੇ ਮੰਦਰ ਦੇ ਨਾ ਪੁਜਾਰੀ ਨੂੰ ਜਾ ਕੇ ਪੁੱਛਿਓ ਵੀ ਤੁਹਾਡੇ ਗ੍ਰੰਥਾ ਮੁਤਾਬਕ ਨਰਕ ਕਿੰਨੇ ਕਿਸਮ ਦੇ ਆ 86 ਕਿਸਮ ਦੇ 86 ਕਿਸਮ ਦੇ ਨਰਕ ਵਾ ਉਹਨਾਂ ਚੋਂ ਸਭ ਤੋਂ ਖਤਰਨਾਕ ਨਰਕ ਪਤਾ ਕਿਹੜਾ ਉਹਨਾਂ ਦੇ ਉਹਨਾਂ ਦੇ ਕਾਹਨ ਦਾ ਗੱਲ ਦੱਸ ਰਿਹਾ ਗੁਰਮਤਿ ਨਰਕ ਨੂੰ ਮੰਨਦੀ ਉਹਨਾਂ ਦੇ ਕਹਿਣ ਤੱਕ ਸਭ ਤੋਂ ਖਤਰਨਾਕ ਨਰਕ ਹੈ ਪੂਨ ਨਰਕ ਤੇ ਪੂਨ ਨਰਕ ਤੋਂ ਪਤਾ ਕੌਣ ਬਚਾਉਂਦਾ ਪੁੱਤਰ ਉਹ ਕਹਿੰਦਾ ਪੁੱਤਰ ਹੋਏਗਾ ਤੇ ਫਿਰ ਤੂੰ ਉਸ ਨਰਕ ਤੋਂ ਬਚਾ ਜਾਨੀ ਕਿ ਪੁੱਤਰ ਹੋਣ ਪਿੱਛੇ ਵੀ ਇੱਕ ਲਾਲਚ ਸੀ ਕਿ ਜੇ ਬੰਦਿਆ ਤੇਰੇ ਘਰ ਪੁੱਤਰ ਹੋਏਗਾ ਤੇ ਤੈਨੂੰ ਉਹ ਨਰਕਾਂ ਤੋਂ ਬਚਾਏਗਾ ਜੇ ਤੇਰੇ ਘਰ ਪੁੱਤਰ ਨਾ ਹੋਇਆ ਤੇ ਤੈਨੂੰ ਨਰਕਾਂ ਤੋਂ ਨਹੀਂ ਬਚਾ ਸਕਦਾ ਉਹਦੇ ਪਿੱਛੇ ਫਲਸਫੀ ਕੀ ਸੀ ਭਲਾ ਕਿ ਬੰਦਾ ਜਨੇ ਮਰਜੀ ਪੁੱਠੇ ਸਦੇ ਕੰਮ ਕਰਦਾ ਰਹੇ ਜਦੋਂ ਮਰ ਲਗੇ ਤੇ ਉਹਦਾ ਪੋਤੋ ਦੇ ਮਗਰੋਂ ਫਿਰ ਦਾਨ ਦਖਣਾ ਦੇਵੇ ਕਿਹਨੂੰ ਪਲਾ ਉੱਚੀ ਬੋਲੋ ਪਿਆਰਿਓ ਹੁਣ ਹੁਣ ਉਹ ਆਪਣਾ ਰਾਸ ਸਦਰਾ ਕਰਦਾ ਸੀ ਅਸਲ 'ਚ ਉਹ ਕਹਿੰਦਾ ਸੀ ਜੇ ਪੁੱਤ ਹੋਊਗਾ ਤਾਂ ਦਾਨ ਦਖਣਾ ਦਊਗਾ ਵੀ ਮੇਰਾ ਪਾਪਾ ਜੀ ਕਿਤੇ ਨਦੀ ਦੇ ਉਰਲੇ ਬੰਨੇ ਨਾ ਬੈਠੇ ਰਹਿ ਜਾਣ ਤੇ ਜੇ ਪੋਤੀ ਨਾ ਹੋਊਗਾ ਤਾਂ ਮੈਨੂੰ ਪੁੱਛਣਾ ਕਹਿੰਨੇ ਆ ਉਹ ਕਹਿੰਦਾ ਸੀ ਇਸ ਕਰਕੇ ਤੁਹਾਡੇ ਘਰ ਪੁੱਤਰ ਹੋਣਾ ਬੜਾ ਜ਼ਰੂਰੀ ਆ ਉਹ ਫਿਰ ਹਰ ਬੰਦੇ ਦੇ ਅੰਦਰ ਇੱਕ ਲਾਲਸਾ ਪੈਦਾ ਹੋਈ ਵੀ ਪੁੱਤਰ ਦੇਈ ਉਹ ਫਿਰ ਲੈਣਾ ਲਿਖਤੀਆਂ ਲੋਕਾਂ ਨੇ ਪੁੱਤਰ ਮਿਠੜੇ ਮੇਵੇ ਰੱਬ ਸਭ ਨੂੰ ਦੇਵੇ ਇਹ ਜਾ ਕੇ ਉਹਨਾਂ ਲੋਕਾਂ ਨੂੰ ਪੁੱਛ ਕੇ ਵੇਖੋ ਜਿਨ੍ਹਾਂ ਦੇ ਏਕ ਇੱਕ ਦੋ ਦੋ ਪੁੱਤ ਹੈਗੇ ਆ ਫਿਰ ਵੀ ਵਿਚਾਰੇ ਬਿਰਦਾ ਆਸ਼ਰਮਾਂ ਦੇ ਵਿੱਚ ਰਾਤਾਂ কাটਦੇ ਫਿਰਦੇ ਆ ਉਹਨਾਂ ਨੂੰ ਪੁੱਛ ਕੇ ਵੇਖੋ ਵੀ ਪੁੱਤ ਮਿਠੜੇ ਮੇਵੇ ਹੁੰਦੇ ਆ ਅਸਲ ਦੇ ਵਿੱਚ ਅਸੀਂ ਬਾਣੀ ਮੈਂ ਫਿਰ ਦੁਬਾਰਾ ਬੇਨਤੀ ਕਰਦਾ ਅਸੀਂ ਬਾਣੀ ਨਹੀਂ ਪੜੀ ਜਦੋਂ ਅਸੀਂ ਬਾਣੀ ਪੜਾਂਗੇ ਸਾਨੂੰ ਜੇ ਪੁੱਤਰਾਂ ਨਾਲ ਹੀ ਦੁਨੀਆ ਤੇ ਗੰਢ ਪੈਂਦੀ ਹੋਵੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਚਾਰ ਸਾਹਿਬ ਜਦਾਂ ਚ ਇੱਕ ਸਾਹਿਬ ਜਦਾਂ ਰੱਖ ਲਿੰਦੇ ਵੀ ਮੇਰੀ ਵੀ ਦੁਨੀਆ ਨਾਲ ਗੰਢ ਪੈ ਜਾਏ ਪਰ ਪਾਰਸ਼ਾ ਨੇ ਪਾਰਸ਼ਾ ਨੇ ਤੇ ਚਾਰੇ ਸਾਡੇ ਤੋਂ ਕੁਰਬਾਨ ਕਰ ਦਿੱਤੇ ਜੇ ਪੁੱਤਾਂ ਨਾਲ ਗੱਲ ਪੈਂਦੀ ਹੁੰਦੀ ਤੇ ਹੁਣ ਮਾਜ ਕੀ ਵਾਰ ਦਾ ਇੱਕ ਸ਼ਲੋਕ ਹੈ ਤੁਸੀਂ ਕਈ ਵਾਰੀ ਸੁਣਿਆ ਹੋਇਆ ਕਹਾਂ ਤੰਚਨ ਟੁੱਟੈ ਸਾਰ ਧਿਆਨ ਨਾਲ ਸੁਣੋ ਤਾਂ ਗੱਲ ਸਮਝ ਪੈ ਜੇ ਤਿੰਨ ਧਾਤਾਂ ਨੇ ਤਿੰਨੇ ਧਾਤਾਂ ਜਦੋਂ ਟੁੱਟ ਜਾਂਦੀਆਂ ਨਾ ਅੱਗ ਨਾਲ ਜੁੜੀਆਂ ਜਾਂਦੀਆਂ ਨੇ ਕਹਿੰਦਾ ਭਾਂਡਾ ਟੁੱਟ ਜਾਏ ਉਹਨੂੰ ਅੱਗ ਨਾਲ ਜੁੜੇ ਜਾਂਦਾ ਹੈ ਕੰਚਨ ਸੋਨਾ ਟੁੱਟ ਜਾਏ ਉਹਨੂੰ ਵੀ ਅਗਨਾ ਜੋੜਿਆ ਜਾਂਦਾ ਹੈ ਲੋਹਾ ਟੁੱਟ ਜਾਏ ਉਹਨੂੰ ਵੀ ਵੇਲਡਿੰਗ ਕਰਕੇ ਅਗਨਾ ਜੋੜਿਆ ਜਾਂਦਾ ਹੈ ਅੱਛਾ ਤਿੰਨਾਂ ਨੂੰ ਜੋੜਨ ਵਾਲਿਆਂ ਦੇ ਨਾਮ ਵੱਖਰੇ ਵੱਖਰੇ ਆ ਸੋਨੇ ਨੂੰ ਜੋੜਨ ਵਾਲੇ ਨੂੰ ਸੁਨਿਆਰ ਕਹਿੰਦੇ ਆ ਲੋਹੇ ਨੂੰ ਜੋੜਨ ਵਾਲੇ ਨੂੰ ਲੋਹਾਰ ਕਹਿੰਦੇ ਆ ਤੇ ਕਹਿੰਦੇ ਭਾਂਡੇ ਨੂੰ ਜੋੜਨ ਵਾਲੇ ਨੂੰ ਠਠਿਆਰ ਕਹਿੰਦੇ ਆ ਧਿਆਨ ਨਾਲ ਸੁਣਿਓ ਜੀ ਕਹਿ ਹਾਂ ਜਿਨ੍ਹਾਂ ਨੂੰ ਆਉਂਦੀ ਬਾਣੀ ਪੜ੍ਹੂਆਂ ਭਲਾ ਨਾਲ-ਨਾਲ ਕਹਿ ਹਾਂ ਕੰਚਨ ਟੁੱਟੈ ਸਾਰ ਤਿੰਨ ਚੀਜਾਂ ਹੋ ਗਿਆ ਕਹਿੰਦਾ ਪਾਂਡਾ ਟੁੱਟ ਗਿਆ ਕੰਚਨ ਟੁੱਟ ਗਿਆ ਤੇ ਸਾਰ ਲੋਹਾ ਟੁੱਟ ਗਿਆ ਅਗਨੀ ਗੰਢ ਪਾਏ ਅਗਨੀ ਗੰਢ ਪਾਏ ਇਹ ਮਾਜ ਕੀ ਵਾਰ ਆ ਜੀ ਤੇ ਮਾਜ ਕੀ ਵਾਰ ਜਦੋਂ ਸਾਡੇ ਘਰ ਅਖੰਡ ਪੜ ਰੱਖਿਆ ਜਾਂਦਾ ਨਾ ਤੇ ਮੇਰੇ ਖਿਆਲ ਚ ਇਹ ਦੋ ਢਾਈਆਂ ਤੇ ਨਾ ਘੰਟੀਆਂ ਬਾਅਦ ਆ ਜਾਂਦੀ ਆ ਤੇ ਉਦੋਂ ਤੱਕ ਘਰ ਵਾਲੇ ਮੇਰੇ ਖਿਆਲ ਚ ਬਹੁਤ ਦੂਰ ਜਾ ਚੁੱਕੇ ਅਖੰਡ ਪੜ ਰਖਾਗੇ ਕੱਲਾ ਹੀ ਗਰੰਤੀ ਸਿੰਘ ਪਾਠ ਕਰ ਰਿਹਾ ਹੁੰਦਾ ਤੇ ਸ਼ਲੋਕ ਸਾਨੂੰ ਕਿੱਥੋਂ ਯਾਦ ਰਹਿਣੇ ਆ ਟੀਵੀ ਲਾ ਕੇ ਅਸੀਂ ਅੱਗੇ ਬਹਿ ਜਾਂਦੇ ਆ ਗਾਇਕ ਅਸੀਂ ਕੋਲ ਬਹਿ ਕੇ ਸੁਣਦੇ ਆ ক্রিকেট ਦਾ ਮੈਚ ਤੇ ਕਿਸੇ ਦੇ ਘਰ ਹਿਰ ਕਰਨ ਗਏ ਉਹਨਾਂ ਉੱਥੇ ਪੁੱਛੀ ਜਾਂਦੇ ਕੌਣ ਆਊਟ ਹੋ ਗਿਆ ਮਤਲਬ ਅਸੀਂ ਸਾਡੀ ਰੁਚੀ ਵੇਖੋ ਨਾ ਅਸੀਂ ਖਲੋਤੇ ਕਿੱਥੇ ਆ ਸਾਡੇ ਹਾਲਾਤ ਵੇਖੋ ਕਿਹੜੇ ਆ ਮੈਨੂੰ ਕਈ ਪੁੱਛਣਗੇ ਭਾਈ ਸਾਹਿਬ ਬਾਣੀ ਕਿਦਾਂ ਤੁਸੀਂ ਕੰਟ ਕਰਦੇ ਹੋ ਮੈਂ ਕਹਾ ਬਾਣੀ ਪੜੋਗੇ ਤੁਹਾਨੂੰ ਆਪੇ ਕੰਟ ਹੋ ਜਾਣੀ ਆ ਬਾਣੀ ਜਦੋਂ ਤੁਸੀਂ ਸਹਿਜ ਪਾਠ ਰੋਜ਼ ਕਰਨਾ ਆਪਣੇ ਆਪ ਤੇ ਮੈਂ ਉਹਨਾਂ ਨੂੰ ਪੁੱਜਾਂ ਤੁਸੀਂ ਗਾਣੇ ਕਿਦਾਂ ਯਾਦ ਕਰਦੇ ਜੇ ਗਾਣੇ ਚਾਰ ਚਰ ਇਕੱਠੇ ਇਕੱਠੇ ਯਾਦ ਆ ਇਦਾਂ ਕਹਣਗੇ ਮੁਹੰਮਦ ਰਫੀਦਾ ਇਹ 1970 ਚ ਉਹਨੇ ਫਲਾਣੀ ਫਿਲਮ ਚ ਗਾਇਆ ਸੀ ਬਈ ਦੱਸੋ ਤੁਸੀਂ ਹਰ ਬੰਦੇ ਕੋਲ ਮੈਮਰੀ ਹੈਗੀ ਆ ਹਰ ਬੰਦੇ ਦੇ ਕੋਲ ਚਿਪ ਹੈਗੀ ਆ ਮੈਟਰ ਗਲਤ ਸੇਵ ਕਰਕੇ ਬੈਠੇ ਆ ਸੀ ਹੁਣ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਕਹ ਦਾ ਭਾਂਡਾ ਟੁੱਟ ਗਿਆ ਸੋਨਾ ਟੁੱਟ ਗਿਆ ਲੋਹਾ ਟੁੱਟ ਗਿਆ ਤੇ ਇਹਨੂੰ ਜੋੜ ਦਿੱਤਾ ਅੱਛਾ ਵੇਖੋ ਕਿੰਨੀ ਕਮਾਲ ਦੀ ਗੱਲ ਬਾਣੀਆਂ ਕਾਵ ਰੂਪ ਚ ਬਾਣੀ ਜਿਹੜੀ ਉਹ ਕਾਵ ਰੂਪ ਚ ਇਹ ਤੇ ਸ਼ਬਦ ਵਰਤਿਆ ਮਹਾਰਾਜ ਨੇ ਲੋਹਾਰ ਅਛਾ ਲੋਹਾਰ ਕਿਉਂ ਵਰਤਿਆ ਲੋਹੇ ਦੇ ਕੰਮ ਕਰਨ ਵਾਲੇ ਨੂੰ ਸੁਨਿਆਰ ਕਹਿੰਦੇ ਆ ਤੇ ਕਹਿੰਦੇ ਭਾਂਡੇ ਨੂੰ ਜੋੜਨ ਵਾਲੇ ਨੂੰ ਠੱਠਿਆਰ ਕਹਿੰਦੇ ਆ ਪਰ ਸ਼ਬਦ ਵਰਤਿਆ ਇੱਥੇ ਲੋਹਾਰ ਕਿਉਂਕਿ ਲੋਹਾਰ ਦਾ ਅਰਥ ਇੱਥੇ ਕਾਰੀਗਰ ਕਾਮਨ ਸ਼ਬਦ ਆ ਗਿਆ ਨਾ ਸਾਂਝਾ ਸ਼ਬਦ ਆ ਗਿਆ ਜੇ ਪਰ ਸਾ ਇਕੱਲਾ ਇਕੱਲਾ ਇੱਥੇ ਨਾਂ ਲਿਖ ਦੇ ਸੁਨਿਆਰ ਵੀ ਲਿਖ ਦੇ ਲੋਹਾਰ ਵੀ ਲਿਖ ਦੇ ਠੱਠਿਆਰ ਵੀ ਤੇ ਕਾਵ ਰੂਪ ਨਹੀਂ ਸੀ ਪੂਰਾ ਬਣਦਾ ਗੁਰੂ ਨੇ ਸਾਂਝਾ ਸ਼ਬਦ ਕਾਮਨ ਸ਼ਬਦ ਸਾਂਝਾ ਵਰ ਦਿੱਤਾ ਲੋਹਾਰ ਇਹ ਗੱਲ ਅੱਗੇ ਜਾ ਕੇ ਕੁੰਡੀ ਖੁੱਲੂਗੀ ਜਦੋਂ ਪੁੱਤੀ ਗੰਢ ਪਵੇ ਸੰਸਾਰ ਸ਼ਬਦ ਉਹਨਾ ਨਾ ਉੱਥੇ ਜਾ ਕੇ ਕੁੰਡੀ ਖੁੱਲਣੀ ਕਿ ਮਹਾਰਾਜ ਨੇ ਕਾਵ ਰੂਪ ਚ ਸ਼ਬਦ ਇਦਾਂ ਇੱਕ ਇੱਕ ਸਾਨੂੰ ਦੇ ਦਿੱਤਾ ਕਿ ਜੇ ਲੋਹਾਰ ਦਾ ਅਰਥ ਹੈ ਕਾਰੀਗਰ ਭਾਵੇਂ ਉਹ ਸੋਨੇ ਦਾ ਕੰਮ ਕਰਨ ਵਾਲਾ ਹੈ ਭਾਵੇਂ ਲੋਹੇ ਦਾ ਕੰਮ ਕਰਨ ਵਾਲਾ ਤੇ ਭਾਵੇਂ ਕਹੇ ਦੇ ਭਾਂਡੇ ਨੂੰ ਜੋੜਨ ਵਾਲਾ ਸ਼ਬਦ ਆ ਗਿਆ ਕਹਾਂ ਹਾ ਕੰਚਨ ਟੁੱਟੈ ਸਾਰ ਅਗਨੀ ਗੰਢ ਪਾਇ ਲੋਹਾਰ ਲੋਹਾਰ ਨੇ ਜਾਨੀ ਕਿ ਕਾਰੀਗਰ ਨੇ ਤਿੰਨੇ ਚੀਜ਼ਾਂ ਜਦੋਂ ਟੁੱਟ ਗਈਆਂ ਤੇ ਅੱਗ ਨਾਲ ਜੋੜ ਦਿੱਤੀਆਂ ਅੱਗੇ ਆ ਗਿਆ ਗੋਰੀ ਗੋਰੀ ਮੀਨੂ ਇਸਤਰੀ ਗੋਰੀ ਸੇਤੀ ਸੇਤੀ ਦਾ ਅਰਥ ਹੈ ਨਾਲ ਗੋਰੀ ਸੇਤੀ ਟੁੱਟਾ ਪਧਾਰ ਪਧਾਰ ਕਹਿੰਦੇ ਪਤੀ ਨੂੰ ਪਤੀ ਪਤਨੀ ਦੀ ਆਪਸ ਵਿੱਚ ਟੁੱਟ ਗਈ ਅਣਬਣ ਹੋ ਗਈ ਤਲਾਕ ਤੱਕ ਨੌਬਤ ਆ ਗਈ ਬੜੇ ਕੇਸ ਇਦਾਂ ਦੇ ਨਹੀਂ ਜੀ ਆਸੀਂ 4 ਦਿਨ ਪਹਿਲਾਂ ਐਮਪੀ ਚੋਂ ਕੇ ਆਏ ਆ ਸਾਡੇ ਪੰਜਾਬੀ ਪਰਿਵਾਰਾਂ ਦੀਆਂ ਉਹ ਆਪਣੇ ਮੂੰਹੋਂ ਦੱਸਦੇ ਆ ਵੀ ਲਗਭਗ 25 ਲੜਕੀਆਂ ਕਿਸੇ ਨੂੰ 4 ਸਾਲ ਹੋ ਗਿਆ ਕਿਸੇ ਨੂੰ 5 ਸਾਲ ਹੋ ਗਿਆ ਪੇਕੇ ਬੈਠੀਆਂ ਨੇ ਸੱਚ ਜਾਣਿਓ ਅੱਜ ਮਨ 'ਚ ਦੁੱਖ ਆਉਂਦਾ ਸਾਡੇ ਧੀਆ ਪੁੱਤਾਂ ਦੀਆਂ ਲਾਵਾਂ ਹੁੰਦੀਆਂ ਅਸੀਂ ਆਨੰਦ ਕਾਰਜ ਕਰਦੇ ਕਾਰਨ ਕੀ ਆ ਸ਼ੈਨ ਸ਼ੀਲਤਾ ਘਟ ਗਈ ਸਾਡੇ ਸੱਜਣ ਜੀ ਅਸੀਂ ਨੱਕ ਤੇ ਮੱਖੀ ਨਹੀਂ ਬਹਿਣ ਦਿੰਦੇ ਜਿਹੜੀ ਜਨਰ ਸ਼ਕਤੀ ਬੜੀ ਵੱਡੀ ਦਾਤ ਆ ਇਕੱਲੀ ਦੁਕਾਨਦਾਰ ਨੂੰ ਹੀ ਸਹਿਜ ਨਹੀਂ ਚਾਹੀਦਾ ਹਰ ਪਰਿਵਾਰ 'ਚ ਸਹਿ ਚਾਹੀਦਾ ਜੇ ਤੁਹਾਡੇ ਵਿੱਚ ਸਹਿਜ ਨਹੀਂ ਹੋਏਗਾ ਤੁਸੀਂ ਪਰਿਵਾਰ ਨਹੀਂ ਚਲਾ ਸਕਦੇ ਤੁਸੀਂ ਪਰਿਵਾਰ ਨੂੰ ਚਲਾਉਣ ਲਈ ਤੁਹਾਨੂੰ ਧੀਰਜ ਆਪਾਂ ਰੋਜ ਜਪਜੀ ਸਹਿਜ ਪੜਦੇ ਜੱਤ ਪਹਾਰਾ ਧੀਰਜ ਸੁਨਿਆਰ ਪ੍ਰਾਣੇ ਮਾਪੇ ਆਪਣੇ ਬੱਚੇ ਨੂੰ ਇਹ ਗੱਲ ਕਹਿੰਦੇ ਹੁੰਦੇ ਸੀ ਪੁੱਤ ਜਰਿਆ ਧਰਿਆ ਕੰਮ ਆਉਂਦਾ ਹੈ ਤਲਵਾਰ ਤੇ ਢਾਲ ਦੋ ਚੀਜ਼ਾਂ ਹੁੰਦੀਆਂ ਨੇ ਢਾਲ ਆਪਾਂ ਨੂੰ ਬਚਾਉਂਦੀ ਹੈ ਤੇ ਤਲਵਾਰ ਅਗਲੇ ਨੂੰ ਕੱਟਦੀ ਹੈ ਜ਼ੁਬਾਨ ਤਲਵਾਰ ਵਾ ਤੇ ਸਹਿਜ ਤੁਹਾਡਾ ਢਾਲ ਵਾ ਸਹਿਜ ਨੇ ਤੁਹਾਨੂੰ ਬਚਾਉਣਾ ਸਾਡੇ ਪ੍ਰਿੰਸੀਪਲ ਸਾਹਿਬ ਗਿਆਨੀ ਜਗਜੀਤ ਸਿੰਘ ਜੀ ਸਿੱਦਕੀ ਸਾਨੂੰ ਸੰਥਿਆ ਕਰਾਉਂਦੇ ਹੁੰਦੇ ਸੀ 1997 98 ਦੀਆਂ ਗੱਲਾਂ ਉਹਨਾਂ ਨੇ ਸੰਥਿਆ ਚ ਨੇ ਇੱਕ ਲਾਈਨ ਹਮੇਸ਼ਾ ਰਿਪੀਟ ਬਹੁਤ ਵਾਰ ਸੁਣੋਣੀ ਵੀ ਜਿੱਤਿਆ ਉਹ ਨਹੀਂ ਜੋ ਕਹਿ ਗਿਆ ਜਿੱਤਿਆ ਉਹ ਜੋ ਸਹਿ ਗਿਆ ਜਿੱਤਿਆ ਉਹ ਨਹੀਂ ਜੋ ਕਹਿ ਗਿਆ ਜਿੱਤਿਆ ਉਹ ਜੋ ਜਿਹੜਾ ਬੰਦਾ ਇਹਨੂੰ ਗੱਲ ਕਹਿ ਜਾਂਦਾ ਉਹ ਨਹੀਂ ਜਿੱਤਿਆ ਹੁੰਦਾ ਜਿੱਤਿਆ ਉਹ ਹੁੰਦਾ ਜਿਹੜਾ ਤੁਹਾਡੀ ਗੱਲ ਜਰਜ ਹੈ ਜਰਨ ਵਾਸਤੇ ਬੜੀ ਵੱਡੀ ਤਾਕਤ ਚਾਹੀਦੀ ਬੰਦੇ ਦੇ ਅੰਦਰ ਹੁਣ ਇਹਤੇ ਸ਼ਬਦ ਵਰਤਿਆ ਗੋਰੀ ਛੇਤੀ ਟੁੱਟੇ ਪਹਤਾਰ ਤੇ ਪੁੱਤੀ ਗੰਢ ਪਵੇ ਸੰਸਾਰ ਹੁਣ ਮੰਨ ਲਓ ਪਤੀ ਪਤਨੀ ਦੀ ਆਪਸ ਵਿੱਚ ਅਣਬਣ ਹੋ ਗਈ ਪਤਨੀ ਪੇਕੇ ਜਾ ਕੇ ਬਹਿ ਗਈ ਔਲਾਦ ਸੀ ਉਹਨਾਂ ਦੇ ਘਰ ਜਾਂ ਬੱਚਾ ਸੀ ਪੁੱਤ ਸੀ ਜਾਂ ਧੀ ਸੀ ਸਮਾਂ ਪਾ ਕੇ ਜੇ ਪੁੱਤ ਸੀ ਤੇ ਪੁੱਤ ਕਰਕੇ ਪਤੀ ਪਤਨੀ ਫੇਰ ਇਕੱਠੇ ਹੋ ਗਏ ਜੇ ਧੀ ਸੀ ਧੀ ਨੇ ਮਾਪੇ ਫੇਰ ਇਕੱਠੇ ਕਰ ਦਿੱਤੇ ਉਹਨੇ ਮਾਪੇ ਨੂੰ ਜੋੜਤਾ ਜਿਵੇਂ ਆਗ ਦੇ ਸੋਨੇ ਨੂੰ ਜੋੜ ਦਿੱਤਾ ਅੱਗ ਨੇ ਲੋਹੇ ਨੂੰ ਜੋੜ ਦਿੱਤਾ ਜਿਵੇਂ ਅੱਗ ਨੇ ਕਹਿੰਦੇ ਭਾਂਡੇ ਨੂੰ ਜੋੜਦਾ ਇਦਾਂ ਪੁੱਤ ਹੋਇਆ ਉਹਨੇ ਪਤੀ ਪਤਨੀ ਇਕੱਠੇ ਕਰ ਦਿੱਤੇ ਜੇ ਪੁੱਤ ਨਹੀਂ ਸੀ ਧੀ ਹੋ ਗਈ ਧੀ ਨੇ ਜੋੜਤਾ ਕਾਮਨ ਸ਼ਬਦ ਆ ਗਿਆ ਨਾ ਇੱਥੇ ਪੁੱਤੀ ਮੈਨੂੰ ਪੁੱਤ ਨਹੀਂ ਹੈਗਾ ਜਿਵੇਂ ਲੋਹਾਰ ਦਾ ਅਰਥ ਕੱਲਾ ਲੋਹਾਰ ਨਹੀਂ ਆ ਲੋਹਾਰ ਕਾਮਨ ਸ਼ਬਦ ਹੈ ਉਥੇ ਕਾਰੀਗਰ ਇੱਥੇ ਪੁੱਤ ਦਾ ਅਰਥ ਪੁੱਤੀ ਹੁਣ ਕੱਲ ਨੂੰ ਕਿਸੇ ਦੇ ਘਰ ਪੁੱਤ ਨਾ ਹੋਵੇ ਉਹ ਕਹੇਗਾ ਸਾਡੇ ਤੇ ਬਣੀ ਟੁਕਦੀ ਨਹੀਂ ਆ ਉਥੇ ਕਾਮਨ ਸ਼ਬਦ ਆਏਗਾ ਸਾਂਝਾ ਸ਼ਬਦ ਆਏਗਾ ਜਿਸ ਦੇ ਘਰ ਪੁੱਤਰ ਹੈਗਾ ਪੁੱਤਰ ਨੇ ਮਾਪੇ ਇਕੱਠੇ ਕਰ ਦਿੱਤੇ ਜੇ ਪੁੱਤ ਨਹੀਂ ਹੋਏਗਾ ਤੇ ਧੀ ਤੇ ਸ਼ਬਦ ਟੁਕੇਗਾ ਜਿੱਥੇ ਪਤੀ ਪਤਨੀ ਦੇ ਘਰ ਔਲਾਦ ਹੈ ਹੀ ਨਹੀਂ ਪਰਿਵਾਰ ਦੇ ਮੈਂਬਰਾਂ ਨੇ ਫੇਰ ਪਤੀ ਪਤਨੀ ਇਕੱਠੇ ਕਰ ਦਿੱਤੇ ਉਥੇ ਇਹ ਸ਼ਬਦ ਪਰਿਵਾਰ ਵਾਸਤੇ ਵਰਤਿਆ ਜਾਏਗਾ ਗੱਲ ਤੇ ਉਥੇ ਸਿਰਫ ਇੰਨਾ ਸੀ ਪਤੀ ਪਤਨੀ ਦੀ ਆਪਸ ਵਿੱਚ ਅਣਬਣ ਹੋ ਗਈ ਤੇ ਪਰਿਵਾਰ ਦੇ ਮੈਂਬਰਾਂ ਨੇ ਜਾਂ ਧੀ ਨੇ ਜਾਂ ਪੁੱਤ ਨੇ ਆਪਸ ਵਿੱਚ ਜੋੜ ਦਿੱਤਾ ਪਰ ਸਾਡੇ ਉਹਦੇ ਕਈ ਕਹਿੰਦੇ ਕਿ ਪੁੱਤੀ ਗੰਡ ਪਵੇ ਸੰਸਾਰ ਵੀ ਸ਼ਾਇਦ ਸੰਸਾਰ ਵਿੱਚ ਪੁੱਤਾਂ ਨਾਲ ਗੰਢ ਪੈਂਦੀ ਆ। ਨਾ। ਇਹ ਇੱਕ دنیਆਵੀ ਐਗਜ਼ੈਂਪਲ ਦਿੱਤੀ ਐ। ਸਾਡੀ ਗੰਢ ਪੈਣੀ ਆ ਮੋਇਆਂ ਗੰਢ ਨੇਕੀ ਸਾਥ ਹੋਏ। ਸਾਡੀ ਗੰਢ ਪੈਣੀ ਆ ਮਰਨ ਤੋਂ ਬਾਅਦ ਜੇ ਸਾਡੇ ਆਪਣੇ ਪੱਲੇ ਕੁਝ ਕੈਰੈਕਟਰ ਹੋਏਗਾ, ਕਰਦਾਰ ਹੋਏਗਾ, ਸਾਡਾ ਆਚਰਣ ਉੱਚਾ ਹੋਏਗਾ, ਜੇ ਪੁੱਤਾਂ ਨਾਲ ਗੰਢ ਪੈਂਦੀ ਹੋਵੇ ਤੇ ਮੈਂ ਤੁਹਾਡੇ ਸਾਹਮਣੇ ਦੋ ਤਿੰਨ ਮਸਾਲਾ ਦੇਣ ਲੱਗਾ। ਤੁਹਾਡੀ ਤੁਹਾਡੇ ਜੀ ਐਂਡ ਕੇ ਦੇ ਮਹਾਨ ਬਾਦਸ਼ਾਹ ਬਾਬਾ ਬੰਦਾ ਸਿੰਘ ਬਹਾਦਰ ਜੀ ਉਹਨਾਂ ਦੇ 4 ਸਾਲ 7 ਮਹੀਨੇ ਦੇ ਸਭ ਜਿਆਦਾ ਜਿਹੜੇ ਨੇ ਅਜੈ ਸਿੰਘ ਦਿਲ ਕੱਢ ਕੇ ਬਾਬਾ ਦਾ ਮੂੰਹ ਦੇ ਵਿੱਚ ਪਾਇਆ ਜਾਂਦਾ ਜੇ ਪੁੱਤਾਂ ਨਾਲ ਗੰਢ ਪੈਂਦੀ ਤੇ ਬਾਬਾ ਜੀ ਉਹਨਾਂ ਦੀ ਈਮਾਨ ਲੈ ਲੈਂਦੇ ਪਰ ਪ੍ਰਵਾਹ ਨਹੀਂ ਕੀਤੀ ਉਸ ਮਰਦਾ ਗਮੜੇ ਨੇ ਸੂਰਮੇ ਨੇ ਜਮੂਰਾ ਦਾ ਮਾਸ ਰੋਚਿਆ ਗਿਆ ਨਾਹ ਤੱਕ ਖਿੱਚੇ ਗਿਆ ਅੱਖਾਂ ਤੱਕ ਇਹਨਾਂ ਬੇਈਮਾਨਾਂ ਨੇ ਕਰਤੀ ਪਰ ਉਹ ਸਦਕ ਦੀ ਮੂਰਤ ਡੋਲਿਆ ਨਹੀਂ ਅਖੀਰ ਤੱਕ ਪਰ ਬਾਬਾ ਬੰਦਾ ਸਿੰਘ ਬਹਾਦਰ ਨੇ ਅਸੀਂ ਕਿਹੜਾ ਇਨਸਾਫ ਕੀਤਾ ਬਾਅਦ ਵਿੱਚ ਕਿੰਨੀਆਂ ਕਹਾਣੀਆਂ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਜੋੜ ਕੇ ਰੱਖ ਦਿਤੀਆਂ ਸਾਡੇ ਲੋਕਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਗੁਰੂ ਸਾਹਿਬ ਨੇ ਆਖਿਆ ਸੀ ਤੂੰ ਵਿਆਹ ਨਾ ਕਰਾਈ ਉਹਨੇ ਵਿਆਹ ਕਰਾ ਲਿਆ ਜਿਹੜੇ ਗੁਰੂ ਪਾਤਸ਼ਾਹ ਖੁਦ ਗ੍ਰਿਸ਼ਤੀ ਹੋਣ ਉਹ ਆਪਣੇ ਪੁੱਤ ਨੂੰ ਕਿਵੇਂ ਰੋਕਣਗੇ ਵੀ ਤੂੰ ਵਿਆਹ ਨਾ ਕਰਾਈ ਭਈ ਕਜੀ ਸੋਚ ਕੇ ਵੇਖੋ ਜਿਹੜੇ ਰਾਹ ਤੇ ਪਾਤਸ਼ਾਹ ਆਪ ਤੁਰੇ ਹੋਣ ਉਹ ਆਪਣੇ ਸਿੱਖ ਨੂੰ ਉਸ ਰਾਹ ਤੋਂ ਰੋਕ ਸਕਦੇ ਨੇ ਭਲਾ ਪਰ ਇਹ ਕਹਾਣੀਆਂ ਵਿਰੋਧੀਆਂ ਨੇ ਬਣਾ ਕੇ ਤੁਹਾਡੇ ਵਿੱਚ ਪਾਤੀਆਂ ਅਸੀਂ ਪੜਨ ਦੀ ਕੋਸ਼ਿਸ਼ ਨਹੀਂ ਕੀਤੀ ਅਸੀਂ ਮੱਖੀ ਤੇ ਮੱਖੀ ਉਦਾਂ ਹੀ ਮਾਰੀ ਗਏ ਫਿਰ ਇਸ ਤੇ ਬਾਅਦ ਵੇਖੀਏ ਭਾਈ ਸ਼ਿਬੇਗ ਸਿੰਘ ਤੇ ਭਾਈ ਸ਼ਾਬਾਦ ਸਿੰਘ ਦੋਵੇਂ ਪਿਓ ਪੁੱਤਰਾਂ ਨੂੰ ਚੜਖੜੀ ਤੇ ਚਾੜਿਆ ਜਾਂਦਾ ਉੱਥੇ ਵੀ ਜੇ ਉਹਨਾਂ ਦੇ ਮਨ 'ਚ ਹੋਵੇ ਕਿ ਸਾਡੀ ਦੁਨੀਆ ਦੇ ਨਾਲ ਗੰਡ ਪੈ ਜੇ ਅਸੀਂ ਪੁੱਤਰ ਬਚਾ ਲਈਏ ਦੋਵੇਂ ਪਿਓ ਪੁੱਤਰਾਂ ਨੂੰ ਚਰਖੜੀ ਤੇ ਚਾੜੇ ਜਾਂਦਾ ਆਪਾਂ ਭਾਈ ਸ਼ਵੇਕ ਸਿੰਘ ਤੇ ਸਾਬਾ ਸਿੰਘ ਦੀ ਇਸ਼ਤਰੀ ਪੜਦੇ ਆਂ ਫਿਰ ਇਸ ਤੋਂ ਬਾਅਦ ਮੀਰ ਮੰਨੂ ਦਾ ਸਮਾਂ ਆਉਂਦਾ ਹੈ ਜਿਹੜਾ ਪਾਕਿਸਤਾਨ ਦੇ ਵਿੱਚ ਲਾਹੌਰ ਉਹ ਗੁਰਦੁਆਰਾ ਸਿੰਘ ਸਿੰਘਣੀਆਂ ਦਾ ਗੁਰਦੁਆਰਾ ਜਿੱਥੇ ਛੋਟੇ ਛੋਟੇ ਬੱਚਿਆਂ ਦੇ ਟੁਕੜੇ ਕਰਕੇ ਮਾਵਾਂ ਦੇ ਗਲਾਂ ਵਿੱਚ ਹਾਰ ਪਾਏ ਗਏ ਨੇ ਮਾਵਾਂ ਸਦਕ ਦੀਆਂ ਮੂਰਤਾਂ ਆਪਣੇ ਬੱਚਿਆਂ ਦੇ ਟੁਕੜੇ ਕਰਵਾ ਗਲਾਂ ਵਿੱਚ ਹਾਰ ਪਵਾ ਗਈਆਂ ਪਰ ਉਹ ਮਾਵਾਂ ਡੋਲੀਆਂ ਨਹੀਂ ਪਤਾ ਕਿਉਂ ਕਉਕੀ ਨਹੀਂ ਬੜੀ ਪੱਕੀ ਸੀ ਇਹ ਸਾਰਾ ਕੁਝ ਕਿਵੇਂ ਵਾਪਰਿਆ ਕਿਉਂਕਿ ਕਲਗੀਧਰ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਮਣੇ ਇੱਕ ਪ੍ਰਤੱਖ ਮਿਸਾਲ ਆ ਕਿ ਜਿਹੜੇ ਪਾਤਸ਼ਾਹ ਚਾਰ ਸਾਹਿਬਜ਼ਾਦੇ ਕੁਰਬਾਨ ਕਰਕੇ ਸਾਡੇ ਲਈ ਨੀਂ ਪੱਕੀ ਕਰਕੇ ਗਏ ਆ ਅਸੀਂ ਕੱਲ ਨੂੰ ਪੁੱਤਰਾਂ ਦੇ ਮੋਹ ਚ ਪੈ ਕੇ ਤੇ ਗੁਰੂ ਨੂੰ ਪੇਠ ਨਾ ਦੇ ਬਈਏ ਕਿਤੇ ਗੁਰੂ ਤੋਂ ਬਾਗੀ ਨਾ ਹੋ ਜਾਈਏ ਅੱਜ ਸਾਡਾ ਸਮਾਜ ਪੁੱਤਰਾਂ ਦੇ ਮੋਹ ਚ ਪੈ ਕੇ ਭਰਾਵਾਂ ਨਾਲ ਵੀ ਠਗੀਆਂ ਦੋਸਤਾਂ ਮਿੱਤਰਾਂ ਨਾਲ ਵੀ ਠਗੀਆਂ ਗੁਰੂ ਨਾਲ ਇੱਕ ਬੇਨਤੀ ਹੋਰ ਕਰਾਂ ਸਾਧ ਸੰਗਤ ਜੀ ਤੁਹਾਡੇ ਚ ਕਈ ਗੁਰਮੁਖ ਪਿਆਰੇ ਜਿਹੜੇ ਬਾਣੀ ਪੜਨ ਵਾਲੇ ਬੈਠੇ ਆ ਬਾਣੀ ਚ ਮੋਹ ਤੇ ਪਿਆਰ ਸ਼ਬਦ ਦੋ ਆਉਂਦਾ ਹੈ ਮੋਹ ਤੇ ਪਿਆਰ ਜਿਹੜਾ ਮੋਹ ਹੈ ਇਹਨੂੰ ਔਗਣ ਆਖਿਆ ਬਾਣੀ ਚ ਪਿਆਰ ਗੋਣ ਹੈ ਆਪਾਂ ਪੜਦੇ ਆ ਸ੍ਰੀ ਰਾਗ ਦੇ ਵਿੱਚ ਜਾਲ ਮੋਹ ਕਸ ਮਸ ਕਰ ਪਾ ਸਕਦੇ ਮੋਹ ਨੂੰ ਸਾੜ ਦੇ ਮੋਹ ਨੂੰ ਅੱਗੇ ਵਿੱਚ ਸਾੜ ਦੇ ਜਾਲ ਮੋਹ ਕਸ ਮਸ ਕਰ ਇਹਦੀ ਸ਼ਾਹੀ ਬਣਾ ਲਾ ਮਤ ਕਾਗਜ਼ ਕਰ ਸਾਰ ਆਪਣੀ ਮਤ ਨੂੰ ਪੇਪਰ ਬਣਾ ਲਾ ਪਾਓ ਕਲਮ ਪਾਓ ਦਾਰ ਤੇ ਪਿਆਰ ਪਿਆਰ ਨੂੰ ਕਲਮ ਬਣਾ ਲਾ ਤਰ ਚਿੱਤ ਲਖਾਰੀ ਗੁਰਪੁਸ਼ ਲਿਖ ਵਿਚਾਰ ਬਾਬਾ ਇਹ ਲੇਖਾ ਲਿਖ ਜਾਣ ਜਿੱਥੇ ਲੇਖਾ ਮੰਗੀਏ ਤਿੱਥੇ ਹੋਏ ਸੱਚਾ ਨਿਸ਼ਾਨ ਜਿਹੜੀਆਂ ਅੱਜ ਘਰਾਂ 'ਚ ਕਲੇਸ਼ ਆ ਆਪਾਂ ਰੋਜ਼ ਸੁਦਰ ਦਾ ਪਾਠ ਸ਼ਾਮਾਂ ਨੂੰ ਪੜ੍ਹਦੇ ਆਂ ਪੰਕਜ ਮੋ ਸਾਰੇ ਬੋਲੋ ਜੀ ਪੰਕਜ ਮੋ ਹਮ ਦੇਖਾ ਹੁਣ ਆਪਾਂ ਤੁਰਦੇ ਹਾਂ ਜੇ ਰਾਹ ਪੱਕਾ ਹੋਵੇ ਤੇ ਤੁਹਾਨੂੰ ਤਿਲਕਣ ਦਾ ਕੋਈ ਡਰ ਨਹੀਂ ਕਿਉਂਕਿ ਪਾਣੀ ਹੈ ਨਹੀਂ ਮੰਨ ਲਓ ਰਾਹ ਕੱਚਾ ਹੋਵੇ ਤੇ ਉਧਰੋਂ ਮੀਂਹ ਪੈ ਜਾਏ ਚਿਕੜ ਹੋ ਜਾਏ ਤੇ ਚਿਕੜ ਦੇ ਵਿੱਚ ਕਿਸੇ ਬੰਦੇ ਨੂੰ ਕੋ ਤੂੰ ਤੇਜ ਤੇਜ ਤੁਰ ਬੰਦਾ ਬਹੁਤ ਸੰਭਲ ਕੇ ਪੈਰ ਪੜਦਾ ਵੀ ਜੇ ਕਿਤੇ ਮੇਰਾ ਪੈਰ ਫਿਸਲ ਗਿਆ ਤੇ ਮੇਰਾ ਨੁਕਸਾਨ ਹੋ ਸਕਦਾ ਹੁਣ ਸੋਚੋ ਮੋ ਇੱਕ ਚਿਕੜਾ ਚਿਕੜ ਚ ਬੰਦਾ ਗੁਰੂ ਦੇ ਨਾਲ ਕਿੱਥੋਂ ਤੁਰ ਲੂਗਾ ਜੀ ਗੁਰੂ ਦੇ ਅੰਦਰ ਪਿਆਰ ਆ ਅਸੀਂ ਮੋਹ ਦੇ ਚਿਕੜ ਚ ਫਸੇ ਪਏ ਆ ਚਿਕੜ ਦੇ ਵਿੱਚ ਬੰਦੇ ਕੋਲੋਂ ਪੈਰ ਨਹੀਂ ਪਟਿਆ ਜਾ ਰਿਹਾ ਸਤਿਗੁਰ ਜੀ ਬਾਣੀ ਚਾਹੁੰਦੇ ਆ ਗੁਰਸ਼ਖ ਮੀਤ ਚਲੋ ਗੁਰ ਚਾਲੀ ਗੁਰੂ ਦੀ ਚਾਲ ਦੇ ਨਾਲ ਅੱਛਾ ਇੱਕ ਇੱਕ ਚਿਕੜ ਦੂਜਾ ਹੈ ਅੰਨੇ ਹਮ ਅੰਦੂਲੇ ਅੰਦ ਬਿਖੇ ਬਿਖਰਾਤੇ ਮੰਨ ਲਓ ਹੁਣ ਇੱਕ ਥੱਲੇ ਚਿਕੜ ਹੋਵੇ ਇੱਕ ਬੰਦੇ ਕੋਲ ਅੱਖਾਂ ਨਾ ਹੋਣ ਤੇ ਫਿਰ ਤੇ ਬਹੁਤੇ ਖਤਰਾ ਨਾ ਹੁਣ ਅਸੀਂ ਹੈਗੇ ਵੀ ਅੰਨੇ ਆ ਗੁਰੂ ਪਾਸ਼ਾ ਕਹਿੰਦੇ ਕਿਵੇਂ ਅੰਨੇ ਆ ਕਹਿੰਦੇ ਤੁਹਾਡੇ ਕੋਲ ਅੱਖਾਂ ਹੀ ਹੈ ਨਹੀਂ ਹਮ ਅੰਦਲੇ ਆਂਦ ਸਾਰੇ ਵੱਲੋਂ ਹਮ ਅੰਦਲੇ ਆਂਦ ਬਿਖੇ ਬੇਖਰਾਤੇ ਕਿਉਂ ਚੱਲੈ ਮਹਾਰਾਜ ਕਿਵੇਂ ਤੁਹਾਡੀ ਚਾਲ ਦੇ ਨਾਲ ਚਾਰ ਲਾ ਕੇ ਤੁਰੀਏ ਤੁਸੀਂ ਸਾਡੇ ਤੋਂ ਪੁੱਤਰ ਕੁਰਬਾਨ ਕਰਨ ਵਾਲੇ ਅਹੀਂ ਆਪਣੇ ਪੁੱਤਰਾਂ ਨੂੰ ਬੇਇਮਾਨੀਆਂ ਕਰਕੇ ਪਾਲਣ ਵਾਲੇ ਅਹੀਂ ਮੋਚ ਪੈ ਕੇ ਸਕੇ ਆਂ ਭਰਾਵਾਂ ਦੇ ਗਾਟੇ ਲਾਉਣ ਵਾਲੇ ਤੁਸੀਂ ਆਪਣੇ ਜਿਗਰ ਦੇ ਟੋਟੇ ਸਾਡੇ ਤੋਂ ਵਾਰਨ ਵਾਲੇ ਸਾਡੇ ਧੜਨਾ ਚਾਰ ਰਲੂ ਤੇ ਰਲੂ ਕਿਦਾਂ ਉਹ ਦਿਨ ਰਲੂ ਜਦੋਂ ਅਸੀਂ ਮੋਹ ਤੋਂ ਉੱਪਰ ਉੱਠ ਕੇ ਸਾਰੇ ਨਾਲ ਪਿਆਰ ਵਾਲਾ ਜਜ਼ਬਾ ਲੈ ਕੇ ਆਵਾਂਗੇ ਪਰ ਅੱਜ ਸਮੱਸਿਆ ਵਾ ਅੱਜ ਪਿਆਰ ਮੋ ਗਿਆ ਪਿਆਰ ਬੜੀ ਵੱਡੀ ਖੇਡ ਆ ਸਾਸ ਸੰਗੇ ਜੀ ਆਪਾਂ ਬਾਣੀ ਚੋਂ ਪੜਦੇ ਨਾ ਪਿਆਰ ਕੀ ਚੀਜ਼ ਆ ਜਿਨੀ ਨਾ ਪਾਇਓ ਪ੍ਰੇਮ ਰਸ ਘਰਾਂ ਚ ਕੁੱਕਰ ਰੱਖਿਆ ਅੱਜ ਕੱਲ ਤਾਂ ਬੜਿਆਂ ਲੋਕਾਂ ਨੇ ਆਪਣੇ ਘਰਾਂ ਚ ਕੁੱਤੇ ਰੱਖਿਆ ਪਾਲਤੂ ਤੁਸੀਂ ਕੁੱਤਾ ਘਰ ਚ ਲੈ ਕੇ ਆਉਂਦੇ ਜੇ ਉਹਨੂੰ ਤੁਸੀਂ ਪਿਆਰ ਕਰਦੇ ਜੇ ਕੁੱਤੇ ਵਿੱਚ ਨਾ ਇੱਕ ਬਹੁਤ ਵੱਡੀ ਸਿਆਣਫਾ ਉਹ ਮੂੰਹੋਂ ਨਹੀਂ ਬੋਲਦਾ ਪਰ ਉਹ ਬਹੁਤ ਜੱਜ ਕਰਦਾ ਤੁਹਾਡੇ ਘਰ ਕੋਈ ਗੈਸਟ ਆਵੇ ਨਾ ਕਈ ਬੰਦੇ ਹੁੰਦੇ ਕੁੱਤੇ ਨੂੰ ਬਹੁਤ ਪਿਆਰ ਕਰਦੇ ਆ ਜਦੋਂ ਕੁੱਤਾ ਉਹਦੇ ਕੋਲ ਆਇਆ ਉਹ ਤੋਂ ਅੰਦਾਜ਼ਾ ਲਾ ਲੈਂਦਾ ਕੁੱਤਾ ਵੀ ਇਹ ਮੈਨੂੰ ਚੰਗਾ ਸਮਝਦਾ ਕਿ ਨਹੀਂ ਚੰਗਾ ਸਮਝਦਾ ਤੇ ਕਈ ਬੰਦੇ ਵੇਖਿਆ ਕੁੱਤੇ ਨੂੰ ਚੰਗਾ ਨਹੀਂ ਸਮਝਦੇ ਆ ਜਾਂਦੇ ਪਰ ਆ ਕਰ ਦੋ ਅੰਦਰੋਂ ਗਾਲਾਂ ਕੱਢਦੇ ਵੀ ਨੂੰ ਮੜਿਆ ਪਰੇ ਰੱਖੋ ਉਹ ਵੀ ਫਿਰ ਕੁੱਤਾ ਉਹਦੇ ਕੋਲ ਨਹੀਂ ਜਾਂਦਾ ਕਹਿੰਦਾ ਵੀ ਜੇ ਤੈਨੂੰ ਮੇਰੀ ਕਦਰ ਨਹੀਂ ਨਾ बोलो सारे जी ਤੇ ਮੈਨੂੰ ਫਿਰ ਤੇਰੀ ਵੀ ਕਦਰ ਨਹੀਂ ਫਿਰ ਠੀਕ ਹੈ ਤੂੰ ਵੀ ਭਾਵੇਂ 10 15 ਲੱਖ ਦੀ ਗੱਡੀ ਤੇ ਆਇਆ ਫਿਰ ਠੀਕ ਹੈ ਤੂੰ ਇਹਨਾਂ ਨਾਲ ਗੱਲਾਂ ਬਾਤਾਂ ਕਰ ਤੇ ਜਿਹੜਾ ਪਿਆਰ ਕਰਦਾ ਉਹਦੇ ਅੱਗੇ ਪਿੱਛੇ ਭੱਜਾ ਫਿਰਦਾ ਕਈ ਵਾਰੀ ਘਰ ਚ ਖਰੀਦ ਕੇ ਕੋਈ ਹੋਰ ਲੈ ਕੇ ਆਉਂਦਾ ਤੇ ਪਿਆਰ ਕੋਈ ਦੂਜਾ ਮੈਂਬਰ ਕਰਦਾ ਜੇ ਇੱਕ ਘਰ ਦਾ ਜਾਨਵਰ ਕੁੱਤਾ ਅਸੀਂ ਉਹਨਾਂ ਨਾਲ ਪਿਆਰ ਕਰਦੇ ਤਾਂ ਸਾਨੂੰ ਬੈਗ ਪਿਆਰ ਮੋੜਦਾ ਵਾ ਤੇ ਜੇ ਅਸੀਂ ਇਨਸਾਨਾਂ ਨਾਲ ਪਿਆਰ ਕਰਾਂਗੇ ਜੀ ਦੁਨੀਆ ਨਾਲ ਪਿਆਰ ਕਰਾਂਗੇ ਤੇ ਦੁਨੀਆ ਸਾਨੂੰ ਪਿਆਰ ਨਹੀਂ ਵਾਪਸ ਮੋੜੇਗੀ ਅੱਜ ਪਿਆਰ ਮੁਗਿਆ ਸਾਧ ਸੰਗਤ ਜੀ ਨਫ਼ਰਤ ਈਰਖਾ ਸਾੜਾ ਪਾਸਾ ਜਿਹਨੇ ਨਾ ਪਾਇਓ ਪ੍ਰੇਮ ਰਸ ਕੰਤ ਨਾ ਪਾਇਓ ਸਾਉ ਸੁਣੇ ਘਰ ਕਾ ਪਹੁਣਾ ਮੈਂ ਵੀ ਲੋਦੀ ਅਦੀ ਅਦੀ ਤੋਗ ਬੋਲ ਕੇ ਵਿੱਚ ਚੁੱਪ ਤਾਂ ਕਰ ਜਾਣਾ ਹਣਾ ਵੀ ਆਪਾਂ ਬਾਣੀ ਪੂਰੀ ਕਰਨੀ ਆ ਆਦਤ ਪਾ ਲਓ ਸਾਧ ਸੰਗਤ ਜੀ ਸਹਿਜ ਪਾਠ ਕਰਨ ਦੀ ਮੈਂ ਗਰੰਟੀ ਲਿਖ ਕੇ ਦਿੰਦਾ ਇੱਕ ਸਾਲ ਬਾਅਦ ਇੱਥੋਂ ਕੋ ਰਾਗੀ ਸਿੰਘ ਸ਼ਬਦ ਪੜ੍ਹੂ ਤੁਸੀਂ ਸ਼ਬਦ ਪੂਰਾ ਗਾਦਿਆ ਕਰਨਾ 10 ਮਿੰਟ ਟਾਈਮ ਦੇ ਦਿਓ ਆਪਣੇ ਗੁਰੂ ਨੂੰ ਇੱਕ ਦਿਨ ਦਾ 10 ਮਿੰਟ ਸਵੇਰੇ ਜਦੋਂ ਸਵੇਰੇ ਉੱਠਦੇ ਹੋ ਨਾ ਆਪਣੇ ਬੈੱਡ ਤੋਂ ਸਵੇਰੇ ਉੱਠਦਿਆਂ ਸਾਰੀ ਦਾ ਢੋਲ ਆ ਕੇ ਨਾ ਬੈਜੋ ਤੇ ਆਪਣੇ ਮਨ ਨਾਲ ਗੱਲਾਂ ਕਰੋ ਭਗਤ ਕਬੀਰ ਜੀ ਪਤਾ ਕੀ ਕਹਿੰਦੇ ਆ ਮਮਾ ਮਨਸਿਓ ਕਾਜ ਹੈ ਮਨ ਸਾਦੇ ਸਿੱਧ ਹੋਏ ਮਨ ਹੀ ਮਨਸਿਓ ਕਹੇ ਕਬੀਰਾ ਮਨ ਸਾ ਮਿਲਿਆ ਨਾ ਕੋਈ ਦੂਰ ਸਫਰ ਤੇ ਜਾਣਾ ਹੋਵੇ ਨਾ ਬੰਦਾ ਨੂੰ ਕਿਹੜਾ ਕਿਹੜਾ ਕੰਮ ਦਾ ਫਿਕਰ ਹੁੰਦਾ ਭਲਾ ਫੋਨ ਚਾਰਜ ਕਰ ਅੱਧਾ ਹੋਇਆ ਹੋਵੇ ਕਹਿੰਦਾ ਪਾਵਰ ਬੈਂਕ ਨਾਲ ਲੈ ਲਾ ਪਰ ਸੱਚ ਇਕਲਾ ਕ੍ਰੈਡਿਟ ਕਾਰਡ ਲੈ ਲਾ ਦਵਾਈਆਂ ਚੱਕ ਲਾ ਦੂਰ ਜਾਣਾ ਹੋਵੇ ਬੰਦੇ ਨੇ ਸਾਰਾ ਕੁਝ ਚੱਕ ਲਿਆ ਫੋਨ ਵੀ ਚਾਰਜ ਕਰ ਲਿਆ ਪਾਵਰ ਬੈਂਕ ਵੀ ਲੈ ਲਈ ਚਾਰਜਰ ਵੀ ਨਾਲ ਚੱਕ ਲੈ ਇਹਨੂੰ ਚਾਰਜ ਨਹੀਂ ਕੀਤਾ ਇਹ ਉਦੋਂ ਹੀ ਬਾਸ ਸੁਸਤ ਜਿਹਾ ਹੋ ਕੇ ਤੇ ਜਾ ਕੇ ਆਪਣੀ ਗੱਡੀ 'ਚ ਬਹਿ ਗਿਆ ਪਾਸ਼ਕ ਨੇ ਇਹਨੂੰ ਚਾਰਜ ਕਰ ਸਿਰੇ ਉੱਠ ਕੇ ਆਪਣੇ ਆਪ ਨਾਲ ਗੱਲਾਂ ਕਰੋ ਜਿਹੜਾ ਸਵੇਰ ਦਾ ਉੱਠਣਾ ਨਾ ਇੱਕ ਬੇਨਤੀ ਕਰਾਂ ਕੋਈ ਚੀਜ਼ਾਂ ਸਾਡੇ ਘਰਾਂ ਚੋਂ ਗਵਾਚ ਗਈਆਂ ਮੈਂ ਹਰ ਸਟੇਜ ਤੇ ਇੱਕ ਬੇਨਤੀ ਕਰਦਾ ਹੁੰਨਾ ਠੀਕ ਹੈ ਜਿਹੜਾ ਬੰਦਾ ਕੰਮ ਕਰਦਾ ਉਹਨੇ ਰਾਤ ਲੇਟ ਸੌਣਾ ਸਵੇਰੇ ਲੇਟ ਉੱਠਣਾ ਉਹਦੀ ਮਜਬੂਰੀ ਹੋ ਸਕਦੀ ਆ ਕਈ ਕੰਮ ਕਰਨ ਵਾਲੇ ਆ ਕਿ ਦੀ ਸ਼ਾਪ ਆਪਣੀ ਆ ਉਹ ਬੰਦਾ ਰਾਤ ਲੇਟ ਆਉਂਦਾ ਉਹਨੇ ਸਵੇਰੇ ਕੁਦਰਤੀ ਗੱਲ ਆ ਸੌਣਾ ਰਾਤ ਲੇਟ ਆ ਤੇ ਲੇਟ ਉੱਠੇਗਾ ਪਰ ਜਿਹੜਾ ਵਿਅਕਤੀ ਕਰਦਾ ਵੀ ਕੁਝ ਨਹੀਂ ਰਾਤ ਜਾਗਦਾ ਰਹਿੰਦਾ ਤੇ ਸਵੇਰੇ ਉੱਠਦਾ ਲੇਟ ਅੱਜ ਸਾਡੀ ਜ਼ਿੰਦਗੀ ਦਾ ਵਿਕਾਸ ਖੇੜਾ ਗਵਾਜਦਾ ਗਿਆ ਜਦੋਂ ਸਿਰੇ ਚੜੀ ਚੌਕੀ ਪੌ ਫੁੱਟੀ ਜਿੰਨੇ ਤੁਸੀਂ ਪ੍ਰੋਫੈਸਰ ਸਹਿਬ ਸਿੰਘ ਦੀ ਜੀਵਨੀ ਪੜਿਓ ਕਦੀ ਉਹ ਕਹਿੰਦੇ ਜਦੋਂ ਕਦੇ ਬਣ ਜੀ ਕੋਹ ਕੁੰਡੀ ਫਸ ਜਾਂਦੀ ਸੀ ਨਾ ਜਿਹੜੀ ਮੈਨੂੰ ਸਮਝ ਨਹੀਂ ਸੀ ਆਉਂਦੀ ਕੋਈ ਕਿਰਾ ਜਦੋਂ ਦਰਪਣ ਲਿਖਿਆ ਉਹ ਕਹਿੰਦਾ ਉਹ ਕੁੰਡੀਆਂ ਮੇਰੀਆਂ ਸਵੇਰੇ ਖੋਲਦੀਆਂ ਸੀ ਸਵੇਰੇ ਵਾਤਾਵਰਨ ਟਕਾਜ ਹਰ ਇੱਕ ਚੀਜ਼ ਚਿੜੀਆਂ ਚੌਂਕ ਰੀਆਂ ਵਾਂ ਐਨ ਬਾਹਰਲਾ ਵਾਤਾਵਰਨ ਕਿੰਨਾ ਸਾਫ਼ ਆ ਕਹਿੰਦੇ ਉਦੋਂ ਫੇਰ ਮਨ ਜਿਹੜਾ ਨਾ ਖਿੜਦਾ ਅੱਜ ਅਸੀਂ ਨਰਵਸ ਕਿਉਂ ਆਜ ਅੱਜ ਡਿਪਰੈਸ਼ਨ ਦੇ ਸ਼ਿਕਾਰ ਕਿਉਂ ਆਜ ਅੱਜ ਆਹਾਨੂੰ ਅੰਦਰੋਂ ਨਹੀਂ ਬਿਮਾਰੀਆਂ ਕਿਉਂ ਆ ਕਿਉਂਕਿ ਸਾਡੇ ਨਾਲ ਉੱਠਣ ਦਾ ਟਾਈਮ ਨਾ ਸਾਡੇ ਖਾਣ ਦਾ ਟਾਈਮ ਨਾ ਸਾਡੇ ਪੀਣ ਦਾ ਟਾਈਮ ਨਾ ਸਾਡੇ ਬਹਿਣ ਦਾ ਟਾਈਮ ਨਾ ਸਾਨੂੰ ਇਹ ਹੀ ਪਤਾ ਕਿ ਅਸੀਂ ਜ਼ਿੰਦਗੀ ਨੂੰ ਜੂਣਾ ਕਿਵੇਂ ਆ ਆ ਮੋਬਾਈਲ ਆ ਸਾਡੇ ਕੋਲ ਇਹ ਮਾੜੀ ਚੀਜ਼ ਨਹੀਂ ਬਣਦਾ ਇਹ ਠੀਕ ਹੈ ਦੀ ਹੁਣ ਵਰਤੂ ਆਪਾਂ ਕਰਦੇ ਆ ਪਰ ਬੰਦਾ ਇੰਨਾ ਇਹਦੇ ਨਾਲ ਜੁੜ ਚੁੱਕਾ ਜੇ 5 ਕਿ ਮਿੰਟ ਨਾ ਬੋਲਦੇ ਨੂੰ ਲਾ ਕੇ ਵੇਂਦਾ ਵੀ ਹੈਗਾ ਏ ਵੀ 5 ਕਿ ਮਿੰਟ ਵੇਦਾ ਵੀ ਇਹਦਾ ਇਹਦੀ ਸਿਗਨਲ ਕਿਉਂ ਨਹੀਂ ਆ ਰਿਹਾ ਇਹ ਬੋਲਦਾ ਕੋਈ ਮਤਲਬ ਤੁਸੀਂ ਕਦੀ ਵੇਖੋ ਅਸੀਂ ਕਿੱਦਾਂ ਚੀਜ਼ਾਂ ਨਾਲ ਜੁੜ ਗਏ ਹਾਂ ਪਰ ਅਸਲੀ ਆਪਣੀ ਜ਼ਿੰਦਗੀ ਦਾ ਆਨੰਦ ਗਵਾ ਕੇ ਬਹਿ ਗਏ ਅਸੀਂ ਖੇੜਾ ਗਵਾ ਕੇ ਬਹਿ ਗਏ ਅਸੀਂ ਜੋ ਸਾਨੂੰ ਗੁਰੂ ਪਾਚ ਨੇ ਰਹਾਸ ਦਿੱਤਾ ਸੀ ਜ਼ਿੰਦਗੀ ਜੀਉਣ ਦਾ ਤਰੀਕਾ ਦੱਸਿਆ ਸੀ ਅੱਜ ਬੱਚਾ ਬੰਦਾ ਖਿਜਿਆ ਪਿਆ ਰਿਹਾ ਕਲਪਿਆ ਪਿਆ ਕਿਉਂ ਕਿ ਅਸੀਂ ਆਪਣੀ ਜ਼ਿੰਦਗੀ ਦਾ ਬਾਕੀ ਸਾਰਾ ਕੁਝ ਕਰ ਲਿਆ ਆਪਣੇ ਮਨ ਤੇ ਕੰਮ ਕਰਨਾ ਨੂੰ ਸ਼ੁਰੂ ਕੀਤਾ ਜਦੋਂ ਤੁਸੀਂ ਗੁਰੂ ਰੰਗ ਸਾਹਿਬ ਦੀ ਬਾਣੀ ਨੂੰ ਧਿਆਨ ਨਾਲ ਪੜੋਗੇ ਪਾਸ਼ਾ ਕਹਿੰਦੇ ਮਨ ਤੇ ਮੈਂ ਕਈ ਵਾਰੀ ਮਨਪੀਤ ਸਿੰਘ ਨੇ ਅਸੀਂ ਕਈ ਵਾਰੀ ਜਾਣੇ ਆ ਨਾ ਅਹੀਂ ਅਹੀਂ ਆਹੀਂ ਬੰਦਿਆਂ ਤੋਂ ਅੰਦਾਜ਼ਾ ਲਾਉਣੇ ਨੇ ਵੀ ਬੰਦਾ ਕਿੰਨਾ ਖਿਜਿਆ ਆਪ ਦੋ ਦਿਨ ਪਹਿਲਾਂ ਸੀ ਐਮਪੀ ਗਏ ਨਿਗੀ ਜੀ ਮੈਂ ਕੱਟਣਾ ਸੁਣਾਉਣ ਲੱਗਾ ਕਿ ਬੰਦੇ ਨੂੰ ਤੁਸੀਂ ਕਿੱਦਾਂ ਪਤਾ ਲੱਗਦਾ ਵੀ ਬੰਦਾ ਖੁਸ਼ ਆ ਕਿ ਨਹੀਂ ਖੁਸ਼ ਸਟਾਫ ਮੈਂਬਰ ਸੀ ਅਸੀਂ ਇੱਕੇ ਟਰਮੀਨਲ ਤੋਂ ਫਲਾਈਟ ਚੇਂਜ ਕਰਨੀ ਸੀ ਪਰ ਉਹ ਸਟਾਫ ਸਾੜਨਾ ਖਿੱਚ ਕੇ ਅੱਗੇ ਬੋਲਿਆ ਮੈਂ ਮਨਜ ਪਤਾ ਗਿਆ ਖਿਆ ਮੈਂ ਕਿਹਾ ਵਿਚਾਰਾ ਲੜ ਕੇ ਆਇਆ ਘਰੋਂ ਅਸਲ 'ਚ ਅਸੀਂ ਹੱਸ ਕੇ ਉਹਨੂੰ ਕਿਹਾ ਕੋਈ ਗੱਲ ਨਹੀਂ ਵੀਰ ਜੀ ਅਸੀਂ ਉਧਰ ਦੀ ਚੱਲ ਜਾਂਦੇ ਆ ਇਹ ਤੋਂ ਅੰਦਾਜ਼ਾ ਲੱਗਦਾ ਤੁਸੀਂ ਕਿਸੇ ਸਟਾਫ ਦੇ ਕਿਸੇ ਬੰਦੇ ਨਾਲ ਬਾਹਰ ਕਿਸੇ ਬੰਦੇ ਨਾਲ ਕਰੋ ਅੱਜ ਬੰਦਾ ਆਪਣੀਆਂ ਪਰੇਸ਼ਾਨੀਆਂ ਗੁਰੂ ਸਾਹਿਬ ਦੀ ਬਾਣੀ ਕਹਿੰਦੀ ਬੰਦਿਆ ਤਰ ਕੋ ਕੁਝ ਨਹੀਂ ਹੈਗਾ ਤੂੰ ਆਪਣੀ ਜ਼ੁਬਾਨ ਤੇ ਮਿਠਾਸ ਲੈ ਕੇ ਆ ਤਰੀਆਂ ਅੱਖਾਂ 'ਚ ਵੇਖਣ ਦਾ ਪਨ ਚੰਗਾ ਹੋਵੇ ਤੂੰ ਆਪਣੀ ਜ਼ਿੰਦਗੀ ਜੂਣ ਦਾ ਤਰੀਕਾ ਸਿੱਖ ਪਾਰਸ਼ਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪ੍ਰਕਾਸ਼ ਪਰੂਚ ਮੈਨਾਂ ਆ ਗੁਣ ਪੱਲੇ ਬੰਨ ਗਏ ਪਾਰਸ਼ਾ ਦੇ ਜੀਵਨ 'ਚ ਜਿੰਨੀਆਂ ਕੁਝ ਵਾਪਰਿਆ ਪੁੱਤਰ ਕੁਰਬਾਨ ਕੀਤੇ ਪਰਿਵਾਰ ਮਾਤਾ ਜੀ ਕੁਰਬਾਨ ਕੀਤੇ ਪਿਤਾ ਦਾ ਸੀਸ ਆਪਣੀ ਝੋਲੀ 'ਚ ਪਵਾਇਆ ਪਰ ਪਾਰਸ਼ਾ ਦੀ ਜ਼ਿੰਦਗੀ ਤੁਹਾਨੂੰ ਕਿਤੇ ਵੀ ਢੈਂਦੀ ਕਲਾ ਨਜ਼ਰ ਨਹੀਂ ਆਏਗੀ ਇੱਕ ਵਾਰੀ ਪਾਸ਼ਾ ਨਰਵਸ ਨਹੀਂ ਹੋਏ ਬਿੰਬੀਰ ਨਾਲ ਕਿਉਂ ਵਾਪਰ ਗਿਆ ਸਾਰਾ ਕੁਝ ਵਾਪਰਨ ਤੋਂ ਬਾਅਦ ਔਰੰਗਜ਼ੇਬ ਨੂੰ ਧੰਗੁਰੂ ਗੋਬਿੰਦ ਸਿੰਘ ਮਹਾਰਾਜ ਕੁਝ ਸ਼ਬਦ ਕਹਿੰਦੇ ਔਰੰਗਜ਼ੇਬ ਤੇਰੇ ਕੋਲ ਸਭ ਕੁਝ ਹੈ ਤੇਰੇ ਕੋਲ ਕੁਝ ਵੀ ਨਹੀਂ ਮੇਰੇ ਕੋਲ ਕੁਝ ਵੀ ਨਹੀਂ ਮੇਰੇ ਕੋਲ ਸਭ ਕੁਝ ਹੈ ਆੜੇ ਸ਼ਬਦ ਸੀ ਨਾ ਬੜੇ ਡੂੰਗੇ ਸੀ ਕਿ ਤੇਰੇ ਹਿਸਾਬ ਦੇ ਨਾਲ ਮੇਰੇ ਕੋਲ ਪੁੱਤਰ ਹੈ ਨਹੀਂ ਮੇਰਾ ਪਰਿਵਾਰ ਹੈ ਨਹੀਂ ਪਰ ਮੇਰੇ ਕੋਲ ਈਮਾਨ ਹੈਗਾ ਤੇਰੇ ਕੋਲ ਭਾਵੇਂ ਸਭ ਕੁਝ ਹੈਗਾ ਨਾ ਤੇਰੀਆਂ ਫੌਜਾਂ ਸਭ ਕੁਝ ਪਰ ਤੇਰੇ ਕੋਲ ਈਮਾਨ ਹੈ ਨਹੀਂ ਅਗਲਾ ਅੰਦਰੋਂ ਹਿਲ ਗਿਆ ਇਹ ਨਹੀਂ صدق دی محرت ਤੁਸੀਂ ਸਭ ਜਿਆਦੇ ਦਾ ਜੀਵਨ ਵੇਖ ਲਓ ਸਭ ਜਿਆਦੇ ਨੀਹਾਂ ਚੜੇ ਜਾਂਦੇ ਨੇ وزیر خانਦਰੋਂ ਪਰੇਸ਼ਾਨ ਹੈ ਅੰਦਰੋਂ ਟੁੱਟਿਆ ਪਿਆ ਵੀ ਮੈਂ ਕਾਦਾ ਇਨਸਾਨ ਆ ਮੇਰੇ ਕੋਲ 7 ਤੇ 9 ਸਾਲ ਦੇ ਇੱਕ ਬੱਚੇ ਮੇਰੀ ਗੱਲ ਨਹੀਂ ਮੰਨ ਸਕੇ ਮੈਂ ਜ਼ਾਲਮ ਉਹਨਾਂ ਬੱਚਿਆਂ ਉੱਤੇ ਹਤਿਆਚਾਰ ਕੀਤਾ ਮੇਰੀ ਮੈਂ ਉਹਨਾਂ ਕੋਲ ਈਨ ਨਹੀਂ ਮਨਾ ਸਕਿਆ ਸਮੇਂ ਦੀਆਂ ਸਰਕਾਰਾਂ ਅੰਦਰੋਂ ਹਿੱਲ ਗਈਆਂ ਸੀ ਸਭ ਜਿਆਦੇ ਨੀਹਾਂ ਚ ਖਲੋਣ ਵਕਤ ਇਹੋ ਜਿਹਾ ਇਤਿਹਾਸ ਸਿਰਜ ਗਿਆ ਕਿ ਲੰਮੇ ਸਮੇਂ ਦੀ ਜਿਹੜੀ ਹਕੂਮਤ ਜੜਾਂ ਜਮਾ ਕੇ ਬੈਠੀ ਸੀ ਨਾ ਜੜਾਂ ਪਟ ਕੇ ਬਾਹਰ ਮਾਰੀਆਂ 1704 ਦੇ ਵਿੱਚ ਸਭ ਜਾਦੇ ਸ਼ਹਾਦਤ ਦਾ ਜਾਮ ਪੀਂਦੇ ਨੇ ਤੇ 1710 10 ਮਈ ਨੂੰ ਬਾਬਾ ਬੰਦਾ ਸਿੰਘ ਬਹਾਦਰ ਚੱਪੜ ਚੜੀ ਦੇ ਮੈਦਾਨ ਦੇ ਵਿੱਚ ਵਜ਼ੀਰ ਖਾਨ ਨੂੰ ਫੜ ਕੇ ਸਜਾਏ ਮੌਤ ਦਿੰਦੇ ਨੇ ਤੇ ਇਸੇ ਸਰਹੰਦ ਦੀ ਧਰਤੀ ਤੇ ਖਾਲਸਾ ਨਿਸ਼ਾਨ ਚੁੜਾ ਕੇ ਇੱਥੇ ਦਾ ਪਹਿਲਾ ਗਵਰਨਰ ਸੂਬੇਦਾਰ ਸਰਦਾਰ ਬਾਸੇ ਨੂੰ ਲਾ ਦਿੰਦੇ ਨੇ ਇਹ ਤੋਂ ਪਤਾ ਲੱਗਦਾ ਸਭ ਜਿਆਦੇ ਛੋਟੇ ਨੇ ਪਰ ਛੋਟੇ ਸਭ ਜਿਆਦੇ ਨੇ ਆਪਣੇ ਤੇ ਝੱਲ ਕੇ ਜਿਹੜਾ ਕਈ ਵਾਰੀ ਨਾ ਤੁਹਾਡੀ ਸ਼ੈਣਸ਼ੀਲਤਾ ਵੀ ਜ਼ੁਲਮ ਦੀਆਂ ਜੜਾਂ ਪਟ ਦਿੰਦੀ ਹੈ ਕਈ ਵਾਰੀ ਨਾ ਤੁਹਾਡੀ ਜਿਹੜੀ ਜਰਨ ਸ਼ਕਤੀ ਹੁਣ ਗੁਰੂ ਅਰਜਨ ਸਾਹਿਬ ਮਹਾਰਾਜ ਜੰਗ ਨਹੀਂ ਲੜੀ ਕੋਈ ਮਹਾਰਾਜ ਨੇ ਤਨ ਗੁਰੂ ਅਰਜਨ ਸਾਹਿਬ ਨੇ ਜੰਗ ਕੋਈ ਨਹੀਂ ਲੜੀ ਤਤੀ ਤਵੀ ਤੇ ਬੈਠੇ ਆ ਕਦੀ ਕਦੀ ਮੈਂ ਸੋਚਦਾ ਪਾਤਸ਼ਾਹ ਤੁਹਾਡੇ ਉਸ ਸੀਸ ਵਿੱਚੋਂ ਸੁਖਮਨੀ ਸਾਹਿਬ ਦੀ ਬਾਣੀ ਦਾ ਉਚਾਰਨ ਹੋਇਆ ਬਾਣੀ ਤੇ ਸਿਰ ਚੋਂ ਹੀ ਆਈ ਆ ਨਾ ਰਸਨਾ ਤੋਂ ਬਾਣੀ ਉਚਾਰਨ ਕੀਤੀ ਆ ਜਿਸ ਸਿਰ ਵਿੱਚੋਂ ਸੁਖਮਨੀ ਸਾਹਿਬ ਦੀ ਬਾਣੀ ਨੇ ਜਨਮ ਲਿਆ ਹੋਵੇ ਜਿਸ ਸਿਰ ਵਿੱਚੋਂ ਇੰਨੀ ਪਵਿੱਤਰ ਬਾਣੀ ਨੇ ਜਨਮ ਲਿਆ ਹੋਵੇ ਉਸ ਸਿਰ ਦੇ ਅੱਗੇ ਤੇ ਸਜਦੇ ਹੋਣੇ ਚਾਹੀਦੇ ਸੀ ਇਹਨਾਂ ਪਾਪੀਆਂ ਨੇ ਉਸ ਸੀਸ ਤੇ ਤਤਰਾ ਦਿੱਤਾ ਇਹਨਾਂ ਜ਼ਾਲਿਮਾਂ ਨੇ ਉਸ ਸਰੀਰ ਨੂੰ ਦੀਗਾਂ ਚ ਵਾਲੇ ਦਿੱਤੇ ਕੋਈ ਇੱਕ ਕੰਮ ਤੇ ਵੇਖੋ ਚਲੋ ਆਪਾਂ ਤੇ ਕਹਾਂਗੇ ਆਪਨੇ ਤੇ ਸਿੱਖ ਨੇ ਕੋ ਵਿਰੋਧੀ ਬੰਦਾ ਵੀ ਗੁਰੂ 파ਰਸ਼ਾ ਦੇ ਜੀਵਨ ਚ ਇੱਕ ਐਸਾ ਕੰਮ ਵਿਖਾ ਦੇ ਜਿਹੜਾ 파ਰਸ਼ਾ ਦਾ ਸਮਾਜ ਦਾ ਨੁਕਸਾਨ ਕਰਨ ਵਾਲਾ ਹੋਵੇ ਤੁਸੀਂ ਗੁਰੂ ਅਰਜਨ ਸਾਹਿਬ ਦੇ ਜੀਵਨ ਚ ਕਿਸੇ ਵਿਰੋਧੀ ਨੂੰ ਕਹੋ ਕਿ ਤੁਸੀਂ ਐਦਾਂ ਕਰੋ ਵੀ ਗੁਰੂ ਅਰਜਨ ਸਾਹਿਬ ਦੇ ਜੀਵਨ ਚ ਇੱਕ ਐਸਾ ਕੰਮ ਵਿਖਾ ਦਿਓ ਜਿਹੜਾ 파ਰਸ਼ਾ ਨੇ ਕਿਸੇ ਦਾ ਨੁਕਸਾਨ ਕੀਤਾ ਹੋਵੇ ਗੁਰੂ ਤੇਗ ਬਹਾਦਰ ਮਹਾਰਾਜ ਦੇ ਜੀਵਨ ਚ ਇੱਕ ਐਸਾ ਕੰਮ ਵਿਖਾ ਦਿਓ ਜਿਹੜਾ 파ਰਸ਼ਾ ਨੇ ਕਿਸੇ ਦਾ ਨੁਕਸਾਨ ਕੀਤਾ ਹੋਵੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੂਰੇ ਜੀਵਨ ਕਾਲ ਦੇ ਵਿੱਚ 66 ਤੋਂ ਲੈ ਕੇ 1708 ਤੱਕ ਇੱਕ ਐਸਾ ਕੰਮ ਵਿਖਾਓ ਜਿਹੜਾ ਪਾਰਸ਼ਾ ਨੇ ਕਿਸੇ ਦਾ ਨੁਕਸਾਨ ਕੀਤਾ ਹੋਵੇ ਕਿਹਦੀ ਜ਼ਮੀਨ ਨਪੀ ਹੋਵੇ ਕਿਹਦਾ ਘਰ ਤਬਾਹ ਕੀਤਾ ਹੋਵੇ ਫਿਰ ਸਵਾਲ ਪੈਦਾ ਹੁੰਦਾ ਪਾਰਸ਼ਾ ਨਾਲ ਜੰਗਾ ਕਰਦੇ ਕਿਉਂ ਨੇ ਕਿਉਂਕਿ ਵਾਸਤਵ ਵਿੱਚ ਗੱਲ ਇਹ ਆ ਕਈ ਵਾਰੀ ਤੁਹਾਡੀ ਇਮਾਨਦਾਰੀ ਤੁਹਾਡੀ ਨੇਕੀ ਤੁਹਾਡੀ ਆਪਣੀ ਹੀ ਦੁਸ਼ਮਣ ਬਣ ਜਾਂਦੀ ਹੈ ਪਾਰਸ਼ਾ ਦਾ ਲੋਕਾਂ ਦੇ ਹੱਕ ਵਿੱਚ ਖੜੋਣਾ ਲੋਕਾਂ ਨਾਲ ਪਿਆਰ ਕਰਨਾ ਮੁਹੱਬਤ ਕਰਨੀ ਪਾਰਸ਼ਾ ਵਿੱਚ ਉਹ ਆ ਜਿਹੜਾ ਅੱਜ ਆਪਾਂ ਹੋਲਾ ਮੱਲਾ ਮਨਾਉਂਦੇ ਆ ਪਾਸ਼ਾ ਜੀ ਨੇ ਉਹ ਦਿਨ ਦਿੱਤੇ ਜਿਹੜੇ ਆਮ ਕਰਕੇ ਵੰਡੇ ਹੋਏ ਸੀ ਵਿਪਰੇਡਾ ਤੇ ਸੀ ਉਹਨੇ ਤਿਹਾਰ ਵੰਡ ਦਿੱਤੇ ਦਵਾਲ ਵਿਸਾਖੀ ਆਪ ਲੈ ਲਈ ਦੀਸ਼ਹਰਾ ਜਿਹੜਾ ਸੀ ਉਹਨੇ ਖਤਰਿਆਂ ਨੂੰ ਦਿੱਤਾ ਦੀਵਾਲੀ ਉਹਨੇ ਵੈਸ਼ ਨੂੰ ਦਿੱਤੀ ਸ਼ੂਦਰ ਵਿਚਾਰੇ ਦੇ ਹਿੱਸੇ ਆ ਗਈ ਉਹਨੂੰ ਹੋਲੀ ਦਿੱਤੀ ਚਾਰੇ ਤਿਹਾਰ ਚਾਰੇ ਵਰਨਾ ਚ ਵੰਡੇ ਸੀ ਪਰ ਪਾਸ਼ਾ ਜੀ ਨੇ ਸਾਨੂੰ ਜ਼ਿੰਦਗੀ ਜੂਣ ਦਾ ਤਰੀਕਾ ਦਿੱਤਾ ਖਾਲਸਾਈ ਫੌਜਾਂ ਤਿਆਰ ਕੀਤੀਆਂ ਸਿਰ ਉੱਚਾ ਚੋ ਕੇ ਜ਼ਿੰਦਗੀ ਜੂਣ ਦੇ ਤਰੀਕੇ ਸਮਝਾਏ ਵੀ ਅਸੀਂ ਤੁਹਾਡੀ ਫੌਜ ਦੇ ਕਿ ਬਰਦਾਸ਼ਤ ਨਹੀਂ ਸੀ ਹੁੰਦਾ ਉਹਨਾਂ ਕੋਲ ਉਹ ਕਹਿੰਦੇ ਤੁਸੀਂ ਸਾਡੀ ਪਰਜਾ ਦੇ ਇੱਕ ਆਮ ਬੰਦੇ ਜੇ ਸਾਡੇ ਘਰੇ ਦੀਆਂ ਸੋਹਣੀਆਂ ਚੀਜ਼ਾਂ ਤੁਹਾਡੇ ਘਰੇ ਇਦਾਂ ਦੀਆਂ ਚੀਜ਼ਾਂ ਕਿੱਥੋਂ ਹੋਣ ਜਦੋਂ ਪ੍ਰਸਾਦੀ ਹਾਥੀ ਪਾਸ਼ਾ ਤੀਰ ਛੱਡਦੇ ਆ ਪ੍ਰਸਾਦੀ ਹਾਥੀ ਤੀਰ ਚੋਕੇ ਲੈ ਕੇ ਆਉਂਦਾ ਪਾਸ਼ਾ ਤੇ ਚੌਰ ਕਰਦਾ ਭੀਮ ਚੰਦ ਨੂੰ ਤੇ ਅਗ ਲੱਗ ਗਈ ਉਹ ਕਹਿੰਦਾ ਮੈਂ ਰਾਜਾ ਬਾਕੀ ਰਾਜੇ ਮੇਰਾ ਪਾਣੀ ਭਰਨ ਤੇ ਮੇਰੀ ਪਰਜਾ ਦੇ ਵਿੱਚ ਇੱਕ ਐਸਾ ਇਨਸਾਨ ਹੋਵੇ ਜਿਹਦੇ ਕੋਲ ਏਡੇ ਏਡੇ ਕੀਮਤੀ ਤੋਹਫੇ ਹੋਣ ਤੇ ਉਹ ਮੇਰੀ ਫੌਜ ਪਰਜਾ ਦਾ ਇੱਕ ਆਮ ਇਨਸਾਨ ਹੋਵੇ ਉਹਨੂੰ ਬਰਦਾਸ਼ਤ ਨਾ ਹੋਈਆਂ ਇਹ ਗੱਲਾਂ ਉਹ ਅੰਦਰੋਂ ਅੱਗ ਬਬੂਲਾ ਹੋਇਆ ਚੜ ਕੇ ਆਇਆ 파ਰਸ਼ਾ ਤੇ ਪਰ 파ਰਸ਼ਾ ਜੀ ਨੇ ਮੈਦਾਨੇ ਜੰਗ ਪੰਗਾਣੀ ਦੇ ਵਿੱਚ ਉਹਨੂੰ ਮੂੰਹ ਦੀ ਖਾਣੀ ਪਈ ਭੀਮਚੰਦ ਨੂੰ ਬਾਕੀ ਸਾਰਿਆਂ ਰਾਜਿਆਂ ਨੂੰ ਇਹ ਤੋਂ ਪਤਾ ਲੱਗਦਾ ਹੈ ਕਿ ਗੁਰੂ 파ਰਸ਼ਾ ਜੀ ਦੀ ਇਹ ਚੜ੍ਹਤ ਗੁਰੂ 파ਸ਼ਾ ਦੇ ਸਾਰੇ ਪਰਪਕਾਰ ਜਿਹੜਾ ਸਮਾਜ ਦੀ ਲੋਕ ਭਲਾਈ ਵਾਸਤੇ ਸੀ 파ਰਸ਼ਾ ਦੇ ਕੋਲ ਤੇ ਫੌਜਾਂ ਵੀ ਉਹ ਸੀ ਜਿਹੜੀਆਂ ਫੌਜਾਂ ਨਾਲ ਲੈ ਕੇ ਤੁਰਦੇ ਸੀ ਬਹੁਤ ਵੱਡਾ ਇਸ ਦੇਸ਼ ਵਿੱਚ ਜੈਨ ਮਾਤਾ ਪ੍ਰਭਾਵ ਸੀ ਜਿਹੜੇ ਲੋਕ ਤੁਰਦੇ ਸੀ ਮੂੰਹ ਦੇ ਉੱਤੇ ਕਪੜਾ ਬੰਨ ਕੇ ਤੁਰਦੇ ਸੀ ਹੱਥ ਵਿੱਚ ਸੂਤ ਦਾ ਝਾੜੂ ਲੈ ਕੇ ਤੁਰਦੇ ਸੀ ਜੇ ਪੈਰ ਥਲੇ ਕੀੜਾ ਆ ਕੇ ਮਰ ਗਿਆ ਮੈਨੂੰ ਪਾਪ ਲੱਗ ਜੂ ਆ ਜਿਹੜੀ ਫਿਲਾਸਫੀ ਹੈ ਨਾ ਸਾਡੇ ਸਮਾਜ ਵਿੱਚ ਵੀ ਮੈਂ ਪਾਪ ਨਹੀਂ ਕਰਦਾ ਬਾਣੀਆਂ ਦੀ ਜੇਤੇ ਦਾਣੇ ਆਣ ਕੇ ਜੀਆਂ ਬਾਜਣਾ ਕੋਏ ਜਿਹੜਾ ਮਨੁੱਖ ਜ਼ਿੰਦਗੀ ਜੁੰਦਾ ਨਾ ਹਰ ਇੱਕ ਬੰਦੇ ਕੋਲੋ ਕਰਮ ਮਰਦੇ ਆ ਜੀਵ ਮਰਦੇ ਆ ਆਪਾਂ ਆਸ਼ਾ ਕੀ ਵਾਰ ਉਸ ਵੇਰੇ ਪੜਦੇ ਆ ਅੱਜ ਬਹੁਤ ਲੋਕ ਇਸ ਭਾਰਤ ਦੇਸ਼ ਵਿੱਚ ਐਸੇ ਹੈਗੇ ਆ ਜਿਹੜੇ ਲੱਕੜਾਂ ਦੀ ਅੱਗ ਬਾਲਦੇ ਆ ਪਾਥੀਆਂ ਚੁੱਲੇ ਚ ਬਲਦੇ ਆ ਸੂਤਕ ਤੇ ਪਾਤਕ ਦੇ ਵਹਿਮ ਆਪਾਂ ਰੋਜ਼ ਆਸਾ ਕੀ ਵਾਰ ਸਵੇਰੇ ਤੜਕੇ ਉੱਠ ਕੇ ਸੁਣਦੇ ਆ ਤੇ ਗੁਰਦੇਵ ਕੀ ਆਂਦੇ ਜੇਕਰ ਸੂਤਕ ਮੰਨੀ ਐ ਸਭ ਤੇ ਸੂਤਕ ਹੋਏ ਗੋਹੇ ਅਤੇ ਲੱਕੜੀ ਅੰਦਰ ਕੀੜਾ ਹੋਏ ਉਹ ਕਹਿੰਦੇ ਜੇ ਘਰ ਚ ਬੱਚੇ ਨੇ ਜਨਮ ਲਿਆ ਤੇ ਸੂਤਕ ਹੋ ਗਿਆ ਜੇ ਘਰ ਚ ਕੁ ਚੜਾਈ ਕਰ ਗਿਆ ਤੇ ਪਾਤਕ ਹੋ ਗਿਆ ਪਾਰਸ਼ਾ ਕਹਿਣ ਲੱਗੇ ਵੀ ਜੇ ਤੇ ਕਿਸੇ ਦੇ ਜਨਮ ਨਾਲ ਹੀ ਸੂਤਕ ਹੁੰਦਾ ਕਿਸੇ ਦੇ ਚੜਾਈ ਕਰਨ ਵਾਲੀ ਪਾਤਕ ਹੁੰਦਾ ਤੇ ਫਿਰ ਸਾਡੇ ਘਰਾਂ ਚ ਸੂਤਕ ਪਾਤਕ ਰੋਜ਼ ਹੀ ਹੋਈ ਜਾਂਦਾ ਕਿਵੇਂ ਇੱਕ ਬੰਨੇ ਗੋਹਾ ਪੱਥਿਆ ਜਾਂਦਾ ਜਦੋਂ ਪਾਥੀਆਂ ਪੱਥੀਆਂ ਜਾਂਦੀਆਂ ਉਹਦੇ ਵਿੱਚ ਕੀੜਾ ਜਨਮ ਲੈਂਦਾ ਤੇ ਸੂਤਕ ਹੁੰਦਾ ਵਾ ਜ ਜਦੋਂ ਸੁੱਕੀਆਂ ਪਾਥੀਆਂ ਸੀ ਚੁੱਲ੍ਹੇ 'ਚ ਬਾਲਦੇ ਆ ਤੇ ਜਿਹੜਾ ਕੀੜਾ ਉਹ 'ਚ ਸੜ ਜਾਂਦਾ ਨਾਲ ਹੀ ਪਾਤਕ ਹੋ ਜਾਂਦਾ ਵਾ ਸਾਡੀ ਰਸੋਈ ਵਿੱਚ ਸੂਤਕ ਪਾਤਕ ਰੋਜ਼ ਹੀ ਚੱਲੀ ਜਾਂਦਾ ਜੇਕਰ ਸੂਤਕ ਮੰਨੀ ਐ ਸਾਰੇ ਬੋਲੋ ਜੇਕਰ ਸੂਤਕ ਮੰਨੀ ਐ ਸਭ ਤੇ ਸੂਤਕ ਹੋਏ ਤੇ ਗੋਹੇ ਅਤੇ ਲੱਕੜੀ ਅੰਦਰ ਕੀੜਾ ਹੋਏ ਤੇ ਸਾਡੇ ਇਥੇ ਸਮਾਜ ਵਿੱਚ ਆਪਣੀ ਫਲਸਫੀ ਘੋਟੀ ਜਾ ਰਹੀ ਆ ਗੁਰਬਾਣੀ ਨੂੰ ਅਸੀਂ ਨਹੀਂ ਪੁੱਛਦੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਸ਼ਾ ਦੀ ਬਾਣੀ ਪੜੋ ਧੰਨ ਗਲਗੀਤਰ ਪਾਸ਼ਾ ਜੀ ਦੇ ਪ੍ਰਕਾਸ਼ ਪ੍ਰੂਪ ਨੂੰ ਜੇ ਅਸੀਂ ਅੰਦਰੋਂ ਮਨਾ ਰਿਆ ਨਾ ਇੱਕ ਪ੍ਰਣ ਕਰੋ ਕਿ ਆਪ ਆਪਣੀ ਜ਼ਿੰਦਗੀ ਚ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਖੁਦ ਪੜੋ ਤੇ ਜੋ ਕੋ ਜ ਅੱਜ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਖੜਾ ਕੀਤਾ ਜਾ ਰਿਹਾ ਮੈਂ ਤੇ ਪਹਿਲਾਂ ਬੇਨਤੀ ਕੀਤੀ ਆ ਕਿ ਤੁਹਾਡੇ 70 ਸਾਲ ਦੇ ਬਜ਼ੁਰਗ ਵੀ ਬੈਠੇ ਆ ਮਾਵਾਂ ਬੇਟੀਆਂ ਮੇਰੀਆਂ ਮੇਰੀਆਂ ਭੈਣਾਂ ਬੇਟੀਆਂ ਨੇ ਤੁਸੀਂ ਆਪਣੇ ਜੀਵਨ ਕਾਲ ਦੇ ਵਿੱਚ ਗੁਰਦੁਆਰਿਆਂ ਵਿੱਚ ਸਿਰਫ ਇੱਕੋ ਪ੍ਰਕਾਸ਼ ਵੇਖਿਆ ਧੰਨ ਗੁਰੂ ਗ੍ਰੰਥ ਸਾਹਿਬ ਦਾ ਪਰ ਅੱਜ ਅਗਲਿਆਂ ਦਾ ਯੋਹਰ ਲੱਗਾ ਪਿਆ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕਈ ਕੁਝ ਖੜਾ ਕਰਨ ਦਾ ਸਿੱਖੋ ਜਾਗਣਾ ਪੈਣਾ ਜੇ ਨਾ ਸचेत ਹੋਏ ਅਗਲੇ ਬਹੁਤ ਕੁਝ ਤੁਹਾਡੇ ਘਰ ਲਿਆ ਆ ਕੇ ਵਾਰ ਸਕਦੇ ਆ ਤੁਹਾਨੂੰ ਤਗੜੇ ਹੋਣਾ ਪੈਣਾ ਵਾ ਬਹੁਤ ਕੁਝ ਨਿਊਯਾਰਕ ਵਰਗੀਆਂ ਸਿਟੀਆਂ ਦੇ ਵਿੱਚ ਅਗਲਿਆਂ ਨੇ ਕਿੰਨਾ ਕੁਝ ਕਰਤਾ ਤੁਹਾਨੂੰ ਪਤਾ ਹੀ ਆ ਪਰ ਕੋਈ ਇਹਦੇ ਬਾਰੇ ਕੁਛਕਣ ਤੇ ਬੋਲਣ ਨੂੰ ਤਿਆਰ ਨਹੀਂ ਹੁਣ ਤਾਂ ਹੌਲੀ ਹੌਲੀ ਸਾਰਿਆਂ ਦੇ ਪਾਪ ਸਮੇਂ ਦੀਆਂ ਸਰਕਾਰਾਂ ਵੀ ਜਿਹੜੀਆਂ ਚੁੱਪ ਕਰਕੇ ਬੈਠੀਆਂ ਸੀ ਸਰਦਾਰ ਗੁਰਦੇਵ ਸਿੰਘ ਕੌਂਕੇ ਵਰਗੇ ਜਿਹੜੇ ਜੈਦਾ ਰਹਿ ਜਿਹੜੇ ਸ਼ਹਾਦਤ ਦਾ ਜਾਨ ਪੀ ਗਏ ਜੋ ਉਥੇ ਜ਼ੁਲਮ ਤੱਕ ਹੋਇਆ ਸਮੇਂ ਦੀਆਂ ਸਰਕਾਰਾਂ ਉਥੇ ਜਿਹੜੇ ਪੁਲਿਸ ਅਫਸਰਾਂ ਨੇ ਕੰਮ ਕੀਤਾ ਉਹਨਾਂ ਦੇ ਆ ਭੋਗਾਂ ਤੇ ਆਪਣੇ ਹਜ਼ੂਰੀ ਰਾਗੀਆਂ ਨੂੰ ਦਬਾਅ ਪਾ ਕੇ ਕੀਰਤਨ ਕਰ ਲਈ ਭੇਜਦੇ ਰਹੇ ਹੁਣ ਤੇ ਉਹਨਾਂ ਦੇ ਵਿੱਚ ਚਿਹਰੇ ਨੰਗੇ ਹੋ ਗਏ ਹੁਣ ਹੀ ਜਾਗ ਜਾਈਏ ਹੁਣ ਹੀ ਸੁਚੇਤ ਹੋ ਜਾਈਏ ਹੁਣ ਹੀ ਪਤਾ ਲੱਗ ਜਾਏ ਆਪਣਾ ਕਿਹੜਾ ਤੇ ਬੇਗਾਨਾ ਕਿਹੜਾ ਵਾ ਕਿਤੇ ਅੱਖਾਂ ਮੀਟ ਕੇ ਨਾ ਤੁਰਨਾ ਸ਼ੁਰੂ ਕਰ ਦਈਏ ਇੱਕ ਬੇਨਤੀ ਆ ਮੈਂ ਅਖੀਰ ਤੇ ਅਕਸਰ ਕਰਦਾ ਹੁੰਨਾ ਕਿ ਗੁਰੂ ਪਾਸ਼ਾ ਜੀ ਨੇ ਜੋ ਵਿਚਾਰ ਬਖਸ਼ਿਸ਼ ਕੀਤੀ ਨਾ ਸਿੱਖ ਦੀ ਤਾਰੀਫ ਤਾਂ ਵੈਸੇ ਗੁਰੂ ਅਮਰਦਾਸ ਮਹਾਰਾਜ ਨੇ ਬਾਣੀ 'ਚ ਹੀ ਲਿਖ ਦਿੱਤੀ ਆ ਗੁਰੂ ਦੇ ਹੁੰਦਿਆਂ ਤਾਂ ਸਾਨੂੰ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਗੁਰੂ ਅਮਰਦਾਸ ਜੀ ਨੇ ਜਦੋਂ ਸਨਮੁਖ ਬੰਦੇ ਦੀ ਗੱਲ ਕੀਤੀ ਨਾ ਉਦੋਂ ਸਿੱਖ ਸ਼ਬਦ ਵਰਤਿਆ ਵੋ ਸਿੱਖ ਸਤਗੁਰੂ ਕੇ ਪਿਆਰੇ ਉਹ ਗਾਵੋ ਸੱਚੀ ਬਾਣੀ ਤੇ ਉੱਥੇ ਗੁਰਦੇਵ ਜੀ ਕਹਿੰਦੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਾਰੇ ਬੋਲੋ ਹੋਵੇ ਤਾਂ ਸਨਮੁਖ ਸਿੱਖ ਕੋਈ ਜਿਉ ਰਹੇ ਗੁਰ ਨਾਲੇ ਗੁਰ ਕੇ ਚਰਨ ਹਿਰਦੇ ਤੇ ਆਏ ਅੰਤਰ ਆਤਮੈ ਸੰਭਾਲੇ ਆਪ ਛੱਡ ਸਦਾ ਰਹਿ ਪਰਨੇ ਗੁਰ ਬਿਨ ਅਵਰ ਨ ਜਾਣੇ ਕੋਈ ਕਹੇ ਨਾਨਕ ਸੁਣੋ ਸੰਤੋ ਸੋ ਸਿੱਖ ਅੱਛਾ ਜਿੱਥੇ ਬੇਮੁਖ ਸ਼ਬਦ ਆਇਆ ਨਾ ਉਥੇ ਪਾਸ਼ੇ ਨੇ ਸਿੱਖ ਸ਼ਬਦ ਨਹੀਂ ਵਰਤਿਆ ਅਗਲੀ ਪੌੜੀਏ ਜੇ ਕੋ ਗੁਰਤੈ ਬੇਮੁਖ ਹੋਵੇ ਬਿਨ ਸਤਗੁਰਾ ਪਾਸ਼ਾ ਜੀ ਤੁਸੀਂ ਜਿੱਥੇ ਬੇਮੁਖ ਸ਼ਬਦ ਆਇਆ ਉਥੇ ਸਿੱਖ ਕਿਉਂ ਨਹੀਂ ਵਰਤਿਆ ਤੇ ਧੰਗੁਰੂ ਅਮਰਦਾਸ ਮਹਾਰਾਜ ਨੂੰ ਪਤਾ ਹੈ ਜਿਹੜਾ ਸਿੱਖ ਹੁੰਦਾ ਉਹ ਬੇਮੁਖ ਨਹੀਂ ਹੁੰਦਾ ਤੇ ਜਿਹੜਾ ਬੇਮੁਖ ਹੁੰਦਾ ਉਹ ਸਾਰੇ ਵੱਲੋਂ ਜਿਹੜਾ ਸਿੱਖ ਹੁੰਦਾ ਉਹ ਬੇਮੁਖ ਨਹੀਂ ਹੁੰਦਾ ਜਿਹੜਾ ਬੇਮੁਖ ਹੁੰਦਾ ਉਹ ਜੇ ਕੋ ਗੁਰਤਾ ਬੇਮੁਖ ਹੋਵੇ ਬਿਨ ਸਤਗੁਰ ਮੁਕਤ ਨਾ ਪਾਵੇ ਅਖੀਰ ਤੇ ਮੈਂ ਭਾਈ ਕਾਨ ਸਿੰਘ ਨਾਬਾ ਜੀ ਦਾ ਇੱਕ ਬਿਤ ਕਹਿ ਕੇ ਤੁਹਾਡੇ ਕੋਲੋਂ ਖਿਮਾ ਮੰਗਾ ਸਿੱਖ ਦੀ ਪਰਿਭਾਸ਼ਾ ਬਾਰੇ ਭਾਈ ਕਾਨ ਸਿੰਘ ਨਾਬਾ ਜੀ ਆਪਣੇ ਮਹਾਨ ਕੋਸ਼ ਵਿੱਚ ਲਿਖਦੇ ਆ ਉਹ ਕਹਿੰਦੇ ਨੇ ਕਮਲ ਜਿਉਂ ਮਾਇਆ ਜਲ ਵਿੱਚ ਹੈ আলেਪ ਸਦਾ ਜਿਹੜਾ ਕਮਲ ਫੁੱਲਾ ਨਾ ਉਹ ਚਿਕੜ ਦੇ ਵਿੱਚ ਉਗਦਾ ਵਾ ਪਰ ਆਪਣੇ ਪੱਤਿਆਂ ਨੂੰ ਚਿਕੜ ਤੋਂ ਬਚਾ ਕੇ ਰੱਖਦਾ ਕਮਲ ਜਿਉਂ ਮਾਇਆ ਜਲ ਵਿੱਚ ਹੈ ਅਲੇਪ ਸਦਾ ਸਭ ਦਾ ਸਨੇਹੀ ਚਾਲ ਸਭ ਤੋਂ ਨਰਾਲੀ ਹੈ ਸਨੇਹ ਸਾਰਿਆਂ ਨਾਲ ਕਰਦਾ ਉਹ ਸੁਗੰਧੀ ਸਾਰਿਆਂ ਨੂੰ ਦਿੰਦਾ ਵਾ ਪਰ ਆਪਣੇ ਪੱਤਿਆਂ ਨੂੰ ਚਿਕੜ ਤੋਂ ਬਚਾ ਕੇ ਰੱਖਦਾ ਕਮਲ ਫੁੱਲ ਕਹਿੰਦੇ ਇਸੇ ਤਰ੍ਹਾਂ ਸਿੱਖ ਕੌਣ ਹੈ ਕਮਲ ਜਿਉਂ ਮਾਇਆ ਜਲ ਵਿੱਚ ਹੈ ਅਲੇਪ ਸਦਾ ਸਭ ਦਾ ਸਨੇਹੀ ਚਾਲ ਸਭ ਤੋਂ ਨਰਾਲੀ ਹੈ ਕਰਕੇ ਕਮਾਈ ਖਾਵੇ ਮੰਗਣਾ ਹਰਾਮ ਜਾਣੇ ਸਿੱਖ ਆ ਜੀ ਆਪੜੀ ਕਿਰਤ ਕਰਕੇ ਰੋਟੀ ਖਾਂਦਾ ਉਹ ਠੂਠਾ ਫੜ ਕੇ ਕਿਸੇ ਕੋਲ ਮੰਗਦਾ ਨਹੀਂ ਉਹ ਸ਼ਰਮ ਪਤ ਝੋਲੀ ਮੁੰਡਾ ਸੰਤੋਖ ਸ਼ਰਮ ਪਤ ਝੋਲੀ ਪਾਸ਼ਾ ਜੀ ਜੋਗੀ ਨੂੰ ਆਂਦੇ ਤੂੰ ਹੱਥ ਵਿੱਚ ਖੱਪਰ ਕਿਉ ਫੜਿਆ ਕਹਿੰਦੇ ਇਸ ਕਰਕੇ ਕਿ ਮੈਂ ਭੀਖ ਮੰਗਦਾ ਤੇ ਇਹਦੇ ਨਾਲ ਮੇਰੇ ਪਰਿਵਾਰ ਦਾ ਗੁਜ਼ਾਰਾ ਹੁੰਦਾ ਪਾਸ਼ਾ ਕਹਿੰਦੇ ਫਿਰ ਇੱਕ ਕੰਮ ਕਰ ਤੈਨੂੰ ਖੱਪਰ ਫੜਨ ਦੀ ਲੋੜ ਨਹੀਂ ਮਿਹਨਤ ਨੂੰ ਖੱਪਰ ਬਣਾ ਲੈ ਮਿਹਨਤ ਕਾਸ਼ ਬੰਦਾ ਕਦੀ ਭੀਖ ਨਹੀਂ ਮੰਗਦਾ ਤੋ ਉਥੇ ਗੁਰਦੇਵ ਜੀ ਉਥੇ ਸ਼ਬਦ ਬੋਲਦੇ ਆ ਕਹਿੰਦੇ ਸ਼ਰਮ ਪਤ ਝੋਲੀ ਇਥੇ ਭਾਈ ਕਾਂਸਨ ਨਾ ਬਾਜੀ ਕਹਿੰਦੇ ਨੇ ਕਰਕੇ ਕਮਾਈ ਖਾਵੇ ਮੰਗਣਾ ਸਾਰੇ ਬੋਲੋ ਜੀ ਕਰਕੇ ਕਮਾਈ ਖਾਵੇ ਮੰਗਣਾ ਹਰਾਮ ਜਾਣਾ ਭਾਣੇ ਵਿੱਚ ਬਿਪਤਾ ਨੂੰ ਮੰਨੇ ਖੁਸ਼ਹਾਲੀ ਹੈ ਵੱਡੀ ਤੋਂ ਵੱਡੀ ਬਿਪਤਾ ਪੈ ਜਾਏ ਉਸ ਬਿਪਤਾ 'ਚ ਕਹਵੇ ਦਾਤਾ ਤੇਰੀ ਰਜਾਵਾ ਜੇ ਬਿਪਤਾ ਪਈ ਆ ਨਾ ਮੈਨੂੰ ਇਸ ਬਿਪਤਾ 'ਚੋਂ ਕੱਢਣ ਵਾਲੇ ਹੁਣ ਤੁਸੀਂ ਆ ਮੇਰੀ ਬਾਹ ਫੜਿਓ ਭਾਣੇ ਵਿੱਚ ਬਿਪਤਾ ਨੂੰ ਮੰਨੇ ਖੁਸ਼ਹਾਲੀ ਹੈ ਅਗਲੇ ਅੱਗੇ ਸੁਣਿਓ ਜੀ ਸਵਾਰਥ ਤੋਂ ਬਿਨਾ ਗੁਰਦੁਆਰਿਆਂ ਦਾ ਚੌਂਕੀਦਾਰ ਸਿੱਖ ਕੌਣ ਆ ਜੀ ਭਲਾ ਗੁਰਦੁਆਰੇ ਦਾ ਗੱਜ ਕੇ ਬੋਲੋ ਜੀ ਸਿੱਖ ਕੌਣ ਆ ਗੁਰਦੁਆਰੇ ਦਾ ਚੌਂਕੀਦਾਰ ਅਸੀਂ ਸਾਰੇ ਚੌਂਕੀਦਾਰ ਆ ਮਾਲਕ ਹੈ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਵਾਰਥ ਤੋਂ ਬਿਨਾ ਗੁਰਦੁਆਰਿਆਂ ਦਾ ਚੌਂਕੀਦਾਰ ਧਰਮ ਜੰਗਲੀ ਚੜੇ ਮੁਖ ਲਾਲੀ ਹੈ ਜੇ ਕਿਤੇ ਵਿਵਤਾਣ ਪਵੇ ਇਹਨੂੰ ਲਾਲੀਆਂ ਪਖਣੇ ਪਿੱਛੇ ਮੁੜ ਕੇ ਨਾ ਵੇਖੇ ਅਖੀਰ ਤੇ ਇਸ ਪਰਵਾਸਾ ਦੱਸੀ ਕਹਿੰਦੇ ਪੂਜੇ ਨਾ ਅਕਾਲ ਬੇਨਾ ਹੋਰ ਕੋਈ ਦੇਵੀ ਦੇਵ ਸੇ ਕੌਣਾ ਪੂਜੇ ਨਾ ਅਕਾਲ ਬੇਨਾ ਹੋਰ ਕੋਈ ਭਾਈ ਸਾਹਿਬ ਜੀ ਕੌਣ ਹੈ ਉਹ ਕਹਿੰਦੇ ਪੂਜੇ ਨਾ ਅਕਾਲ ਬੇਨਾ ਹੋਰ ਕੋਈ ਦੇਵੀ ਦੇਵ ਸਿੱਖ ਦਸ਼ਮੇਸ਼ ਦਾ ਸੁ ਕਈ ਅਕਾਲੀ ਹੈ ਸਿੱਖ ਦਸ਼ਮੇਸ਼ ਦਾ ਸੋ ਕਈਏ ਅਕਾਲੀ ਹੈ ਉਹ ਆਇਆ ਕਾਲੀ ਹੁਣ ਆ ਲੈਣਾ ਨੂੰ ਤੁਸੀਂ ਨਾ ਲਾ ਕੇ ਵੇਖ ਲੋ ਸਾਡੀ ਕੌਮ ਉਤੇ ਵੀ ਅੱਜ ਪਲਾ ਹੈ ਉਹ ਉਹ ਸਿੱਖ ਜਿਹੜਾ ਕਿਸੇ ਦੇਵੀ ਦੇਵਤੇ ਕਿਸੇ ਹੋਰ ਥਾਂ ਤੇ ਮੱਥਾ ਨਹੀਂ ਟੇਕਦਾ ਅੱਜ ਤੇ ਸਾਰਿਆਂ ਥਾਵਾਂ ਤੇ ਹੀ ਖਿੜੀ ਜੀ ਬਣ ਗਈ ਉਹ ਜਿਹੜੇ ਕੜਸ਼ੀ ਹੁੰਦੀ ਨਾ ਜਿੱਥੇ ਮਰਜੀ ਫੇਰ ਲੋ ਤੇ ਉਹਦੇ ਬਾਰੇ ਵੀ ਭਾਈ ਕਾਨਸ ਨਾ ਬਾਦਾ ਕਵਿਤਵਾ ਕਹਿੰਦੇ ਪੰਥ ਤੇ ਨਿਕਾਲੋ ਪੰਥ ਤੇ ਨਿਕਾਲੋ ਜੋ ਚਮਚ ਹਰ ਦੇਗੀ ਹੈ ਜਿਹੜਾ ਹਰ ਦੇਖਦੇ ਵਿੱਚ ਚਿਮਚਾ ਘੁਮਜਵੇ ਕਹਿੰਦੇ ਉਹਨੂੰ ਚੁੱਕ ਕੇ ਬਾਹਰ ਮਾਰੋ ਉਹੋ ਹੀ ਰੱਖੋ ਜਿਹੜਾ ਸਿਰਫ ਗੁਰੂ ਦੇ ਦਰ ਤੇ ਝੁਕਣ ਵਾਲਾ ਹੈ ਆਓ ਆਪਣੇ ਗੁਰੂ ਦੇ ਅੱਗੇ ਸਜਦਾ ਕਰੀਏ ਜਿੰਨੀ ਵਾਰ ਵੀ ਆਪਣੇ ਪਰਸ਼ਾਦਾ ਸ਼ੁਕਰਾਨਾ ਕਰੀਏ ਉਨੀ ਵਾਰ ਥੋੜਾ ਪਤਾ ਨਹੀਂ ਆਖਰੀ ਸਾਹ ਕਦ ਹੋਣਾ ਹਮ ਆਦਮੀ ਹਾਂ ਮੌਲਤਾ ਪਰ ਚੰਗਾ ਬੀਜ ਬੀਜਿਏ ਧੰਨਵਾਦ ਡਿਸਟ੍ਰਿਕਟ ਕਮੇਟੀ ਦਾ ਸੱਚੀ ਗੱਲ ਹੈ ਗਦਗਦ ਹੋ ਗਿਆ ਮੈਂ ਦਿਨੇ ਵੀ ਕੱਠ ਵੇਖ ਕੇ ਸਮੂਹ ਇਹ ਮੈਂਬਰ ਸਹਿਬਾਨਾਂ ਨੂੰ ਅਕਾਲ ਪੁਰਖ ਚੜ੍ਹਦੀ ਕਲਾ ਇਤੋਂ ਦੀ ਸਮੂਹ ਸੰਗਤ ਨੂੰ ਭੈਣਾਂ ਨੂੰ ਵੀਰਾਂ ਨੂੰ ਬਜ਼ੁਰਗਾਂ ਨੂੰ ਬੱਚਿਆਂ ਨੂੰ ਕਿਉਂਕਿ ਜਦੋਂ ਇਦਾਂ ਆਪਾਂ ਸੱਚ ਦੇ ਰਾਹ ਤੇ ਤੁਰਦੇ ਆਂ ਫਿਰ ਜਿਹੜੀਆਂ ਮਾੜੀਆਂ ਮੋਟੀਆਂ ਜਿਹੜੀਆਂ ਅੰਦਰੋਂ ਕਮਜ਼ੋਰ ਵੀ ਕਮੇਟੀਆਂ ਹੁੰਦੀਆਂ ਉਹਨਾਂ ਨੂੰ ਉਤਸ਼ਾਹ ਮਿਲਦਾ ਤੇ ਸੱਚੀ ਗੱਲ ਹੈ ਬਹੁਤ ਚੜਦੀ ਕਲਾ ਵਾਲਾ ਜਿਹੜਾ ਅੱਜ ਦਿਨ ਦਾ ਦੀਵਾਨ ਵੀ ਰਿਹਾ ਕਲਗੀਧਰ ਪਾਰਸ਼ਾ ਦੇ ਪ੍ਰਕਾਸ਼ ਪੁਰਬ ਨੂੰ ਮਨਾਇਆ ਆਪਾਂ ਸਾਰਿਆਂ ਨੇ ਰਲ ਕੇ ਤੇ ਬਹੁਤ ਸਲਾਘਾਯੋਗ ਜਿਹੜਾ ਉਪਰ ਆਲਾ ਵਾ ਸਾਰੀ ਸੰਗਤ ਦਾ ਤਹਿ ਦਿਲੋਂ ਤਰਵਾਦ ਇਥੋਂ ਦੀ ਪ੍ਰਬੰਧਕ ਕਮੇਟੀ ਸਮੂਚੀਆਂ ਸੰਗਤਾਂ ਦਾ ਭੈਣਾ ਦਾ ਬੱਚਿਆਂ ਦਾ ਬਜ਼ੁਰਗਾਂ ਦਾ ਆਓ ਜਿੱਥੇ ਸਾਡੇ ਬਾਹਰਲੇ ਸਰੂਪ ਬੜੇ ਕਮਾਲ ਦੇ ਆ ਉਥੇ ਮੈਂ ਦਿੰਦੇ ਦੀਵਾਨ ਚ ਵੀ ਕਿਹਾ ਸੀ ਖੰਡੇ ਬਾਟੇ ਦੀ ਪੌ ਲੈ ਕੇ ਗੁਰੂ ਦੇ ਪੁੱਤ ਗੁਰੂ ਦੀਆਂ ਧੀਆਂ ਬਣ ਕੇ ਸਾਡੀ ਜੰਗ ਜਿਹੜੀ ਮੈਂ ਦਿੰਦੇ ਦੀਵਾਨ ਚ ਕਿਹਾ ਸੀ ਦੋ ਜੰਗਾਂ ਇੱਕ ਚਮਕੌਰ ਸਾਹਿਬ ਦੀ ਗੜੀ ਚ ਹਥਿਆਰਾਂ ਦੀ ਜੰਗ ਹੋਈ ਆ ਫਤਿਹਗੜ੍ਹ ਸਾਹਿਬ ਵਿਚਾਰਾਂ ਦੀ ਜੰਗ ਹੋਈ ਆ ਅੱਜ ਆਪਾਂ ਵਿਚਾਰਾਂ ਦੀ ਜੰਗ ਲੜਨ ਲਈ ਆਈਪੀਐਸ ਆਈਐਸ ਆਪਣੇ ਬੱਚੇ ਨੂੰ ਪੜਾਓ ਚੰਗੇ ਉੱਚੇ ਅਹੁਦਿਆਂ ਤੇ ਜਾਣ ਅਸੀਂ ਜਿ세 ਬਾਰੀ ਤੌਰ ਤੇ ਆਪਣੇ ਕੋ ਹਥਿਆਰ ਦੀ ਗੱਲ ਕਰਦੇ ਆ ਉਥੇ ਸਾਨੂੰ ਵਿਚਾਰ ਵੀ ਮਜ਼ਬੂਤ ਕਰਨੇ ਚਾਹੀਦੇ ਆ ਸਾਡੇ ਐਸਐਸਪੀ ਆਪਣੇ ਹੋਣ ਡੀਸੀ ਸਾਡੇ ਆਪਣੇ ਹੋਣ ਉੱਚ ਅਧਿਆ ਤੇ ਸਾਡੇ ਬੱਚੇ ਬੈਠੇ ਹੋਣ ਜੇ ਡਿਫੈਂਸ ਮਿਨਿਸਟਰ ਕਨੇਡਾ ਵਰਗੀ ਧਰਤ ਦੇ ਸਾਡੇ ਪੰਜਾਬੀ ਬਣ ਸਕਦੇ ਆ ਇੱਥੇ ਵੀ ਸਭ ਕੁਝ ਹੋ ਸਕਦਾ ਪਰ ਸਾਨੂੰ ਉਹ ਯੋਗਤਾ ਜਿਹੜੀ ਆਪਣੇ ਵਿੱਚ ਲੈ ਕੇ ਆਉਣੀ ਪੈਣੀ ਹੈ ਮੈਂ ਉਹਨਾਂ ਮਾਪਿਆਂ ਦਾ ਧੰਨਵਾਦ ਕਰੂੰ ਉਹਨਾਂ ਬੱਚਿਆਂ ਦਾ ਜਿਹੜੇ ਇਸ ਰਾਹ ਤੇ ਤੁਰਦੇ ਆ ਆ ਐਸੇ ਸਾਲ ਹੀ ਤੁਸੀਂ ਵੇਖਿਆ ਜੀ 117 ਬੱਚੇ ਜੱਜ ਬਣੇ 70 ਬੱਚਿਆਂ ਉਹਦੇ ਵਿੱਚੋਂ ਜੱਜ ਬਣਿਆ ਤੇ ਉਹਨਾਂ ਵਿੱਚੋਂ ਇੱਕ ਬੱਚੀ ਤੇ ਉਹ ਸੀ ਜਿਹੜੀ ਵਿਚਾਰੀ 2 ਰੁਪਏ ਦਾ ਪੈਨ ਖਰੀਦਣ ਦੀ ਵੀ ਹਾਇਸਤ ਨਹੀਂ ਸੀ ਰੱਖਦੀ ਜਦੋਂ ਵਿਚਾਰੀ ਪੈਨ ਖਰੀਦਣ ਜਾਂਦੀ ਸੀ ਤਦ ਨੂੰ ਟੀਚਰਾਂ ਕਰਦੇ ਸੀ ਵੀ 2 ਰੁਪਏ ਦੇ ਪੈਨ ਨਾਲ ਵੀ ਕੋਈ ਜੱਜ ਬਣਦਾ ਪਰ ਜਦੋਂ ਉਹ ਧੀ ਜੱਜ ਬਣੀ ਉਹਦਨੇ ਇਹ ਨਹੀਂ ਵੇਖਿਆ ਜਾਣਾ ਪੈਨ 2 ਰੁਪਏ ਦਾ ਉਹਦਨੇ ਦੇ ਲਿਖੇ ਹੋਏ ਅੱਖਰਾਂ ਦੀ ਵੈਲਿਊ ਪਹਿਣੀ ਆ ਗੱਲ ਇਹ ਆ ਪੈਨ ਨਹੀਂ ਵੇਖਿਆ ਜਾਂਦਾ ਪੈਨ ਕਿੰਨਾ ਮਹਿੰਗਾ ਵਾ ਵੇਖਿਆ ਜਾਣਾ ਪੈਨ ਫੜਿਆ ਕਿਹਦੇ ਹੱਥ ਵਿੱਚ ਆ ਡੀਸੀ ਦੇ ਹੱਥ ਵਿੱਚ ਫੜਿਆ ਹੋਇਆ 10 ਰੁਪਏ ਦਾ ਪੈਨ ਆਪਣੇ ਆਪ ਹੀ 10 ਲੱਖ ਦਾ ਹੋ ਜਾਂਦਾ ਅਨਪੜ੍ਹ ਬੰਦੇ ਨੂੰ ਭਾਵੇਂ ਤੁਸੀਂ 2 ਲੱਖ ਦਾ ਵੀ ਪੈਨ ਫੜਾ ਦਿਓ ਉਹਨੂੰ ਵਿਚਾਰੇ ਨੂੰ ਉਹਦੇ ਨਾਲ ਕੀ ਮਤਲਬ ਹੈ ਜਦੋਂ ਉਹਨੂੰ ਪੈਨ ਦੇ ਨਾਲ ਲਿਖਣਾ ਹੀ ਨਹੀਂ ਆਉਣਾ ਬਾਕੀ ਆਪਣੇ ਦੇਸ਼ 'ਚ ਬੜਾ ਕੁਝ ਵਾਪਰਦਾ ਆਪਾਂ ਵੇਖਿਆ ਸਾਡੇ ਦੇਸ਼ ਐਸੇ ਐਸੇ ਆਗੂ ਵੀ ਰਹਿ ਜਿਨ੍ਹਾਂ ਨੇ ਸਿੰਪਲ ਜੇ ਪੈਨ ਰੱਖ ਕੇ ਵੀ ਬਹੁਤ ਕੁਝ ਲਿਖ ਦਿੱਤਾ ਕਈਆਂ ਕੋਲੋਂ ਸੂਤਰ ਜਾਂ ਨਹੀਂ ਕੰਮ ਆ ਰਿਆ ਕਿ ਬਹੁਤ ਮਹਿੰਗੇ ਪੈਨ ਰੱਖ ਕੇ ਵੀ ਵੇਖ ਲਿਆ ਆਓ ਆਪਣੀ ਸੋਚ ਉੱਚੀ ਚੁੱਕੀਏ ਗੁਰੂ ਦੇ ਸਿਧਾਂਤ ਉੱਤੇ ਪਹਿਰਾ ਦੇਣ ਦਾ ਯਤਨ ਕਰੀਏ ਆਪਣੇ ਬੱਚੇ ਬੱਚੀਆਂ ਨੂੰ ਚੰਗੇ ਰਾਹ ਤੋਰਿਏ ਚੰਗੇ ਉੱਚਿਆਂ ਉਧਿਆਂ ਤੇ ਜਾਣ ਕਲਗੀਧਰ ਪਾਤਸ਼ਾਹ ਜਿਹੜੀ ਸਿੱਖੀ ਵਿਚਾਰਤਾਰਾ ਜਿਸ ਜੰਗ ਬادله ਪਾਤਸ਼ਾਹ ਜੀ ਨੇ ਸਭ ਕੁਝ ਕੁਰਬਾਨ ਕੀਤਾ ਕਿ ਦਬੇ ਕੁਚਲੇ ਨਤਾਣੇ ਜਿਹੜੇ ਲੋਕ ਸੀ ਉਹਨਾਂ ਦੇ ਹੱਕ ਵਿੱਚ ਪਾਤਸ਼ਾਹ ਜੀ ਹਿੱਕਾਂ ਡਾਹ ਕੇ ਖਲੋ ਗਏ ਤੇ ਜ਼ਿੰਦਗੀ ਜਿਉਣ ਦਾ ਤਰੀਕਾ ਸਿਖਾਇਆ ਧੰਨਵਾਦ ਸਾਰੀ ਸੰਗਤ ਦਾ ਕੋਟਾਨ ਕੋੜ ਸ਼ੁਕਰਾਨਾ ਜੀ ਅਕਾਲ ਪੁਰਖ ਵੈਗੁਰੂ ਜੀ ਦਾ ਜਿਨ੍ਹਾਂ ਨੇ ਸਾਡੇ ਸਾਰਿਆਂ ਤੇ અપਾਰ ਬਖਸ਼ਿਸ਼ ਕੀਤੀ ਹੈ ਫਿਰ ਮੈਂ ਦੁਬਾਰਾ ਸਮੂਹ ਸੰਗਤ ਦਾ ਡਿਸਟ੍ਰਿਕਟ ਕਮੇਟੀ ਦੇ ਸਾਰੇ ਮੈਂਬਰ ਸਹਿਬਾਨ ਸਾਰਿਆਂ ਦਾ ਧੰਨਵਾਦ ਕਰਦਾ ਜੋ ਤੁਸੀਂ ਬਹੁਤ ਸਲਾਘਾਯੋਗ ਜਿਹੜਾ ਉਪਰਾਲਾ ਕਰ ਰਹੇ ਹੋ ਕਿ ਮੂਲ ਨਾਨਕ ਸਾਈਕਲੈਂਡਰ ਉੱਤੇ ਪਹਿਰਾ ਦੇ ਰਹੇ ਜੇ ਸਰਦਾਰ ਪਾਲ ਸਿੰਘ ਪUREਵਾਲ ਜਦੋਂ ਆਉਣ ਵਾਲੀਆਂ ਨਸਲਾਂ ਪੁੱਛਿਆ ਕਰਨ ਗਿਆ ਕਿ ਤੁਹਾਡੀ ਕੌਮ ਦੇ ਵਿੱਚ ਕੋਈ ਵਿਦਵਾਨ ਹੋਇਆ ਜਿਨ੍ਹਾਂ ਨੇ ਕੋਈ ਸੇਵਾ ਕੀਤੀ ਆ ਤੇ ਸ਼ਾਇਦ ਉਹਦੋਂ ਨਾਂ ਉਹਨਾਂ ਦਾ ਆਏਗਾ ਜਿਹੜੇ ਉਹਨਾਂ ਦੇ ਜਾਣ ਤੋਂ ਬਾਅਦ ਵੀ ਉਹਨਾਂ ਦੇ ਉਸ ਕਲੈਂਡਰ ਦੇ ਉੱਤੇ ਪਹਿਰਾ ਦੇ ਰਿਹਾ ਇਹ ਸਭ ਤੋਂ ਵੱਡੀ ਸ਼ਰਧਾਂਜਲੀ ਹੋਏਗੀ ਗੁਰੂ ਬਖਸ਼ਿਸ਼ ਕਰੇ ਸਾਰਿਆਂ ਦਾ ਧੰਨਵਾਦ ਬੁਲਾਉਂਦਾ ਆਵਾਜ਼ ਫਤਿਬਲਾਓ ਗੱਜ ਕੇ ਆਖੋ ਸਾਧ ਸੰਗਤ ਜੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ